Jain sir, please sit down. I think everyone is here. No sir, DSP Tanoa hale. Sikho sahab, itno sahab di late on di aadat kado javegi? Nahi ja sakdi sir, nahi ta varisha chutha ho ju. May I come in sir? Sorry sir, late sir. Sorry sir. Mera khyal Tanoa sahab late nahi hoye. ਅਸੀਂ ਪਹਿਲਾਂ ਆ ਗਏ ਹਾਂ ਜੀ ਸਰ ਦੋਸਤੋ ਅੱਜ ਦੀ ਇਹ ਮੀਟਿੰਗ ਇਨਕਮ ਟੈਕਸ ਡਿਪਾਰਟਮੈਂਟ ਦੇ ਸਰਵੇ 'ਤੇ ਆਧਾਰਿਤ ਹੈ ਇਹਨਾਂ ਦੇ ਮੁਤਾਬਕ ਪਿਛਲੇ 6 ਮਹੀਨਿਆਂ ਦੇ ਵਿੱਚ ਇਹ ਛੋਟੇ ਜਿਹੇ ਸ਼ਹਿਰ ਵਿੱਚ ਗੋਲਡ ਡਾਇਮੰਡ ਜਿਊਲਰੀ ਅਤੇ ਹੋਰ ਬਹੁਤ ਕੁਝ ਗੈਰ ਕਾਨੂੰਨੀ ਢੰਗ ਨਾਲ ਲੁਕੋ ਕੇ ਰੱਖਿਆ ਹੋਇਆ ਹੈ ਅਤੇ ਉੱਪਰੋਂ ਇਹ ਕਾਲੇ ਧਨ ਨੂੰ ਕਾਲੇ ਤਿੱਤਰ ਕਹਿ ਕੇ ਬੁਲਾਉਂਦੇ ਆ ਵੈਸੇ ਵੱਡੇ ਸ਼ਹਿਰਾਂ 'ਚ ਤਾਂ ਇਹ ਗੱਲ ਠੀਕ ਹੈ ਪਰ ਪਟਿਆਲੇ ਵਰਗੇ ਛੋਟੇ ਸ਼ਹਿਰ 'ਚ ਮੈਂ ਇਹ ਗੱਲ ਮੰਨ ਨਹੀਂ ਸਕਦਾ ਮੈਨੂੰ ਇਹ ਇਨਫੋਰਮੇਸ਼ਨ ਰੋਂਗ ਲੱਗਦੀ ਹੈ ਸਰ ਇਨਫੋਰਮੇਸ਼ਨ ਬਿਲਕੁਲ ਸਹੀ ਹੈ ਧਨਵਾ ਸਾਹਿਬ ਪੁਲਿਸ ਦੇ ਕਹਿਣ 'ਤੇ ਹੀ ਇਹਨਾਂ ਨੇ ਨਾਵਾਂ ਦੀ ਸੂਚੀ ਤਿਆਰ ਕੀਤੀ ਆ ਮੈਂ ਇਹ ਸੂਚੀ ਦੇਖ ਸਕਦਾ ਸਰ ਸੌਰੀ ਡੀ ਐਸ ਪੀ ਇਟਸ ਟੌਪ ਸੀਕ੍ਰੇਟ ਡੀ ਐਸ ਪੀ ਤਨੋਏ ਤੂੰ ਇੰਨਾ ਘਬਰਾਇਆ ਹੋਇਆ ਕਿਉਂ ਹੈ ਐਕਚੁਲੀ ਸਰ ਮੇਰੀ ਵਾਈਫ ਦੇ ਮਾਮੇ ਦੇ ਭਰਾ ਦੇ ਫੁੱਫੜ ਦੀ ਨੂੰਹ ਦੇ ਬਾਪੂ ਜੀ ਗੁਜ਼ਰ ਗਏ ਉਹ ਇੰਨੀ ਨਜ਼ਦੀਕੀ ਰਿਸ਼ਤੇਦਾਰੀ 'ਚ ਟ੍ਰੈਜਡੀ ਹੋ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਫਿਰ ਥੋੜ੍ਹਾ ਜਿਹਾ ਸਦਮੇ 'ਚੋਂ ਬਾਹਰ ਆਉਣ ਨੂੰ ਟਾਈਮ ਤਾਂ ਲੱਗਦਾ ਹੀ ਹੈ ਸਿੱਧਾ ਕਹਿ ਤੈਨੂੰ ਛੁੱਟੀ ਚਾਹੀਦੀ ਹੈ ਜੇ ਇੱਦਾਂ ਹੋ ਜਾਏ ਆਈ ਵਿਲ ਬੀ ਗ੍ਰੇਟਫੁਲ ਸਰ ਪਲੀਜ਼ ਸਰ ਸਰ ਕਿਵੇਂ ਕਰੀਏ ਜਾਓ ਜੀ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਥੈਂਕ ਯੂ ਸਰ ਥੈਂਕ ਯੂ ਬਚ ਗਿਆ ਤਨੋਏ ਸਰ ਮੇਰੇ ਲਈ ਕੀ ਹੁਕਮ ਹੈ ਇਹਦੇ ਵਿੱਚ ਕਾਲਾ ਧਨ ਇਕੱਠਾ ਕਰਨ ਵਾਲਿਆਂ ਦੇ ਨਾਵਾਂ ਦੀ ਸੂਚੀ ਆ ਤੇ ਜਾਓ ਇਹਨਾਂ ਕਾਲੇ ਤਿੱਤਰਾਂ ਵਾਲਿਆਂ ਦੇ ਤੋਤੇ ਉਡਾ ਦਿਓ ਚਲੋ ਮੈਨੂੰ ਪਹਿਲੇ ਉੱਪਰ ਚੈੱਕ ਕਰੋ ਮੈਂ ਕੀ ਗੱਲ ਹੈ ਕੀ ਚਾਹੀਦਾ ਤੁਹਾਨੂੰ ਸਾਡੇ ਕੋਲ ਤੁਹਾਡੇ ਘਰ ਦੇ ਸਰਚ ਵਾਰੰਟ ਨੇ ਅਸੀਂ ਤਲਾਸ਼ੀ ਲੈਣੀ ਆ ਆਉਣ ਤੋਂ ਪਹਿਲਾਂ ਫੋਨ ਕਰ ਦੇ ਜੀ ਕੀ ਹੋ ਗਿਆ ਆ ਵੀ ਨੱਤਾ ਸਿਆ ਜਨਾਬ ਪਹਿਲਾਂ ਦੱਸਣਾ ਚਾਹੀਦਾ ਫੋਨ ਕਰਨਾ ਚਾਹੀਦਾ ਆ ਪੁਲਿਸ ਵਾਲੇ ਕੀ ਆਏ ਨੇ ਕਹਿੰਦੇ ਸਰਚ ਵਾਰੰਟ ਨੇ ਸਰਚ ਵਾਰੰਟ ਆ ਦੇਖੋ ਜੀ ਰੱਖ ਇੱਥੇ ਆ ਦੇਖੋ ਹੋਰ ਵੀ ਚੈੱਕ ਕਰ ਜਨਾਬ ਨੱਥਾ ਸਿੰਘ ਜਨਾਬ ਉੱਪਰੋਂ ਕੁਛ ਮਿਲਿਆ ਉਹ ਜਨਾਬ ਉੱਪਰ ਕੀ ਮਿਲਣਾ ਜੀ ਆਹ ਰੌਣਕਾਂ ਤਾਂ ਇੱਥੇ ਲੱਗੀਆਂ ਪਈਆਂ ਆਹ ਦੇਖੋ ਜੀ ਇਹ ਆਹ ਲਓ ਜੀ ਹੋਰ ਇਹ ਆਹ ਚੱਕੋ ਜੀ ਓ ਮਾਈ ਗੋਡ ਸ਼ਮਸ਼ੇਰ ਸਿੰਘ ਹਰ ਜਗ੍ਹਾ ਚੈੱਕ ਕਰੋ ਕੱਲੀ ਕੱਲੀ ਚੀਜ਼ ਚੈੱਕ ਕਰੋ ਨੱਥਾ ਸਿੰਘ ਜਨਾਬ ਕੋਨਾ ਕੋਨਾ ਛਾਨ ਮਾਰੋ ਹੁਣੇ ਲਓ ਜੀ ਤੂੰ ਇੱਧਰ ਜਾ ਫਟਾਫਟ ਕਰਾ ਲਓ ਤਲਾਸ਼ੀ ਬਾਹਰ ਕਰ ਦੀ ਜਨਾਬ ਜਨਾਬ ਮਿਲ ਗਏ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਹਰੀ ਅਪ ਮੁੰਡੇ ਲੱਭੋ ਹੋਰ ਫਾੜੋ 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 ਇਹਨੂੰ ਆ ਜਨਾਬ ਹੋਰ ਮਿਲ ਗਏ ਜੀ ਦੋ ਜਣੇ ਉੱਪਰ ਜਾਓ ਦੋ ਜਣੇ ਇੱਧਰ ਜਾਓ ਦੋ ਜਣੇ ਉੱਪਰ ਜਾਓ ਰਿਮੂਵ ਦਾ ਗਲਾਸ ਪਰ ਐ ਹੋ ਜਾਓ ਫੇਰ ਪਾੜ ਲਿਓ ਹਨ ਮੁੰਡੇ ਚੱਕਾ ਸ਼ੀਸ਼ਾ ਓਏ ਚੱਲ ਕੇ ਰਪਰ ਰੱਖ ਇਹਨੂੰ ਉਹ ਥੋੜੀ ਮਾਰਿਆ ਕਿੱਡੇ ਕਿੱਡੇ ਘੜੇ ਭਰ ਰੱਖੇ ਨੇ ਆ ਮੁੰਡੇ ਲਫਾਫਾ ਕਰ ਉਹਨਾਂ ਨੂੰ ਕਰਾਂ ਹੁਣ ਪਤਾ ਲੱਗੂ ਜਦੋਂ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪਈਆਂ ਥੋੜਾ ਜਿਹਾ ਨੋਟ ਥੱਲੇ ਡਿੱਗ ਪਏ ਸੀ ਉਹ ਸੈੱਟ ਕਰ ਰਿਹਾ ਸੀ ਸੈੱਟ ਕਰ ਰਹੇ ਸੀ ਜਾਂ ਫਿਰ ਨਵੇਂ ਫਿੱਟ ਕਰ ਰਹੇ ਸੀ ਤੂੰ ਨੋਟਾਂ ਤੋਂ ਇੰਨਾ ਘਬਰਾਉਂਦੀ ਕਿਉਂ ਹੈ ਕਮਲੀਏ ਇੰਨਾ ਅੱਗੇ ਤਾਂ ਭੂਤ ਨੱਚਦੇ ਨੇ ਤੁਸੀਂ ਕਿਹੜੇ ਭੂਤ ਨਚਾਣਾ ਚਾਹੁੰਦੇ ਹੋ ਨਾਲੇ ਤਨੋਆ ਸਾਹਿਬ ਇਹ ਕਾਲਾ ਧਨ ਕਿਹਦੇ ਲਈ ਇਕੱਠਾ ਕਰ ਰਹੇ ਹੋ ਆਪਣੇ ਹੋਣ ਵਾਲੇ ਬੱਚੇ ਲਈ ਬੱਚੇ ਲਈ ਹੋਣ ਵਾਲੇ
ਵਾਲੇ ਨੇ ਅੱਜ ਤੱਕ ਟਿਕਟ ਵੀ ਨਹੀਂ ਕਟਾਈ ਤੇ ਤੁਸੀਂ ਪਹਿਲੇ ਪਲੇਟਫਾਰਮ ਤੇ ਭੱਜੇ ਫਿਰਦੇ ਹੋ। ਓ ਕੋਈ ਗੱਲ ਨਹੀਂ, ਤੂੰ ਫਿਕਰ ਕਿਉਂ ਕਰਦੀ ਆ, ਟਿਕਟ ਵੀ ਕਟਾ ਦਾਂਗੇ ਮਾਈ ਡੀਅਰ ਕਲੇਸ਼ੋ। ਕਲੇਸ਼ੋ ਸਰ, ਕਾਊਂਟਿੰਗ ਮੁਕੰਮਲ ਹੋ ਗਈ ਹੈ। ਕੁੱਲ ਰਕਮ 12 ਕਰੋੜ ਰੁਪਏ ਹੈ। ਇਹਦੇ 'ਚ ਜ਼ਿਆਦਾਤਰ ਗੋਲਡ ਅਤੇ ਡਾਇਮੰਡ ਦੀ ਜੁਐਲਰੀ ਹੈ। 500-500 ਦੇ ਪੈਕਟ ਨੀਚੇ ਰੱਖ ਦਿੱਤੇ ਨੇ, 1000 ਦੇ ਪੈਕਟ ਉੱਪਰ ਨੇ, ਬਾਕੀ ਤੁਸੀਂ ਆਪ ਚੈੱਕ ਕਰਾ ਲਓ। ਸਰ ਵੈਰੀਫਾਈ ਕਰ ਦਿਓ। SSP ਸਾਹਿਬ, ਇਹ ਸਾਰੀ ਕਾਊਂਟਿੰਗ ਤੁਹਾਡੀ ਨਿਗਰਾਨੀ 'ਚ ਹੋਈ ਆ? ਯੈਸ ਸਰ। ਠੀਕ ਹੈ, ਮੈਂ ਵੈਰੀਫਾਈ ਕਰ ਦਿੱਤਾ, ਤੁਸੀਂ ਸਾਈਨ ਕਰ ਦਿਓ। ਅੱਜ ਹੈਗਾ ਸੈਚਰਡੇ ਅਤੇ ਕੱਲ੍ਹ ਨੂੰ ਹੈਗਾ ਸੰਡੇ, ਪਰਸੋਂ ਨੂੰ ਮੰਡੇ ਇਹ ਸਾਰੀ ਰਕਮ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਹੋ ਜਾਣੀ ਚਾਹੀਦੀ ਹੈ ਅਤੇ ਉਦੋਂ ਤੱਕ ਇਹ ਸਾਰੀ ਜ਼ਿੰਮੇਵਾਰੀ ਪੈਸੇ ਦੀ ਤੁਹਾਡੀ ਆ। ਸਰ ਤੁਸੀਂ ਬਿਲਕੁਲ ਬੇਫਿਕਰ ਹੋ ਜਾਓ, ਸਾਰੀ ਜ਼ਿੰਮੇਵਾਰੀ ਮੇਰੀ ਹੈ। ਚਾਹ ਗਰਮ ਟੈਨ 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 ਨੈਣ। ਓ ਯਾਰ, ਨੌਕਰੀ ਤਾਂ ਲੱਭ ਲੈਣ ਦੇ ਯਾਰ। ਸੁਣੋ, ਡਿਸਟ੍ਰਿਕਟ ਸੰਗਰੂਰ ਵਿੱਚ ਨਾ 284 ਦੀਆਂ ਪੋਸਟਾਂ ਨਿਕਲੀਆਂ ਨੇ, ਜਿਹਦੇ ਲਈ 2 ਲੱਖ ਐਪਲੀਕੈਂਟਸ ਨੇ ਅਪਲਾਈ ਕੀਤਾ, ਜਿਹਦੇ ਵਿੱਚ MCA BCA ਫਸਟ ਕਲਾਸ ਪਾਸ ਨੇ, ਤੇ ਤੂੰ BA ਥਰਡ ਕਲਾਸ ਪਾਸ ਕਰਕੇ ਕਿਹੜੀ ਜੋਬ ਭਾਲਦਾ ਓਏ? ਕੀ ਕਰਾਂ ਯਾਰ ਵੀਰੇ, ਇੱਕ ਤਾਂ ਨੌਕਰੀ ਵਾਲੇ ਕਾਲਮ ਦੀ ਕੁੱਤੇ ਝਾਕ ਵੀ ਤਾਂ ਨਹੀਂ ਨਾ ਮੁੱਕਦੀ ਆਪਣੀ। ਕਹਿੰਦੇ ਰੱਬ ਦਿੰਦਾ ਤਾਂ ਛੱਤ ਪਾੜ ਕੇ ਦਿੰਦਾ, ਇੱਕ ਸਾਲੀ ਸਾਡੀ ਛੱਤ ਆ, ਸਾਡੀ ਪਾੜਦੀ ਹੋਈ ਨਹੀਂ। ਲੈ ਪਾੜ ਗਈ ਯਾਰ, ਛੱਤ ਪਾੜ ਗਈ। ਕਿੱਥੇ? ਓਏ ਇੱਧਰ ਬੈਠ ਮੇਰੇ ਕੋਲ, ਖਬਰ ਸੁਣ ਧਿਆਨ ਨਾਲ। ਕੱਲ ਪੁਲਿਸ ਵਾਲਿਆਂ ਨੇ ਮਿਲ ਕੇ ਸ਼ਹਿਰ ਵਿੱਚ ਕਲਾ ਦੀਨ ਦਾ ਚਿਰਾਗ ਰਗੜਿਆ, ਜਿਹਦੇ ਵਿੱਚ ਕਈ ਕਰੋੜਾਂ ਦੇ ਜਿੰਨਪੂਤ ਕੱਢੇ ਤੇ ਰੇਡ ਮਾਰ ਕੇ ਪੂਰੇ 12 ਕਰੋੜ ਰੁਪਏ ਇਕੱਠੇ ਕੀਤੇ, ਤੇ ਹੁਣ ਉਹ ਸਾਰੇ ਪੈਸੇ ਖਜ਼ਾਨੇ ਜਮ੍ਹਾਂ ਕਰਾ ਜਾ ਰਹੇ ਨੇ, ਜਮ੍ਹਾਂ ਕਰਾ ਜਾ ਰਹੇ ਨੇ। ਗੁਗਲੀ, ਫੇਰ ਇਹਦੇ ਬਾਰੇ ਕੀ ਖਿਆਲ ਆ ਤੇਰਾ? ਨਾ ਸਾਰਾ ਤੇਰਾ ਦਿਮਾਗ ਖਰਾਬ ਆ, ਰੈਂਟ ਆਪਣੇ ਕੋਲੋਂ ਦਿੱਤਾ ਨਹੀਂ ਜਾਂਦਾ, ਬਿਜਲੀ ਦਾ ਬਿੱਲ ਸਾਡੇ ਤੋਂ ਭਰ ਨਹੀਂ ਹੁੰਦਾ, ਲੈਂਡਲੋਰਡ ਆ ਕੇ ਰੋਜ਼ ਸਾਨੂੰ ਗਾਲਾਂ ਕੱਢਦਾ ਆ। 12 ਕਰੋੜ ਦੀ ਝਾਕ 'ਚ ਬੈਠਾ ਹੈ, ਕੋਈ ਚਾਹੀਦੀ ਗੱਲ ਕਰਿਆ ਕਰ ਯਾਰ। ਓ ਯਾਰ, ਕੀ ਪਤਾ ਕਿਰਾਏ ਦਾ ਮਕਾਨ ਤੇ ਰਾਸ਼ਨ ਦੁਕਾਨ ਖਰੀਦਣ ਲਈ ਕੁਝ ਪੈਸੇ ਹੱਥ ਲੱਗ ਜਾਣ। ਪੁਲਿਸ ਵਾਲਿਆਂ ਦਾ ਪੈਸਾ, ਵਾਹ ਮੇਰੀ ਜਾਨ, ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਉਡਾਨ ਦੀ ਸਕੀਮ, ਵਾਹ ਬੱਲੇ ਤੇਰੇ ਦਿਮਾਗ ਦੇ। ਬੀ ਪੋਜ਼ਿਟਿਵ ਮੇਰੇ ਵੀਰ, ਬੀ ਪੋਜ਼ਿਟਿਵ, ਸੋਚ ਕੇ ਦੇਖ। ਇੱਕ ਤਾਂ ਸਾਲਾ ਇੱਥੇ ਕੋਈ ਮੈਂਟਲ ਹਸਪੀਟਲ ਵੀ ਨਹੀਂ ਹੈਗਾ ਯਾਰ। ਤੂੰ ਮੈਨੂੰ ਮੈਂਟਲ ਹਸਪੀਟਲਾਂ ਭੇਜ, ਤੂੰ ਸੋਚ ਕੇ ਦੱਸ ਬਸ, ਦਿਮਾਗ ਤੇ ਥੋੜਾ ਜ਼ੋਰ ਪਾ ਯਾਰ। ਕਿਵੇਂ ਪੋਸੀਬਲ ਹੈ ਯਾਰ? ਇਹ ਪੋਸੀਬਲ ਆ, ਇਹ ਦਿਮਾਗ ਦੀ ਗੱਲ ਤੂੰ ਮੇਰੇ ਤੇ ਛੱਡ ਦੇ ਬਸ, ਤੂੰ ਮੇਰੇ ਹੱਥ ਹੱਥ ਰੱਖ, ਬੋਲ ਡਨ। ਉਹ ਯਾਰ, ਕੋਈ ਸਿਆਪਾ ਤਾਂ ਨਹੀਂ ਪੈ ਰਿਹਾ? ਕੋਈ ਸਿਆਪਾ ਨਹੀਂ ਪੈਂਦਾ, ਤੂੰ ਡਨ ਕਰ ਬਸ। ਪੱਕਾ? ਪੱਕਾ। ਚੱਲ ਜੇ ਤੂੰ ਕਹਿੰਦਾ ਤਾਂ ਫਿਰ ਡਨ ਆ ਯਾਰ। ਆ ਹੋਈ ਨਾ ਗੱਲ, ਮੇਰੀ ਜਾਨ, ਮੇਰੀ ਗੁਗਲੀ ਗੁਗਲੀ ਗੁਗਲੀ। ਉਹ ਜਤਿੰਦਰ, ਥੋੜਾ ਧਿਆਨ ਨਾਲ, ਭਾਰੀ ਆ ਇਹ। ਖੜ ਜਾ, ਮੈਂ ਚੁਕਾਉਣਾ ਇਹ। ਆ ਹੁਣ ਬਣੀ ਗੱਲ, ਲਿਆ ਲਾਈਏ ਲੌਕ ਕਰਿਆ ਨੂੰ, ਪਕੜ ਉਹਨਾਂ ਨੂੰ। ਜਨਾਬ, ਇਹਦਾ ਨਾਮ ਸੀਟਾ ਰਾਮ ਤੇ ਮੇਰਾ ਨਾਮ ਗਰੀਬਦਾਸ। ਉਹ ਸਿਰ ਤੇ ਪਗੜੀ ਤੇ ਨਾਮ ਗਰੀਬਦਾਸ, ਆਈਡੈਂਟੀ ਕਾਰਡ ਦਿਖਾਓ ਆਪਣੇ ਆਪਣੇ। ਉਹ ਜਨਾਬ, ਆਈਡੈਂਟੀ ਕਾਰਡ ਵੀ ਦਿਖਾਉਂਦੇ ਆ, ਤੂੰ ਆ ਬੜਾ ਮੂੰਹ ਤੇ ਰੁਮਾਲ ਰੱਖ ਕੇ ਗੱਲ ਕਰੋ, ਕੁਝ ਸਮਝ ਨਹੀਂ ਆ ਰਿਹਾ। ਚੱਲ ਹੁਣ ਜਲਦੀ ਕਰ, ਚੱਲ ਭੱਜ ਵੇ ਜਲਦੀ ਕਰ। ਉਹ ਜੀਤ ਸਿੰਘ, ਪਿਆਰਾ ਸਿੰਘ, ਸਭ ਠੀਕ ਹੈ ਨਾ? ਹਾਂ ਹਾਂ, ਸਭ ਠੀਕ ਹੈ। ਠੀਕ ਹੈ ਜੀ।
चल चल जल्दी कर, निकल तो जल्दी कर, स्टार्ट कर गाड़ी, जल्दी कर जल्दी कर जल्दी खजाने वाले गड्डी लांगी, वो पुलिस वाली गड्डी कितने है, उतरो सारे थले। राम सिंह जी सर, खजाने का पैसे चोरी हो गए, चोरों का पीछा करो जल्दी। जैन सर तुनो ये बहुत बड़ी चोरी होगी, पूरे शहर की नाकाबंदी कर दो। ठीक है सर, मैं हुने ड्यूटी लवा देना, नाकाबंदी क्यों कर देने जी। जे कोई भी गड्डी बिना तराशो नहीं जानी चाहिए। चलो बैठा तर ठीक ही देखो, वो जसपाल मिला कुछ आई रे मा, तू किधर मुसा चक्के शमशे सीटा थरे देख, और देखो रोक भाई रोक 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 ट्राली कुछ नहीं है जनाब। चंगी तरह देखो गड्डी तो खाली है सर, एक मिनट ठहरो मैं हुने चेक करता, मैनू अगे भी देख लैन दो जी। शमशेर आ दौड़ा चंगी तरह चेक कर, कुछ मिलिया सर? पुलिस यूनिफॉर्म इत्थे? यूनिफॉर्म जनाब तुसी चिंता ना करो, मोटरसाइकिल दी रिपोर्ट आने वाली है, हुणे पता लग जू कि आखिर खजाने का पैसा गया था गया किथे। जनाब ए आ मोटरसाइकिल दी रिपोर्ट जी। ओ नो, ओ यस, जे मैं मोटरसाइकिल दा हुलिया ना बदलदा ते फिर पुलिस ने बाहर बैठ के पीनी सी बियर ते आपा होना सी अंदर। 12 करोड़, ओ 12 करोड़ साढ़े कोल, मेरा चुंडी वट मेरे, मैनू यकीन जहा नहीं होंदा हैगा यार। बस यार मैनू इदा लगता मैं कोई सुपना देखी जाना पिया। अच्छा आपा 12 करोड़ दा करना की, मैनू छेती दस हुण। सारा कुछ मैं ही दसा, खोपर तू भी सोच ला कुछ। अच्छा चल फिर सुन, सब तो पहला आपा लवांगे एक वधिया जा बंगला, बंगले च रखांगे नौकर चाकर, उस तो बाद पीवांगे रोज महंगी तो महंगी वधिया तो वधिया स्कॉच फ्रॉम स्कॉटलैंड, उस तो बाद कढ़ावांगे ब्रांड न्यू दो वक्खो वक्ख रंग दियां ऑडियां, ते कदे कदे भोली दा प्रबंध समझ गया वीरे कि नहीं। दिल करदा छित्तर लाग रहा तेरे सिर च मारा। की होया पागला, पुलिस ती एही ताक विच बैठी है भी चोर कदों 12 करोड़ रुपया खर्चन ते कदों सानू दबोचन। तू आपे कर ले यार, मैनू ना तू इन्नी टेंशन दे यार, तू आपे देख। सुन आज तो बाद इस कमरे का नाम होवेगा रंगी मंगा कोऑपरेटिव बैंक। अच्छा बैंक चो 4-5 लाख रुपया कढ़ाया 5 स्टार होटल च कीती ऐश,
ਵਧੀਆ ਤੋਂ ਵਧੀਆ ਪਾਵਾਂਗੇ, ਵਧੀਆ ਤੋਂ ਵਧੀਆ ਖਾਵਾਂਗੇ। ਖਾਵਾਂਗੇ ਤੂੰ ਆਰਡਰ ਕਰ ਯਾਰ। ਬਟਰ ਚਿਕਨ, ਕਰੀਮ ਚਿਕਨ, ਬਲਾਈ ਕੋਫਤਾ, ਚਾਰ ਰੁਮਾਲੀ ਰੋਟੀ ਤੇ 10। ਬਸ 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 ਛੋਟੇ, ਇੰਨੀ ਭੁੱਖ ਨਹੀਂ ਪਾਣੀ ਆਪਾਂ। ਅੱਛਾ ਤੂੰ ਫਿਸ਼ ਟਿੱਕਾ ਖਾ, ਬੀਅਰ ਪੀ ਤੇ ਲੰਮੀਆਂ ਤਾਣ ਕੇ ਪੈ ਜਾ। ਸਵੇਰੇ ਉਠਾਂਗੇ, ਰੱਬ ਦਾ ਨਾਂ ਲਵਾਂਗੇ ਤੇ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ। ਠੀਕ ਆ, ਓਕੇ, ਸੋ ਜਾ। ਗੁੱਡ ਨਾਈਟ। ਗੁੱਡ ਨਾਈਟ, ਸੋ ਜਾ। ਗੁੱਡ ਨਾਈਟ। ਸ਼ਿਮ ਸ਼ਿਮ ਖੁੱਲ ਗਿਆ। ਓਮ ਤੁਲਸੀ ਨਮਾ, ਓਮ ਤੁਲਸੀ ਨਮਾ, ਓਮ ਕੇਸ਼ਵਾਯ ਨਮਾ, ਓਮ ਕੇਸ਼ਵਾਯ ਨਮਾ, ਓਮ ਤੁਲਸੀ ਨਮਾ, ਓਮ ਕੇਸ਼ਵਾਯ ਨਮਾ, ਓਮ ਕੇਸ਼ਵਾਯ ਨਮਾ, ਓਮ ਕੇਸ਼ਵਾਯ ਨਮਾ। ਮਾਂ, ਲੱਡੂ ਰੱਖ, ਲੱਡੂ ਬਾਅਦ ਚ ਖਾਈ, ਪਹਿਲਾਂ ਮੰਦਰ ਜਾ ਕੇ ਆ, ਨਾਰੀਅਲ ਚੜਾ ਕੇ ਆ। ਮਾਂ, ਪੰਡਤਾਂ ਦੇ ਘਰ ਜਾਣ ਦਾ ਇਹੀ ਨੁਕਸਾਨ ਹੈ, ਸਵੇਰੇ ਖਾਣ ਨੂੰ ਤਾਂ ਕੁਛ ਮਿਲਦਾ ਨਹੀਂ, ਉਹ ਖੇਡਣ ਮੰਦਰ ਜਾ ਕੇ ਆਓ। ਪਹਿਲਾਂ ਖਵਾਉਣ ਵਾਲੇ ਦੀ ਤਾਂ ਹਾਜ਼ਰੀ ਲਵਾਇਆ, ਫਿਰ ਘਰ ਆ ਕੇ ਜਿੰਦਾ ਮਰਜ਼ੀ ਖਾ ਲਈ। ਸ਼ਾਇਦ ਇਸੇ ਬਹਾਨੇ ਮੈਨੂੰ ਸੋਹਣੀ ਜੀ, ਸੁਨੱਖੀ ਜੀ, ਨੂੰ ਰਾਣੀ ਮਿਲ ਜੇ। ਮਾਂ ਜੀ, ਅੱਜ ਮੈਂ ਮੰਦਰ ਨਾ ਜਾਵਾਂ ਤੇ ਭਗਵਾਨ ਜੀ ਨਾਰਾਜ਼ ਨਹੀਂ ਹੋਣਗੇ? ਓ, ਇਹਨੂੰ ਕਹਿ ਦੇ ਜੇ ਇਹਨੇ ਮੰਦਰ ਨਹੀਂ ਜਾਣਾ ਤਾਂ ਘਰੋਂ ਨਿਕਲ ਜਾਏ। ਘਰੋਂ ਨਿਕਲ ਜਾਏ, ਚਾਹ ਰਿਹਾ। ਜਵਾਨ ਪੁੱਤ ਨੂੰ ਜੋ ਮੂੰਹ ਚ ਆਇਆ ਬੋਲ ਦਿੰਦੇ ਹੋ, ਮੈਨੂੰ ਚੰਗਾ ਨਹੀਂ ਲੱਗਦਾ। ਉਹ ਜੇ ਤੈਨੂੰ ਚੰਗਾ ਨਹੀਂ ਲੱਗਿਆ ਤੇ ਤੂੰ ਵੀ ਘਰੋਂ ਬਾਹਰ ਨਿਕਲ ਜਾ। ਚੱਲੀਆਂ ਚੱਲੀਆਂ ਕਿਚਨ ਚ ਆਪਣੇ ਪੁੱਤ ਲਈ ਆਲੂਆਂ ਦੇ ਪਰੌਂਠੇ ਬਣਾਉਣ। ਸੁਣ, ਗਰਮ ਗਰਮ ਪਰੌਂਠਿਆਂ ਤੇ ਮੱਖਣ ਨਾ ਰੱਖ ਦੇਈ, ਪਿਘਲ ਜਾਣਾ। ਨਾਲ ਪਨੀਰ ਦੀ ਭੁਰਜੀ ਬਣਾ ਕੇ ਖਵਾ। ਨਿਕੰਮੀ ਔਲਾਦ ਦੀ ਜਿੰਨੀ ਸੇਵਾ ਕੀਤੀ ਜਾਏ, ਘਰ ਉਨਾ ਹੀ ਤਰੱਕੀ ਕਰਦਾ। ਅੱਛਾ, ਮੈਨੂੰ ਤਾਂ ਬਿਲਕੁਲ ਪਤਾ ਨਹੀਂ ਸੀ, ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਪਹਿਲਾਂ ਕਿਉਂ ਨਹੀਂ ਦੱਸਿਆ? ਕਿੱਦਾਂ ਦੀ ਜਨਾਨੀ ਮੇਰੇ ਪੱਲੇ ਪੈ ਗਈ। ਬਾਬਾ ਜੀ, ਪਾਪ ਵੀ ਕਰੇਨੇ ਆ ਤੇ ਪੁੰਨ ਵੀ ਕਰੇਨੇ ਆ, ਵਤ ਸੁਬਾ ਸ਼ਾਮ ਤੇਰੇ ਦਰ ਤੇ ਆ ਖਲੋਨੇ ਆ। ਅਸਾਂ ਤੁਹਾਡੀ ਹਜ਼ੂਰੀ ਸ਼ਰਧਾ ਨਾਲ ਮੱਥਾ ਟੇਕ ਛੱਡਿਆ ਜੀ, ਹੁਣ ਤੁਸਾਂ ਆਪਣਾ ਮਿਹਰ ਭਰਿਆ ਹੱਥ ਅਸਾਂ ਦੇ ਸਿਰ ਤੇ ਰੱਖ ਛੱਡੋ। ਇਸ ਵੇਲੇ ਅਸਾਂ ਦੇ ਦੋ ਹੀ ਪ੍ਰਸ਼ਨ ਨੇ ਬਾਬਾ ਜੀ, ਇੱਕ ਤੇ ਅਸਾਂ ਦੀ ਵਾਈਫ ਡਿੰਪੀ ਨੂੰ ਡਾਇਮੰਡ ਦੇ ਈਅਰ ਰਿੰਗਸ ਦਿਲਵਾ ਦਿਓ, ਤੇ ਦੂਜਾ ਸਾਡੀ ਸਵੀਟੀ ਗੁੱਡੀ ਨੂੰ ਕੋਈ ਗੱਡੀ ਵਾਲਾ ਘਰ ਦੇ ਛੱਡੋ ਸੱਚੇ ਪਾਤਸ਼ਾਹ, ਐਵੇਂ ਮੂੰਹ ਬੰਨ ਕੇ ਸਕੂਟਰੀ ਤੇ ਘੁੰਮਦੀ ਰਹਿੰਦੀ ਹੈਗੀ। ਜੱਸੀ, ਪ੍ਰੋਫੈਸਰ ਬੱਤਰਾ ਦੇ ਨੋਟਸ ਮੈਂ ਤੈਨੂੰ ਦੇ ਚੱਲੀ ਆ, ਕੱਲ ਨੂੰ ਯਾਦ ਨਾਲ ਕਾਲਜ ਲੈ ਆਈ। ਓਕੇ, ਬਾਏ ਬਾਏ। ਨੀ ਜੱਸੀ ਆਈ ਮੰਮੀ। ਲਓ ਜੀ, ਗੌਡ ਜੀ, ਅਸੀਂ ਤਾਂ ਨਾਰੀਅਲ ਤੋੜ ਕੇ ਆਪਣਾ ਕੰਮ ਕਰਤਾ, ਨਾਓ ਇਟਸ ਯੂਰ ਟਰਨ। ਮਤਲਬ ਸਰ, ਤੁਹਾਡਾ ਕੰਮ ਸ਼ੁਰੂ, ਤੁਹਾਡੇ ਕੋਲੋਂ ਕਾਹਦਾ ਲੱਗੋ? ਤੁਸੀਂ ਨੌਕਰੀ ਨਹੀਂ ਦਿੱਤੀ, ਕੋਈ ਗੱਲ ਨਹੀਂ, ਬਸ ਇੱਕ ਸਮਾਰਟ ਜੀ ਛੋਕਰੀ ਦੇ ਦਿਓ। ਅਮਿਤ ਸਾਹਿਬ, ਮੇਰੀ ਮਾਂ ਲਈ ਇੱਕ ਵਧੀਆ ਜੀ ਨੂੰਹ ਦਾ ਪ੍ਰਬੰਧ ਕਰ ਦਿਓ। ਬਸ ਤੁਹਾਡੇ ਲਈ ਇੰਨੇ ਕੰਮ ਸੀ, ਕਰ ਦੋਗੇ ਨਾ? ਕੀ ਗੱਲ, ਜਵਾਬ ਨਹੀਂ ਦਿੱਤਾ? ਥੈਂਕ ਯੂ ਗੌਰ ਜੀ, ਥੈਂਕ ਯੂ। ਸੌਰੀ, ਸੜਕ ਦੇ ਵਿੱਚ ਕਾਰ ਤੁਰਿਆ ਫਿਰਦਾ। ਇੱਕ ਮਿੰਟ। ਥੈਂਕਸ ਕਰ ਤੂੰ ਮੇਰਾ, ਮੈਂ ਤੈਨੂੰ ਬਚਾ ਲਿਆ। ਬਚਾ ਕਿੱਥੇ ਲਿਆ, ਤੁਸੀਂ ਤਾਂ ਸਾਨੂੰ ਜਮਾ ਹੀ ਮਾਰਤਾ। ਹਾਈ ਹਾਈ ਓਏ, ਹਾਈ ਓਏ, ਕਿੱਥੇ ਲੱਗੀ? ਪੁੱਛੋ ਨਾ, ਨਾ ਦੱਸੋ ਆਪਣਾ। ਕੀ ਨਾ ਦੱਸੋ ਆਪਣਾ, ਕੰਡੀਸ਼ਨ ਬਹੁਤ ਕ੍ਰਿਟੀਕਲ ਹੈ। ਮੇਰਾ ਨਾਂ ਸਵੀਟੀ ਹੈ, ਮੈਂ ਗਵਰਨਮੈਂਟ ਕਾਲਜ ਪੜ੍ਹਦੀ ਹਾਂ, ਕਰਦਾ ਐਡਰੈਸ ਤੇ ਮੁਹੱਲੇ ਦਾ ਨਾਂ ਵੀ ਦੱਸਾਂ? ਓ ਨਾ ਜੀ, ਉਹ ਤਾਂ ਅਸੀਂ ਆਪੇ ਹੀ ਲੱਭ ਲਾਂਗੇ, ਆਖਿਰ ਸਾਡਾ ਵੀ ਤਾਂ ਕੋਈ ਫਰਜ਼ ਬਣਦਾ ਹੈ। ਚੱਲ ਪਿੱਛੇ ਹਟ, ਹਟ ਪਿੱਛੇ, ਜਾਣ ਦੇ ਮੈਨੂੰ। ਜਾਓ ਜੀ।
ਰੰਗੀ ਉਹ ਮੰਗੇ ਨਿਕਲੋ ਬਾਹਰ ਤੁਹਾਨੂੰ ਦੱਸੀਏ ਕਿਸੇ ਦੇ ਘਰੇ ਫ੍ਰੀ ਖਾਤੇ ਰਹਿਣ ਦਾ ਕੀ ਮਤਲਬ ਹੁੰਦਾ ਹੈ ਓਏ ਨਿਕਲਦੇ ਹੋ ਬਾਹਰ ਕੇ ਭੰਨੀਏ ਤੁਹਾਡਾ ਦਰਵਾਜ਼ਾ ਉਹ ਤੋਚੀ ਉਹ ਬਿੱਲੇ ਕੱਢੋ ਇਹਨਾਂ ਨੂੰ ਬਾਹਰ ਤੇ ਸਿੱਟੋ ਸਮਾਨ ਇਹਨਾਂ ਦਾ ਖਬਰਦਾਰ ਜੁਗਾ ਕਿਵੇਂ ਦਿਆ ਸਮਾਨ ਚੱਕ ਕੇ ਬਾਹਰ ਮਾਰੂ ਨਾ ਸਾਡੇ ਤੁਹਾਡੇ ਪਿਓ ਦਾ ਰਾਜਾ ਜੇ ਪੁੱਤਰ ਤੁਸੀਂ ਗੁੰਡਾਗਰਦੀ ਉੱਤਰ ਆਇਓ ਨਾ ਤਾਂ ਘੱਟ ਅਸੀਂ ਵੀ ਨਹੀਂ ਹਾਂ ਤੂੰ ਬੋਲਾ ਕੀ ਤਕਲੀਫ ਹੈ ਤੈਨੂੰ ਸੁਣ ਚੋਰੀ ਤੇ ਉੱਤੋਂ ਸੀਨਾ ਚੋਰੀ ਓਏ ਪਿਛਲੇ 6 ਮਹੀਨਿਆਂ ਤੋਂ ਕੋਈ ਫੁੱਟੀ ਕੌਡੀ ਰੱਖੀ ਹੈ ਸਾਡੇ ਹੱਥੇ ਓਏ ਭੈਣ ਮੇਰੀ ਰਾਸ਼ਨ ਲਿਆਉਣ ਕਨੀਓ ਬੈਠੀ ਹੈ ਤੇ ਭਾਣ ਜੀ ਨੇ ਹਜੇ ਤੱਕ ਸਕੂਲ ਦੀ ਫੀਸ ਨਹੀਂ ਦਿੱਤੀ ਤੇ ਸਿੱਧਾ ਬੋਲ ਕਿਰਾਇਆ ਚਾਹੀਦਾ ਨਾ ਅਸੀਂ ਹੋਰ 6 ਮਹੀਨਿਆਂ ਤੋਂ ਕੀ ਰੌਲਾ ਪਾ ਰਹੇ ਹਾਂ ਕਿਰਾਇਆ ਹੀ ਤਾਂ ਮੰਗ ਰਹੇ ਹਾਂ ਨਾ ਹਾਂ ਫਾਰਸੀ ਤਾਂ ਨਹੀਂ ਬੋਲਦੇ ਚੱਲ ਠੀਕ ਆ ਫੇ ਸ਼ਿੰਗਾਰਿਆ ਫੈਲਾ ਆਪਣੇ ਦੋਵੇਂ ਹੱਥ ਇੱਕ ਹੱਥ ਤੇ ਰੱਖਦਾ ਮੈਂ ਤੇਰੇ ਪਿਛਲੇ 6 ਮਹੀਨੇ ਦਾ ਕਿਰਾਇਆ ਤੇ ਦੂਜੇ ਹੱਥ ਤੇ ਧਰੂ ਮੇਰਾ ਯਾਰ ਅਗਲੇ 6 ਮਹੀਨੇ ਦਾ ਐਡਵਾਂਸ ਚੱਲ ਕੱਢ ਉਹ ਬੱਲਿਆ ਜਿੰਨੀ ਨਹਾਤੀ ਉਨਾ ਹੀ ਪੁੰਨ ਉਹ ਵੀਰੇ ਸਵੇਰੇ ਸਵੇਰੇ ਮਜ਼ਾਕ ਚੰਗਾ ਨਹੀਂ ਹੁੰਦਾ ਤੁਸੀਂ ਐਂ ਕਰੋ ਝਗੜਾ ਮਿਟਾਉਣ ਲਈ 3 ਮਹੀਨੇ ਦਾ ਐਡਵਾਂਸ ਹੀ ਦੇ ਦਿਓ ਉਹ ਸ਼ਿੰਗਾਰਿਆ ਅਸੀਂ ਮਜ਼ਾਕ ਨਹੀਂ ਕਰ ਰਹੇ ਤੂੰ ਆਪਣੇ ਹੱਥਾਂ ਫਲਾ ਤੇਰੇ ਹੱਥਾਂ ਤੇ ਸਰੋ ਜਮਾ ਕੇ ਦਿਖਾਵਾਂਗੇ ਅੱਛਾ ਇਹ ਗੱਲ ਹੈ ਲਿਆਓ ਫਿਰ ਕੱਢੋ ਚੱਕ ਪਿਛਲੇ 6 ਮਹੀਨੇ ਦਾ ਕਰਾਇਆ ਯਾ ਚੱਕ ਅਗਲੇ 6 ਮਹੀਨੇ ਦਾ ਐਡਵਾਂਸ ਓਏ ਆ ਤਾਂ ਕਮਾਲ ਹੋ ਗਈ ਉਹ ਭੈਣ ਉਹ ਰੂਹੀ ਪੁੱਤਰ ਆ ਦੇਖ ਓਏ ਉਹ ਜੱਗੀ ਓਏ ਆ ਦੇਖ ਆ ਤਾਂ ਕਮਾਲ ਹੋ ਗਈ ਭੈਣੇ ਐ ਕਰ ਆ ਰੱਖ ਤੂੰ 6 ਮਹੀਨੇ ਦਾ ਕਰਾਇਆ ਤੇ ਆ 6 ਮਹੀਨੇ ਦਾ ਮੇਰੇ ਕੋਲ ਰਹਿਣ ਦੇ ਥੈਂਕ ਯੂ ਯਾਰ ਥੈਂਕ ਯੂ ਤੁਸੀਂ ਤਾਂ ਕਮਾਲ ਕਰਤੀ ਅਸੀਂ ਤਾਂ ਤੁਹਾਨੂੰ ਐਵੇਂ ਸਮਝ ਰਹੇ ਸੀ ਉਹ ਜੱਗੀ ਉਹ ਤੋਚੀ ਅੱਜ ਤੁਹਾਨੂੰ ਕਸੌਲੀ ਘੁਮਾ ਕੇ ਲਿਆਵਾਂ ਓਏ ਅੱਜ ਤਾਂ ਕੋਈ ਕਰਮ ਵਾਲਾ ਬੱਚੇ ਲੱਗਿਆ ਸੀ ਹਲੇ ਕਮੋ ਭੈਣ ਆਪਣਾ ਤਾਲਾ ਅਸੀਂ 6 ਮਹੀਨੇ ਦਾ ਐਡਵਾਂਸ ਦੇ ਕੇ ਆਪਣਾ ਨਵਾਂ ਤਾਲਾ ਲਾਤਾ ਹੁਣ ਅਸੀਂ ਕਮਰੇ 'ਚ ਰਹੀਏ ਜਾਂ ਨਾ ਰਹੀਏ ਸਾਡੇ ਕਮਰੇ ਵੱਲ ਕੋਈ ਨਾ ਝਾਂਕੇ ਜੇ ਪੈਸੇ ਪੂਸੇ ਹੋਰ ਚਾਹੀਦਾ ਗੱਲ ਕਰੋ ਪੈਸਿਆਂ ਦੀ ਕਿਹੜੀ ਗੱਲ ਹੈ ਬਸ ਤੁਸੀਂ ਕਿਰਾਇਆ ਟਾਈਮ ਸਿਰ ਦੇ ਦਿਆ ਕਰੋ ਬਾਕੀ ਇਹ ਘਰ ਤਾਂ ਤੁਹਾਡਾ ਆਪਣਾ ਹੈ ਜਿਸ ਵੇਲੇ ਮਰਜ਼ੀ ਆਓ ਜਿਸ ਵੇਲੇ ਮਰਜ਼ੀ ਜਾਓ ਚੱਲ ਯਾਰਾ ਤੈਨੂੰ 5 ਸਟਾਰ ਦੀ ਕਾਫੀ ਪਲੱਗ ਲਿਆਵਾਂ ਓਕੇ ਬਾਏ ਪੈਸੇ ਆ ਗਏ ਯੈਸ ਮਮ ਵਾਹਿਗੁਰੂ 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 ਡਿੰਪੀ ਜੀ ਓਏ ਹੋਏ 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 ਓ ਡਿੰਪੀ ਜੀ ਓਏ ਫਿਸ਼ ਓਏ ਮੱਛੀ ਮੱਛੀ ਨਾਲ ਹੀ ਤਾਂ ਜ਼ਿੰਦਗੀ ਅੱਛੀ ਹੈ ਨਹੀਂ ਤਾਂ ਕੀ ਮਜ਼ਾ ਹੈ ਕੀ ਖਿਆਲ ਹੈ ਤੁਹਾਡਾ ਬੜਾ ਨੇਕ ਖਿਆਲ ਹੈ ਜੀ ਯਾਦ ਹੈ ਤੁਸਾਂ ਨੂੰ ਇਸੇ ਮੱਛੀ ਨੇ ਆਪਾਂ ਨੂੰ ਆਪਸ ਵਿੱਚ ਮਿਲਾਇਆ ਸੀ ਹਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਹਿਲੀ ਵਾਰੀ ਆਪਾਂ ਇੱਕ ਫਿਸ਼ ਸ਼ਾਪ ਤੇ ਮਿਲੇ ਸੀ ਤੁਸਾਂ ਮੇਰਾ ਲਿਫਾਫਾ ਮੈਂ ਤੁਹਾਡਾ ਲਿਫਾਫਾ ਗਲਤੀ ਨਾਲ ਚੁੱਕੇ ਲੈ ਗਈ ਸੀ ਗਲਤੀ ਕਿਵੇਂ ਨਾ ਲੱਗਦੀ ਡਿੰਪੀ ਜੀ ਉਦੋਂ ਤੁਸੀਂ ਐ ਹੀ ਇਤਨੇ ਬਿਊਟੀਫੁਲ ਸੋ ਕਿਉਂ ਹੁਣ ਮੈਨੂੰ ਕੀ ਹੋਇਆ ਹੁਣ ਤੁਸੀਂ ਫੁੱਲ ਰਹਿ ਗਏ ਹੋ ਬਿਊਟੀ ਤਾਂ ਕਿਤੇ ਗਾਇਬ ਹੀ ਹੋ ਗਈ ਹੈ ਜਾਓ ਮੈਂ ਨਾ ਬੋਲ ਸਾਂ ਤੁਹਾਡੇ ਨਾਲ ਓਏ ਓਏ ਉਹ ਜ਼ਰਾ ਮਜ਼ਾਕ ਨੂੰ ਸਮਝਿਆ ਕਰੋ ਡਿੰਪੀ ਜੀ ਤੁਸੀਂ ਅੱਜ ਵੀ ਉਤਨੇ ਹੀ ਬਿਊਟੀਫੁੱਲ ਹੋ ਪਰ ਜਦੋਂ ਤੁਸੀਂ ਆਪਣੇ ਹੱਥ ਨਾਲ ਅੱਸਾਂ ਨੂੰ ਇਹ ਫਿਸ਼ ਖਵਾਉਂਦੇ ਹੋ ਨਾ ਤੇ ਧਰਮ ਨਾਲ ਬਹੁਤ ਹੀ ਸੋਹਣੇ ਲੱਗਦੇ ਹੋ ਅੱਛਾ ਇਹ ਗੱਲ ਹੈ ਤਾਂ ਇਹ ਫਿਸ਼ ਮੈਂ ਤੁਹਾਡੇ ਲਈ ਖਾਸ ਬਣਾਈ ਹੈ ਚੱਕ ਕੇ ਵੇਖੋ ਸੂ ਮਾਮੀ 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 ਕੀ ਗੱਲ ਹੈ ਮੋਮ ਡੈਡ ਅੱਜ ਬੜਾ ਰੋਮਾਂਸ ਹੋ ਰਿਹਾ ਮੈਂ ਤਾਂ ਤੇਰੇ ਡੈਡ ਲਈ ਇਹ ਬਣਾਈ ਸੀ ਹਾਂ ਜੀ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਦ ਤੁਸੀਂ ਦੋਨੋਂ ਆਪਣੇ ਰੋਮਾਂਸ ਤੋਂ ਫ੍ਰੀ ਹੋ ਜਾਓ ਨਾ ਤੇ ਮੋਮ ਕੁਝ ਇਹੋ ਜਿਹੀ ਚੀਜ਼ ਮੇਰੇ ਖਾਣ ਨੂੰ ਭੇਜ ਦਿਓ ਓਕੇ ਮੈਂ ਜਾ ਰਹੀ ਹਾਂ ਆਪਣੇ ਰੂਮ 'ਚ ਬਾਏ ਹੁਣ ਦੱਸੋ ਕਿਹਨੂੰ ਦੇਸਾਂ ਤੁਹਾਨੂੰ ਜਾਂ ਉਸ ਨੂੰ ਉਸ ਨੂੰ ਦੇ ਛੱਡ ਸੁ ਮੇਰਾ ਤੇ ਤੁਸਾਂ ਨੂੰ ਵੇਖ ਕੇ ਢਿੱਡ ਭਰ ਗਿਆ ਪਰ ਮੈਨੂੰ ਤਾਂ ਬੜੀ ਭੁੱਖ ਲੱਗੀ ਹੈ ਚਲੋ ਆਪਣੇ ਹੱਥਾਂ ਨਾਲ ਹੀ ਖਵਾ ਦਿਓ ਹਲਾ ਕਿਉਂ ਤੁਸੀਂ ਰੁਕ ਕਿਉਂ ਗਏ ਮੈਂ ਸੋਚ ਰਿਹਾ ਸਾਂ ਡਿੰਪੀ ਜੀ ਕਿ ਆਦਮੀ ਨੂੰ ਕਦੇ ਝੂਠ ਨਹੀਂ ਬੋਲਣਾ ਚਾਹੀਦਾ ਨਾ ਓ ਕੀ ਹਾਲ ਹੈ ਤੇਰਾ ਲਾਭ ਸਿਆ ਬਸ ਠੀਕ ਹੈ ਜਨਾਬ ਤੁਸੀਂ ਸੁਣਾਓ ਉਹ ਟੱਲੀ ਚਾਹ ਲਿਆ ਜਲਦੀ ਜਨਾਬ ਖੜੇ ਖੜੇ ਥੱਕ ਨਾ ਜਾਣ ਹੋਰ ਫਿਰ ਜਨਾਬ ਥਾਣਾ ਠੀਕ ਚੱਲੀ ਜਾਂਦਾ ਹੈ ਉਹ ਥਾਣੇ ਨੂੰ ਛੱਡ ਅਸ ਤਾਂ ਤੇਰੀ ਚਾਹ ਦੇ ਦਿਵਾਨੇ ਆ ਲਓ ਜੀ ਬਈ ਲਾਭ ਸਿਆ ਜੇ ਮੇਰੀ ਸਿੰਘਣੀ ਨੂੰ ਪਤਾ ਲੱਗ ਜੇ ਕਿ ਮੈਂ ਹਰ ਰੋਜ਼ ਸਵੇਰੇ ਚਾਹ ਤੇਰੇ ਕੋਲ ਪੀਣਾ ਤੈਨੂੰ ਸਾਲਿਆ ਡੋਲੂ ਵਾਂਗੂ ਮਾਂਜ ਕੇ ਰੱਖ ਦੂੰਗਾ ਸਾਹਿਬ ਜੀ ਮੇਰੇ ਤੋਂ ਕੋਈ ਗਲਤੀ ਹੋ ਗਈ
ਉਹ ਗਲਤੀ ਨਹੀਂ ਚਾਹ ਹੀ ਇੰਨੀ ਵਧੀਆ ਬਣਾਉਣਾ ਕਿ ਮੂੰਹ ਹੀ ਨਹੀਂ ਲੈਂਦੀ ਕੀ ਪਾਉਣਾ ਵਿੱਚ ਓਏ ਤੁਸੀਂ ਇਹ ਸਮਝ ਲਓ ਵੀ ਚਾਹ ਦੇ ਵਿੱਚ ਮੈਂ ਆਪਣੇ ਪਿਆਰ ਦੀ ਖੰਡ ਘੋਲ ਦਿੰਦਾ ਆਹ ਮੰਨ ਗਿਆ ਤੇਰੀ ਸਕੀਮ ਨੂੰ ਫਿਰ ਤਾਂ ਮੇਰੇ ਤੋਂ ਬਿਨਾਂ ਹੋਰ ਵੀ ਤੇਰੀ ਚਾਹ ਦੇ ਬਹੁਤ ਕੈਲ ਹੋਣਗੇ ਬਿਲਕੁਲ ਕੈਲ ਨੇ ਆਹ ਕੈਰੀਅਨ ਜੱਟਾ ਜਿਨ੍ਹਾਂ ਨੇ ਬਣਾਈ ਹੈ ਉਹ ਭਾਰੇ ਜੇ ਕੰਗ ਸਾਹਿਬ ਪਟਿਆਲੇ ਵੜਨ ਤੋਂ ਪਹਿਲਾਂ ਮੇਰੀ ਚਾਹ ਜ਼ਰੂਰ ਪੀ ਕੇ ਜਾਂਦੇ ਨੇ ਲਾਭ ਸਿਆ ਹਾਂਜੀ ਆਹ ਪੰਜਾਬੀ ਫਿਲਮਾਂ ਹੀ ਨਾ ਅੱਜ ਕੱਲ੍ਹ ਬੜਾ ਰੌਲਾ ਹੈ ਇਹ ਬੜੇ ਪੈਸੇ ਇਕੱਠੇ ਕਰਦੀਆਂ ਕਹਿੰਦੇ ਉਹ ਪੁੱਛੋ ਨਾ ਸਰਕਾਰ ਇਹਨਾਂ ਫਿਲਮਾਂ ਨੇ ਤਾਂ ਵੱਡੇ ਵੱਡੇ ਬਿਲਡਰਾਂ ਦੇ ਦਿਮਾਗ ਖਰਾਬ ਕਰਤੇ ਕਿਵੇਂ ਦੇਖੋ ਬਣਾਉਣ ਤੇ ਲਾਇਆ 4-4 crore ਤੇ ਕਮਾਇਆ 24-24 crore ਭਲਾ ਦੱਸੋ ਹੋਰ ਕਿਹੜੇ ਬਿਜ਼ਨਸ ਵਿੱਚੋਂ ਇੰਨੀ ਕਮਾਈ ਹੈ ਉੱਤੋਂ ਇੱਟਾਂ ਰੇਤਾ ਬਜਰੀ ਸਭ ਮਿਲਣੋਂ ਹਟ ਗਿਆ ਆ ਜਿੰਨੇ ਵੀ ਕਲੋਨੀਆਂ ਬਣਾਉਣ ਵਾਲੇ ਸੀਗੇ ਉਹ ਸਾਰੇ ਦੇ ਸਾਰੇ ਫਿਲਮਾਂ ਬਣਾਉਣ ਲੱਗ ਗਏ ਜਨਾਬ ਇੱਕ ਮਿੰਟ ਫੋਨ ਆ ਗਿਆ ਹਾਂ ਬਾਈ ਰੱਤੇ ਹਾਂ ਮੈਂ ਉੱਥੇ ਆਉਣਾ ਉਹ ਮੈਨੂੰ ਪਤਾ ਐਸ ਐਸ ਪੀ ਸਾਹਿਬ ਦੀ ਪ੍ਰੋਬਲਮ ਦਾ ਹਾਂ ਮੈਂ ਸਿੱਧਾ ਉੱਥੇ ਆਉਣਾ ਚੰਗਾ ਬਈ ਲਾਭ ਸਿਆ ਕੈਰੀ ਆਨ ਜੱਟਾ ਉਹ ਚੰਗਾ ਜਨਾਬ ਜੱਟ ਐਂਡ ਜੂਨੀਅਰ ਜੈਨ ਸਰ ਜੈਨ ਸਰ ਜਨਾਬ ਕਿੰਨਾ ਚਿਰ ਇੱਦਾਂ ਉਦਾਸ ਬੈਠੇ ਰਹੋਗੇ ਹੁਣ ਅੱਗੇ ਕੀ ਕਰਨਾ ਦੱਸੋ ਉਹ ਜੇ ਮੈਨੂੰ ਪਤਾ ਹੁੰਦਾ ਕੀ ਕਰਨਾ ਮੈਂ ਤੈਨੂੰ ਫੋਨ ਕਰੇ ਕਾਹਦੇ ਵਾਸਤੇ ਬੁਲਾਉਂਦਾ ਇਹ ਤਾਂ ਬਿਲਕੁਲ ਹੀ ਨੇਰ ਕਰਦੀ ਹੈ ਜੀ ਉਲਟੀ ਗੰਗਾ ਬਹਿ ਗਈ ਪੁਲਿਸ ਪਹਿਲਾਂ ਚੋਰਾਂ ਨੂੰ ਫੜਦੀ ਸੀ ਹੁਣ ਮੋਰਾਂ ਨੂੰ ਚੋਰ ਪੈ ਗਏ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਕਮਿਸ਼ਨਰ ਸਾਹਿਬ ਪੁੱਛਣਗੇ ਤਾਂ ਕੀ ਜਵਾਬ ਦੇਵਾਂਗੇ ਸਰ ਹੈਲੋ ਡੀ ਐਸ ਪੀ ਧਨੋਆ ਹੈ ਧਨੋਆ ਸਾਹਿਬ ਐਸ ਐਸ ਪੀ ਸਾਹਿਬ ਕਿੱਥੇ ਨੇ ਸਰ ਕਮਿਸ਼ਨਰ ਸਾਹਿਬ ਦਾ ਫੋਨ ਹੈ ਤੁਹਾਡੇ ਬਾਰੇ ਪੁੱਛ ਰਹੇ ਨੇ ਉਹ ਆਪ ਹੀ ਗੱਲ ਕਰ ਲੈ ਕਹਦੇ ਯਾਰ ਦੌਰੇ ਤੇ ਹੈ ਸਰ ਉਹ ਕਿਸੇ ਕੇਸ ਦੇ ਸਿਲਸਿਲੇ 'ਚ ਬਾਹਰ ਦੌਰੇ 'ਤੇ ਨੇ ਜੀ ਮੈਂ ਤੁਹਾਡੇ ਲਈ ਕੀ ਕਰ ਸਕਦਾ ਸਰ ਉਹ ਮੈਂ ਇਹ ਪੁੱਛਣਾ ਸੀ ਖਜ਼ਾਨੇ ਦਾ ਪੈਸਾ ਕਿਤੇ ਖਜ਼ਾਨੇ 'ਚ ਜਮ੍ਹਾਂ ਤਾਂ ਨਹੀਂ ਕਰਾਤਾ ਖਜ਼ਾਨੇ ਦਾ ਪੈਸਾ ਪਤਾ ਨਹੀਂ ਸਰ ਮੈਨੂੰ ਲੱਗਦਾ ਨਹੀਂ ਨਹੀਂ ਕੀਤਾ ਗੁੱਡ ਤੇ ਲਓ ਅਗਲੀ ਗੱਲ ਹੁਣ ਧਿਆਨ ਦੇ ਨਾਲ ਸੁਣੋ ਜੀ ਸਰ ਖਜ਼ਾਨੇ 'ਚ ਹੋ ਗਈ ਆ ਹੇਰਾ ਫੇਰੀ ਜੀ ਖਜ਼ਾਨਚੀ ਤੇ ਕੁਝ ਮੁਲਾਜ਼ਮ ਸ਼ੱਕ ਦੇ ਘੇਰੇ 'ਚ ਨੇ ਅੱਛਾ ਜੀ ਮਾਮਲਾ ਹੁਣ ਚਲ ਗਿਆ ਸੀ ਬੀ ਆਈ ਦੇ ਕੋਲ 6-7 months ਲੱਗਣਗੇ ਇਨਕੁਆਇਰੀ ਨੂੰ ਓ ਐਸ ਐਸ ਪੀ ਨੂੰ ਕਹਿਣਾ ਅਗਲੇ 6-7 months ਟਾਈਟ ਸਿਕਿਉਰਿਟੀ ਦੇ ਥੱਲੇ ਇਹ ਪੈਸਾ ਆਪਣੇ ਕੋਲ ਰੱਖਣ ਤੁਸੀਂ ਫਿਕਰ ਨਾ ਕਰੋ ਸਰ ਮੈਂ ਮੈਸੇਜ ਕਨਵੇ ਕਰ ਦਿੰਦਾ ਬਿਹਤਰ ਸਰ ਜੈਨ ਸਰ ਜਨਾਬ ਕਮਾਲ ਹੋ ਗਈ ਰੱਬ ਨੇ ਥੋੜੀ ਨੇੜੇ ਹੋ ਕੇ ਸੁਣ ਲਈ ਕਿਉਂ ਖਜ਼ਾਨੇ ਦਾ ਪੈਸਾ ਲੱਭ ਗਿਆ ਪੈਸਾ ਨਹੀਂ ਲੱਭਿਆ ਜੀ 6 months ਦੀ ਮੋਹਲਤ ਮਿਲ ਗਈ ਖਜ਼ਾਨੇ 'ਚ ਹੋ ਗਈ ਹੇਰਾ ਫੇਰੀ ਤੇ ਸੀ ਬੀ ਆਈ ਦੀ ਇਨਕੁਆਇਰੀ 6 months ਵਾਸਤੇ ਬੈਠ ਗਈ ਤੇ ਹੁਣ ਤੁਸੀਂ 6 months ਦੇ ਵਿੱਚ ਵਿੱਚ ਇਹ ਪਤਾ ਕਰ ਲਓ ਕਿ 12 crore ਆਪਾਂ ਕਿੱਥੋਂ ਪੈਦਾ ਕਰਨਾ ਤੁਹਾਨੂੰ ਇਹ ਹੁਣ ਲਾਸਟ ਸਟਾਫ ਦੀ ਡਿਊਟੀ ਕੁਝ ਸੋਚ ਕੇ ਦੱਸਣ ਨੱਥਿਆ ਜਨਾਬ ਪ੍ਰੇਮੇ ਜੀ ਸਰ ਲੈ ਵੀ ਸੋਚੋ ਦਿਮਾਗ ਲਾ ਕੇ ਕਿ 6 months ਦੇ ਵਿੱਚ ਵਿੱਚ ਮੈਂ 12 crore ਕਿੱਥੋਂ ਲਿਆਈਏ ਤੂੰ ਉਧਰ ਜਾ ਕੇ ਸੋਚ ਜੀ ਜਨਾਬ ਤੂੰ ਇਧਰ ਚੱਲ ਜਨਾਬ ਤੂੰ ਕੋਠੇ ਚੜ ਜਾ ਜਨਾਬ ਤੂੰ ਟੇਬਲ ਥੱਲੇ ਵੜ ਜਾ ਜਨਾਬ 12 crore ਰਕਮ ਬਹੁਤ ਜ਼ਿਆਦਾ ਹੈ ਬਾਰ ਜਨਾਬ ਮੈਂ ਸੋਚ ਲਿਆ ਜੀ ਹਾਂ ਤੁਸੀਂ ਆਪਣੀ ਡਿਊਟੀ ਨਾ ਬਾਰਡਰ ਤੇ ਲਗਵਾ ਲਓ ਉੱਥੇ 1 crore rupees ਦੀ ਕੋਕੀਨ ਸਮਗਲ ਹੁੰਦੀ ਹੈ ਨਾਲੇ ਤੁਹਾਡੇ ਤੇ ਕਿਹਨੇ ਸ਼ੱਕ ਕਰਨਾ ਫਿਰ 12 crore ਕੀ ਜਿੰਨੇ ਮਰਜ਼ੀ ਨੋਟ ਛਾਪੋ ਸ਼ਟ ਅਪ ਸੌਰੀ ਸਰ ਸਰ ਮੈਂ ਤਾਂ ਕਹਿੰਦਾ 4-5 trucks ਧੁੱਕੀ ਦੇ ਬਾਰੇ ਬਾਰੇ ਵੇਚ ਦਿੰਨੇ ਆ ਓਏ ਤੂੰ ਸਾਹਿਬ ਨੂੰ ਸਮਗਲਿੰਗ ਦੇ ਕੇਸ ਚ ਅੰਦਰ ਕਰਾਉਣਾ ਚਾਹੁੰਦਾ ਉਹ ਪਹਿਲੀ ਕਿੰਨੀ ਟੈਨਸ਼ਨ ਚ ਨੇ ਜੇ ਸ਼ਕਲ ਨਹੀਂ ਚੱਜਦੀ ਗਲਤ ਤਾਂ ਚੱਜਦੀ ਕਰ ਲਿਆ ਕਰੋ ਸੌਰੀ ਸਰ ਜਨਾਬ ਮੇਰੇ ਦਿਮਾਗ 'ਚ ਇੱਕ ਗੱਲ ਆਈ ਹੈ ਜੀ ਆਪਾਂ 12 crore rupees ਕਮਿਸ਼ਨਰ ਸਾਹਿਬ ਤੋਂ ਉਧਾਰਾ ਨਾ ਫੜ ਲਈਏ ਜੀ ਧਨੋਏ ਮਾਰ ਦੇ ਗੋਲੀ ਇਹਨਾਂ ਨੂੰ ਮੈਂ ਮੇਰੇ ਦੇ ਬੈਸਟ ਮੂਰਖ ਮੇਰੇ ਪੱਲੇ ਪਾ ਰੱਖਿਆ ਕੋਈ ਕੰਮ ਦਾ ਬੰਦਾ ਨਹੀਂ ਇੱਦਾਂ ਨਾ ਕਹੋ ਸਰ ਕੰਮ ਦਾ ਬੰਦਾ ਤੁਹਾਡੇ ਸਾਹਮਣੇ ਬੈਠਾ ਸਰ ਫਿਰ ਬੋਲ ਕੀ ਕਰਨਾ ਬਣਾਉਣ ਤੇ ਲਾਇਆ 4-4 crore ਤੇ ਕਮਾਇਆ 24-24 crore ਅੱਛਾ ਭਲਾ ਦੱਸੋ ਹੋਰ ਕਿਹੜੇ ਬਿਜ਼ਨਸ ਵਿੱਚੋਂ ਇੰਨੀ ਕਮਾਈ ਹੈ ਸਰ ਆਪਾਂ ਇੱਕ ਪੰਜਾਬੀ ਫਿਲਮ ਨਾ ਬਣਾ ਲਈਏ ਅੱਜ ਕੱਲ੍ਹ ਪੰਜਾਬੀ ਫਿਲਮਾਂ ਬਹੁਤ ਪੈਸੇ ਕਮਾ ਰਹੀਆਂ ਸਰ ਉਹ ਤੈਨੂੰ ਇਹ ਯਾਰ ਕੁਝ ਸੋਚ ਸਮਝ ਕੇ ਬੋਲਿਆ ਅਗਰ ਪੁਲਿਸ ਹੁਣ ਆਹ ਕੰਮ ਕਰੂਗੀ 4 crore rupees ਦੀ ਲਾਗਤ 24 crore rupees ਦੀ ਕਮਾਈ ਹੈ 4 crore ਦੀ ਲਾਗਤ ਕੱਢ ਦੋ ਬਾਕੀ ਬਚ ਗਿਆ 20 crore 20 crore ਚੋਂ 12 crore rupees ਕਰਾਵਾਂਗੇ ਖਜ਼ਾਨੇ ਜਮ੍ਹਾਂ ਤੇ ਬਾਕੀ ਬਚ ਗਿਆ 8 crore 8 crore rupees ਗਿਣਦੇ ਗਿਣਦੇ ਆਪਣੀਆਂ ਘਰ ਵਾਲੀਆਂ ਦੇ ਮੂੰਹ ਚੋਂ ਥੁੱਕ ਮੁੱਕ ਜਾਣਾ ਜਨਾਬ ਖਿਆਲ ਤੇਰਾ ਬੜਾ ਨੇਕ ਹੈ ਯਾਰ ਪਰ ਹੁਣ ਇਹ ਕੰਮ ਤੇਰੇ ਘਰ ਤੋਂ ਸ਼ੁਰੂ ਹੋਊ ਮੈਂ ਸਮਝਿਆ ਨਹੀਂ ਜੀ ਉਹ ਜਿਹੜਾ ਬੋਲੇ ਉਹੀ ਕੁੰਡਾ ਖੋਲੇ
पैसे का प्रबंध करूंगा मैं, फिल्म बनाएगा तू। फिल्म मैं? यस सर, मैं कदे यह जा पंगा लिया नहीं जी, मैनू थोड़ा जिहा वास्ते सोचने लई टाइम दिओ जी। टेक योर टाइम। ठीक है सर। जनाब आ जिहड़ी बड्डे साहब ने थोड़ी फिल्म बनाने वाली ड्यूटी लाती, पूरी कर लोगे जी? मैं थप्पड़ मारूंगा एकदम, मैं पहले ही टेंशन चा, उत्तों तू नन्ना पाई जाना, पूरी कर लोगे जी? पहले ही मेरे घर तो मरिया हुआ सप्प पै गया, मैनू यह नहीं समझ आती इस सप्प नू मैं लागे कितने सुटूंगा। साला हुंदा गड़ी गड़ मेरी। जनाब जनाब ये फिल्म वाला पंगा कितों ले लिया? और जिन्ना मर्जी मुलकोई फिरो सोने हो, तुहाडी स्कूटरी दा नंबर सानू बाय हार्ट याद है। चल हट परा, रोड रोमियो किसे था दा। ओ मैं सच के तेरी, चल हट दे। फिर देखी किवें प्यार नाल कलाशो कलाशो कर दे आउंदे ने। ओ कलेशो ओ कलेशो नी कलेशो आ देखे, लून थोड़ा घट नहीं लगता? लून च खोण नहीं आई, मेरा नाम कलेशो नहीं कलाशो है। किन्ने बारी क्या है, मेरा नाम सही तरीके नाल लिया करो। चल जे तेनू ऐ लगता मैं तेरा नाम बिगाड़ दा, तू मेरा बिगाड़ दे। मैं थानू की कह के बुलाया करा तेनू ऐसा? तू इदा कर मैनू, तू मैनू धर्मेंद्र कह दिया कर। मैं कलेशो ते तुसी धर्मेंद्र, ना की गल, मेरे च थानू हेमा मालिनी नजर नहीं आती। ओ इसलिए नजर नहीं आती क्योंकि मैं बुरी तरह फसया होया, जे कर सकदी हां तां मेरी हेल्प कर दे हेमा मालिनीए। आ होई ना गल, हुण दसो गल की है? गल की है, एसएसपी साहब ने मेरी ड्यूटी फिल्म बनाउण ते लाती, ओ साडे तां कदे बुढ़िया ने फिल्म नहीं बनाई। हाय रब्बा, यानी कि हुण तुसी फिल्म बनाओगे ते मैं हीरोइन बनूंगी? बन जा तू हीरोइन, मैं हीरो बन जाना, तेरा प्यो डायरेक्ट कर दू, पैसे पुलिस दे लगे ने, उन्हां दा दवाला निकल जी। ऐवे जबलियां मारनियां बंद करो, पता चिराग लेके भी लबोगे ना तां भी मेरे वर्गी हीरोइन नहीं लबड़ी। जदों मैं तैनूं हीरोइन लैणी ही नहीं, फिर चिराग च तेल पाउण दी लोड़ की है? जाके साग च लून पाके रोटी लेके आ कलेशो। फिर कलेशो? ओ चंगा बाबा कलाशो कलाशो कलाशो। हुण ना पावे तीन वारी छड के चार वारी कह लो, लेकिन मैं थानू तलाक नहीं दिंदी। हद है यार, कैसी पुट्ठी खोपड़ी है, मैं तलाक दा नाम नहीं लिया, ऐवें कलेश खड़ा कर लिया। कलेशो चिट्ठियां वाला काम तो पुराना है मैडम, अपना मोबाइल नंबर तो दसो। अख तेरे नाल लड़ गई है, अख तेरे नाल लड़ गई है, कच दे गलास वर्गी सोनी तेरे उत्ते मर गई है, कच दे गलास वर्गी सोनी तेरे उत्ते मर कार तेरा बड़ी छेती आ जांदा। कल नू कॉलेज मिलदे हां, ओके?
अपनी मम्मी नु पुछांगी जे मम्मी कहणगी हां तां हां नहीं ते फिर नहीं। बेवकूफ डंगर किसे थां दी एहो जियां गल्लां मम्मी नाल थोड़ी करी दी होंदी है। ते होर फिर होर किदे नाल करी दी ने। अच्छा तू दस जे तेनू कोई प्रपोज करे तां तू सिद्धी हां कर देंगी? ना कदे भी नहीं। पावे मुंडा कॉलेज दे बाहर रोज मोटरसाइकिल लेके क्यों ना आंदा होवे। आ होई ना गल। वैसे भी अजकल कुड़ियां ने मोटरसाइकिल वाला मुंडा वेख्या नहीं ते पिछे बैठ के फुर हो जांदियां ने। पर जस्सी जेड़े मुंडे ने थानू प्रपोज किता होवे ते बेचारा कॉलेज दे बाहर खड़ा थोड़ी वेट करदा होवे ओदी थोड़ी बहुत कदर तक करनी चाहिदी है। की मतलब है तेरा? मतलब बाय। हाय मम्मी इस वीडियो जी फेर चढ़ के चली गई। ले आ गई तेरी फेवरेट शॉप। ओ वाओ ओ वेक सामने खड़ी है चाची लच्छी। चाची लच्छी बिना कंडे तो मच्छी। मैं सदके जावा जोड़ी दे बल्ली तेनू हुणे दिन्नी आ बिना कंडे तो मल्ली। पर ओ यू मीन पैसे? इन द नेम ऑफ माय डियर फादर पंडित देवदत्त शर्मा। राइट। तू फेसबुक चेक कीता? प्रिया यार आजकल ताना प्रिया। हां प्रिया प्लीज फ्रेंडशिप Which कोई problem? Yeah, I don't have any problem. Okay, thank you, please. Okay. Please sit. Oh, Googly! Oh, Googly! इतना मेरी जान इतना। क्यों होया? देख मैं। कुड़ी कर लिया पसेट। क्यों अपने दोनों friendship करनु है तैयार? ये यकीन नहीं होता तो एक मिनट देख। प्रिया, hi. आ गया यकीन? उन्हें कर गल? ना गल की करा? तेरा अंग्रेजी रोमांस मेनू समझ नहीं आंदा। आपा नु तां भाई देसी रोमांस ही ठीक आ। ना सानू दस दे। ਕਿਹੜਾ ਦੇਸੀ ਰੋਮਾਂਸ ਪਸੰਦ ਆ ਤੈਨੂੰ? ਲੈ ਫਿਰ ਸੁਣ, ਦੇਸੀ ਰੋਮਾਂਸ ਤੈਨੂੰ ਮੈਂ ਦੱਸਦਾ ਕੀ ਹੁੰਦਾ। ਮੁੰਡਾ ਕੁੜੀ ਨੂੰ ਕਰੇ ਪਿਆਰ, ਦੋਵਾਂ ਦੇ ਦਿਲਾਂ ਵਿੱਚ ਵੱਜਣ ਬਰਾਬਰ ਘੈਂਟੀਆਂ, ਹੀਰ ਬੈਠੀ ਉੜੀ ਕਰਦੀ ਹੋਵੇ ਘਰ ਦੇ ਵਿੱਚ, ਤੇ ਰਾਂਝਾ ਕੰਧ ਟੱਪ ਕੇ ਉਹਨੂੰ ਮਿਲਣ ਜਾਵੇ, ਹਾਂ ਧਰਮ ਨਾਲ ਤਦ ਹੀ ਮਿਲਣ ਦਾ ਸਵਾਦ ਹੁੰਦਾ। ਬਸ ਬਸ ਬਸ, ਇਹ ਸਭ ਨਾ ਪੁਰਾਣੇ ਜ਼ਮਾਨੇ ਦੀ ਗੱਲਾਂ, ਅੱਜ ਕੱਲ੍ਹ ਤਾਂ ਸਾਰੀਆਂ ਫੇਸਬੁੱਕ 'ਤੇ ਲੱਗ ਜਾਂਦੀਆਂ ਨੇ। ਲੱਗਦੀਆਂ ਰਹਿਣ, ਪਸੰਦ ਆਪੋ ਆਪਣੀ, ਖਿਆਲ ਆਪੋ ਆਪਣਾ, ਵੱਡਾ ਫੇਸਬੁੱਕ ਦਾ ਰਾਂਝਾ। ठीक है भाई, यार ता चले अपने नवी हीर को, ते तू पानी बैठ के सोच केड़ी हीर तेने उड़ीकूगी ते केड़े घर दी कंध तू टपनी है। इन्ना चिर हो गया मैनू उड़ीकती नू, पता नहीं कितने रह गया। कहता सी 8 बजे तो पहला पहला आ जाऊंगा। ਇੰਨੀ ਦੇਰ ਹੋ ਗਈ ਵੇਟ ਕਰਦੀ ਨੂੰ, ਇੰਨਾ ਚਿਰ ਕਿੱਥੇ ਲਾਤਾ? ਮੈਂ ਕੀ ਕਰਦਾ, ਰਸ਼ੀਆ ਨਾ ਸੀ। ਕਿਉਂ ਝੂਠ ਬੋਲਦਾ? ਥੋੜ੍ਹੀ ਦੇਰ ਪਹਿਲਾਂ ਤਾਂ ਮੈਂ ਆਈ ਹਾਂ, ਸੜਕਾਂ ਤਾਂ ਖਾਲੀ ਪਈਆਂ ਸੀ। ਉਹ ਮੈਂ ਸੜਕ ਦੀ ਗੱਲ ਨਹੀਂ ਕਰ ਰਿਹਾ, ਲੱਚੀ ਦੀ ਸ਼ੌਪ ਦੇ ਬਾਹਰ ਰਸ਼ ਸੀ। ਅੱਛਾ, ਰਸ਼ ਕੁੜੀਆਂ ਦਾ ਸੀ ਕਿ ਮੁੰਡਿਆਂ ਦਾ? ਅਫਕੋਰਸ ਕੁੜੀਆਂ ਦਾ ਸੀ, ਮੁੰਡਿਆਂ ਦਾ ਹੁੰਦਾ ਤੇ 2 ਘੰਟੇ ਪਹਿਲਾਂ ਨਾ ਆ ਜਾਂਦਾ। ਫਿਰ ਆਉਣ ਦੀ ਕੀ ਲੋੜ ਸੀ, ਉੱਥੇ ਹੀ ਖੜਾ ਰਹਿੰਦਾ? ਉੱਥੇ ਹੀ ਖੜਾ ਰਹਿੰਦਾ ਤੇ ਤੇਰੇ ਲਈ ਗਰਮਾ ਗਰਮ ਮੱਛੀ ਕੌਣ ਲੈ ਕੇ ਆਉਂਦਾ? Oh my god, fish for me? ਨਹੀਂ, ਤੇਰੇ ਪਿਓ ਲਈ ਲਿਆਂਦੀ। ਲੈ ਲੈ। ਹਮ
ਗਿਆ ਨਾ ਕੰਡਾ ਕਿੰਨੀ ਵਾਰੀ ਕਿਹਾ ਆਰਾਮ ਨਾਲ ਖਾਇਆ ਕਰੋ ਇਹ ਬੱਜ ਨਹੀਂ ਚੱਲੀ ਕਿਤੇ ਮਰੀ ਹੋਈ ਹੈ ਗੂ ਗੂ ਕੀ ਕਰੀ ਜਾਂਦੇ ਹੋ ਸਿੱਧਾ ਕਹੋ ਨਾ ਗੁੜ ਚਾਹੀਦਾ ਆ ਲਓ ਲੋ ਖਾ ਲਓ ਮੱਛਲੀ ਨਾ ਕੰਡਾ ਕੋਈ ਪਹਿਲੀ ਵਾਰ ਨਹੀਂ ਫਸਿਆ ਹੈਗਾ ਬੰਦਾ ਪਿੱਠ ਚ ਮੁੱਕੀ ਮਾਰ ਛੱਡੇ ਗੁੜ ਦੇ ਛੱਡੇ ਕੇਲਾ ਦੇ ਛੱਡੇ ਟਿਚਕਣਾ ਕਰੀ ਜਾਂਦੀ ਹੈਗੀ ਮਰੀ ਹੈ ਜਿਉਂਦੀ ਹੈ ਬਿਨਾਂ ਦੇਖੇ ਕੰਡੇ ਵਾਲੀ ਮੱਛੀ ਮੂੰਹ ਚ ਪਾਲੀ ਸੂ ਦੇਖ ਕੇ ਨਹੀਂ ਖਾਈ ਜਾਂਦੀ ਇੱਕ ਗੱਲ ਦੱਸਾਂ ਡਿੰਪੀ ਜੀ ਤੁਸੀਂ ਆ ਮੇਕਅਪ ਕਰਕੇ ਮੇਰੇ ਸਾਹਮਣੇ ਨਾ ਬੈਠਿਆ ਕਰੋ ਕੰਡਾ ਕਦੀ ਕਦੀ ਇਸ ਕਰਕੇ ਵੀ ਫਸ ਜਾਂਦਾ ਹੈਗਾ ਲੱਕੀ ਤੂੰ ਮੇਰਾ ਕਿੰਨਾ ਖਿਆਲ ਰੱਖਦਾ ਆਪ ਤੇ ਤੂੰ ਖਾਂਦਾ ਨਹੀਂ ਤੇ ਮੇਰੇ ਲਈ ਰੋਜ਼ ਲੈ ਕੇ ਆਉਂਦਾ ਤੂੰ ਖਾਣ ਵਾਲੀ ਬਣ ਮੈਂ ਤਾਂ ਤੇਰੇ ਲਈ ਮਗਰਮੱਛ ਵੀ ਫਰਾਈ ਕਰਕੇ ਲਿਆ ਸਕਦਾ ਅੱਛਾ ਜੀ ਹੁਣ ਤੂੰ ਦੱਸ ਮੈਂ ਤੇਰੇ ਲਈ ਕੀ ਕਰਾਂ ਤੁਸੀਂ ਇੱਕ ਕੰਮ ਕਰੋ ਕੀ ਤੁਸੀਂ ਸਾਰੇ ਚਿੱਟੇ ਕੱਪੜੇ ਪਾ ਕੇ ਰੱਖਿਆ ਕਰੋ ਉਹ ਕਿਉਂ ਮੈਨੂੰ ਨਾ ਤੁਸੀਂ ਸਾਰੇ ਬਗਲਿਆਂ ਵਰਗੇ ਲੱਗਦੇ ਹੋ ਸਾਰਾ ਦਿਨ ਮੱਛੀਆਂ ਮਗਰ ਪਏ ਰਹਿੰਦੇ ਹੋ ਅੱਛਾ ਜੀ ਜਿਵੇਂ ਤੁਹਾਡੇ ਘਰ 'ਚ ਤਾਂ ਕੋਈ ਖਾਂਦਾ ਹੀ ਨਹੀਂ ਖਾਂਦਾ ਰਾਮ ਰਾਮ ਹਿੰਦੂ ਧਰਮ ਐਸਾ ਕਰਮ ਜਿਸ ਦਿਨ ਮੇਰੇ ਪਿਓ ਨੂੰ ਫਿਸ਼ ਦਾ ਪਤਾ ਲੱਗ ਗਿਆ ਨਾ ਉਹਨਾਂ ਨੇ ਸਾਰਾ ਘਰ ਸਿਰ ਤੇ ਚੱਕ ਲੈਣਾ ਓ ਰਾਮ 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 ਸ਼ਕੁੰਤਲਾ ਅੱਥੂ ਸ਼ਕੁੰਤਲਾ ਸ਼ਕੁੰਤਲਾ ਰਾਮ 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 ਕੀ ਹੋ ਗਿਆ ਕਿਉਂ ਘਰ ਸਿਰ ਤੇ ਚੱਕਿਆ ਓ ਜਾ ਪਹਿਲਾਂ ਗੰਗਾ ਜਲ ਲੈ ਕੇ ਆ ਬਾਅਦ ਚ ਦੱਸਾਂਗਾ ਰਾਮ 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 ਆ ਲਓ ਗੰਗਾ ਜਲ ਖੋਲ ਕੇ ਦਿਆ ਕਰ ਇਸ ਨੂੰ ਸੁਨੇਗੀ ਤਾਂ ਡੁੱਬ ਕੇ ਮਰਨ ਨੂੰ ਜੀ ਕਰੇਗਾ ਤੇਰਾ ਦੱਸੋਗੇ ਵੀ ਕੀਤਾ ਕੀ ਹੈ ਉਹਨੇ ਮੈਂ ਬਾਜ਼ਾਰ ਚ ਲੰਘ ਰਿਹਾ ਸੀ ਉਹ ਮੱਛੀ ਵਾਲੀ ਲੱਛੀ ਮਿਲੀ ਉਹਨੇ ਪਤਾ ਕੀ ਕਿਹਾ ਕੀ ਕਿਹਾ ਉਹਨੇ ਪੰਡਿਤ ਜੀ ਪੰਡਿਤ ਜੀ ਪੰਡਿਤ ਜੀ ਲੱਛੀਏ ਦੂਰੋਂ ਖੜ ਕੇ ਗੱਲ ਕਰ ਹੱਥ ਨਾ ਲਾਈ ਮੈਨੂੰ ਦੱਸ ਕੀ ਗੱਲ ਹੈ ਅੱਛਾ ਅੱਛਾ ਨਹੀਂ ਲਾਉਂਦੀ ਹੁਣ ਜੇਬ ਚ ਹੱਥ ਪਾ ਕੇ ਕੱਢੋ ਮੇਰੇ 1235 ਰੁਪਏ 1235 ਰੁਪਏ ਕਾਦੇ ਬਣਾਏ ਬੈਠੀ ਹੈ ਮੱਛੀ ਦੇ ਹੋਰ ਕਾਦੇ ਇਹ ਕਿਵੇਂ ਹੋ ਸਕਦਾ ਹੈ ਉਹ ਮੱਛੀ ਦਾ ਨਾਂ ਸਾਡੇ ਘਰੇ ਕੋਈ ਲੈਂਦਾ ਨਹੀਂ ਸ਼ੁੱਧ ਸ਼ਾਕਾਹਾਰੀ ਪੰਡਤਾਂ ਦਾ ਪਰਿਵਾਰ ਤੇਰੀ ਦੁਕਾਨ ਤੋਂ 10 ਫੁੱਟ ਦੂਰੋਂ ਲੰਘਦਾ ਮੱਛੀ ਕਿਵੇਂ ਪਹੁੰਚੀ ਮੇਰੇ ਘਰ ਓਹੋ ਤੁਹਾਡੇ ਘਰ ਨਹੀਂ ਪਹੁੰਚੀ ਉਹ ਤੁਹਾਡਾ ਮੁੰਡਾ ਲੱਕੀ ਹੈ ਨਾ ਉਹ ਚੱਡੇ ਦੀ ਕੁੜੀ ਵਾਸਤੇ ਰੋਜ਼ ਮੇਰੀ ਦੁਕਾਨ ਤੋਂ ਮੱਛੀ ਲੈ ਕੇ ਜਾਂਦਾ ਹੈ ਇਹ ਨਹੀਂ ਹੋ ਸਕਦਾ ਮੇਰਾ ਲੱਕੀ ਮੱਛੀ ਨੂੰ ਹੱਥ ਨਹੀਂ ਲਾ ਸਕਦਾ ਨਾ ਕੀ ਗੱਲ ਹੈ ਉਹ ਮੱਛੀ ਵਾਲੇ ਦਾ ਦਿਮਾਗ ਖਰਾਬ ਹੈ 1235 ਰੁਪਏ ਦਾ ਜਿਹੜਾ ਬਿੱਲ ਬਣਾਈ ਬੈਠੀ ਹੈ ਆ ਲੈਣ ਦੇ ਅਜੋ ਨੂੰ ਜਾਂ ਮੈਂ ਨਹੀਂ ਜਾਂ ਉਹ ਨਹੀਂ ਹੈ ਬਰਖੁਰਦਾਰ ਜੀ ਚੱਲੇ ਕਿੱਧਰ ਹੋ ਮਾਂ ਡੈਡ ਨੂੰ ਕੀ ਹੋ ਗਿਆ ਇਹੀ ਤਾਂ ਮੈਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੇ ਦਿਮਾਗ ਨੂੰ ਉਹ ਦਿਮਾਗ ਖਰਾਬ ਹੋ ਗਿਆ ਮੇਰਾ ਪਾਗਲ ਹੋ ਗਿਆ ਮੈਂ ਪਾਗਲ ਹੀ ਤਾਂ ਹੋ ਲੱਕੀ ਇਹ ਕਹਿੰਦੇ ਨੇ ਕਿ ਤੂੰ ਮੱਛੀ ਨੂੰ ਹੱਥ ਲਾਉਣਾ ਨਾ ਮਾਂ ਮੈਨੂੰ ਤੇਰੀ ਮੈਨੂੰ ਡੈਡ ਦੀ ਸੌ ਡੈਡ ਮੇਰਾ ਮੱਛੀ ਦੇ ਨਾਲ ਕੋਈ ਦੂਰ ਦੂਰ ਦਾ ਰਿਸ਼ਤਾ ਨਹੀਂ ਆਹੋ ਆਹੋ ਖਾ ਮੇਰੀ ਸੌ ਇਹੀ ਤਾਂ ਤੂੰ ਚਾਹੁੰਦਾ ਕਿ ਮੈਂ ਉੱਪਰ ਜਾਵਾਂ ਤਾਂ ਤੂੰ ਆਰਾਮ ਨਾਲ ਉਸ ਕੁੜੀ ਨਾਲ ਵਿਆਹ ਕਰਾ ਸਕੇ ਇਹੀ ਨਾ ਡੈਡ ਤੁਹਾਨੂੰ ਉੱਪਰ ਜਾਣ ਦੀ ਕੀ ਲੋੜ ਹੈ ਇੱਕ ਕੰਮ ਕਰੋ ਤੁਸੀਂ ਇੱਥੇ ਹੀ ਰਹੋ ਵਿਆਹ ਤਾਂ ਮੈਂ ਸਵੀਟੀ ਨਾਲ ਕਰਾ ਹੀ ਲੈਣਾ ਸੁਣ ਲੈ ਸ਼ਕੁੰਤਲਾ ਜੇ ਇਸ ਨੇ ਉਸ ਮਾਸਾ ਹਰੀਨ ਦੀ ਕੁੜੀ ਨੂੰ ਇਸ ਘਰ ਦੀ ਨੂੰਹ ਬਣਾਇਆ ਤੇ ਮੈਂ ਘਰ ਛੱਡ ਕੇ ਚਲਾ ਜਾਵਾਂਗਾ ਮੈਂ ਤਾਂ ਸੋਚਿਆ ਸੀ ਬਾਹਰ ਜਾਣਗੇ ਇਹ ਤਾਂ ਅੰਦਰ ਚਲੇ ਗਏ ਸੋਰੀ ਜਨਾਬ ਕੀ ਸੋਚ ਰਹੇ ਹੋ ਜੀ ਉਹ ਧਨੋਏ ਦੀ ਫਿਲਮ ਬਣਾਉਣ ਦੀ ਡਿਊਟੀ ਲਾਈ ਸੀ ਉਧਰੋਂ ਕੋਈ ਖਬਰ ਹੀ ਨਹੀਂ ਆਈ ਉਧਰੋਂ ਤਾਂ ਹੁਣ ਖਬਰ ਆਉਣੀ ਔਖੀ ਹੀ ਲੱਗਦੀ ਹੈ ਜਨਾਬ ਕਿਉਂ ਤੈਨੂੰ ਕੋਈ DSP ਦੀ ਕਾਬਲੀਅਤ ਤੇ ਸ਼ੱਕ ਲੱਗਦਾ ਜਨਾਬ ਉਹਨਾਂ ਦੀ ਘਰ ਵਾਲੀ ਨਾਲ ਤਾਂ ਬਣਦੀ ਨਹੀਂ ਫਿਲਮ ਕਿੱਥੋਂ ਬਣਾ ਲੈਣਗੇ ਜੀ DSP ਸਾਹਿਬ ਆ ਕੇ ਤੇਰਾ ਨੰਬਰ ਬਣਾ ਦੇ ਰਹੀਮ ਪ੍ਰੇਮ ਨਾਲ ਜਨਾਬ ਮਾਰਨਿੰਗ ਸਰ ਗੁੱਡ ਮਾਰਨਿੰਗ ਫਿਲਮ ਦਾ ਕੰਮ ਕਿੱਥੋਂ ਤੱਕ ਪਹੁੰਚਿਆ ਸਰ ਗਿੱਲਾ ਪੀਣ ਹੈ ਜੀ ਸਮਝ ਨਹੀਂ ਆ ਰਹੀ ਸ਼ੁਰੂ ਕਿੱਥੋਂ ਕਰਾਂ ਤੂੰ ਐਂ ਕਰ ਸ਼ੁਰੂ ਤੋਂ ਸ਼ੁਰੂ ਕਰ ਇਹੀ ਤਾਂ ਸਮਝ ਨਹੀਂ ਆ ਰਹੀ ਕਿ ਸ਼ੁਰੂ ਕਰੀਏ ਕਿੱਥੋਂ ਧਨੋਆ ਮੈਂ ਸੁਣਿਆ ਫਿਲਮ ਬਣਾਉਣ ਵਾਸਤੇ ਇੱਕ ਡਾਇਰੈਕਟਰ ਹੁੰਦਾ ਜਿਹੜਾ ਫਿਲਮ ਬਣਾਉਂਦਾ ਉਹਦਾ ਪਤਾ ਕਿੱਥੋਂ ਲੱਗੂ ਸਰ ਫਿਲਮ ਸਿਨੇਮਿਆਂ 'ਚ ਲੱਗਦੀ ਹੁੰਦੀ ਹੈ ਅਤੇ ਕਿਸੇ ਸਿਨੇਮੇ ਵਾਲੇ ਤੋਂ ਪਤਾ ਕਰ ਲੈਂਦੇ ਹਾਂ ਅਤੇ ਫਿਰ ਮਿਲਾ ਫੋਨ ਉਹ PVR ਵਾਲੇ ਨੂੰ ਹਾਂ ਹਾਂ ਮੇਰੇ ਕੋਲ ਨੰਬਰ ਹੈਗਾ ਜੀ ਬੈਲ ਗਈ ਜਨਾਬ ਥਾਪਰ ਸਾਹਿਬ
हां जी मैं एसएसपी ऑफिस चो डीएसपी तनवा बोल रहे हैं जी हुकम करो तनवा साहब ओ एक फिल्म बनाने बारे सोच रहे हैं अच्छा एक डायरेक्टर चाहिए ओके किथों मिलू इथे नेड़े फार्म ते शूटिंग चल रही है अच्छा जी हां जी हुन चल रही है हां जी हां जी वेरी गुड थैंक यू थप्पा साहब थैंक यू जनाब बन गया काम ओ पंगू फार्म ते शूटिंग चल रही है मैं बस गया ते आया चक लिया फिर गुड 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 मूड जनाब किवें दर्शन दिते डायरेक्टर नूं लैण आया किथे ओ प्रेम डायरेक्टर साहब तो क्रेन ते बैठे शॉट ले रहे जी की कम उन्होंने ओ बाद दसांगे पहले उन्हें थले ला ओ थले आओ इधर आओ प्रेम प्रेम नाल डायरेक्टर साहब आजा 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 कट इट क्रेन डाउन थले ओए आजा क्या की जाना है जनाब ये क्या हो गया बंदा जी इन्हू डायरेक्टर कहते हैं जी चुप हो डॉक्टर साहब इन्हें डीएसपी तनवा साहब थोनू मिलना चाहते ने दसो जी की कम पै गया मेरे ताई थानू ओ चल के जिप्सी च बैठा तेनू साडे बड़े साहब ने बुलाया चल ओए ओए मैं या सारी शूटिंग छड़ के किवें जा सकदा ओ जे असी थाना छड़ के आ सकदा तू शूटिंग छड़ के नहीं जा सकदा चल गड्डी च बैठा मलिक साहब समझाओ इन्हां नू बहुत नुकसान हो जूगा तुहाडी फिल्म दा डीएसपी साहब एक मिनट डीएसपी साहब तुसी डायरेक्टर साहब नू ना लेके जाओ मेरा नुकसान हो जू तुहानू तां पता ही आओ काले तितर मलिक साहब फिल्म किन्ने च बन जांदी है आही जी 3-4 करोड़ बस फिर ना तेथों 3-4 करोड़ तितर दित्ते जाने हैं ते ना मैथों खादे जाने हैं गैलेक्सी टगी रहन दे ओ चलो तेरे मालिक नाल राजीनामा हो गया चल गड्डी च बैठा चल ओए जाओ महाराज पैक अप चल प्रेम ओ गॉड जहन सर जनाब आज चक लेंदा डायरेक्टर जा यही आ सारे पुआड़ियां दी जड़ तनोए सॉरी सर दरअसल डायरेक्टर साहब असी भी एक फिल्म बनानी चाहुंदे आ कोई गल नहीं सर मैं अपनी फिल्म दी शूटिंग पूरी कर लवां उस बाद तुहाडी फिल्म शुरू कर देंदे आ ना 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 साडी फिल्म तो पहला हुण कोई होर फिल्म नहीं मन देनी असी ऐ किवें होजू जी मैं तो बॉम्बे तो टॉप दे मुंडे कुड़ियां मंगवाई बैठा हॉट एंड सैक्सी आइटम सॉन्ग करन वास्ते जनाब ये करते हैं लोगों ने धियां भैन खराब ना पहला रेप घट होंगे ने जिहड़े तुसीं हरेक फिल्म च सैक्सी आइटम सॉन्ग ठोकी जांदे रहिंदे हो असल विच डायरेक्टर साहब साडी हैगी मजबूरी असी अपनी फिल्म 6 महीने दे विच पूरी करनी है ते तुसीं उस तो पहले किसी होर फिल्म का पंगा ना लियो ओ जनाब फिल्म लई इक स्टोरी दी लोड़ हुंदी है तुहाडे कोल कहानी हैगी आ ओ फिल्मां तूं बणाउणा कहानियां साथों भालदा तेरे कोल कोई कहानी है नहीं ओ मैं डायरेक्टर हां कहानियां नहीं लिखदा तुसीं कहानी लभ लो ਜਦੋਂ ਤੁਹਾਨੂੰ ਕਹਾਣੀ ਲੱਭ ਗਈ ਮੈਨੂੰ ਬੁਲਾ ਲਿਓ ਮੈਂ ਆ ਜਾਊਂਗਾ ਹੁਣ ਮੈਂ ਚੱਲ ਦੂ ਇੱਕ ਮਿੰਟ ਡਾਕਟਰ ਸਾਹਿਬ ਤਨੋਏ ਜੀ ਸਰ ਯਾਰ ਆਪਣਾ ਮੁੰਚੀ ਰੋਜ਼ ਇੰਨੀਆਂ ਐਫ ਆਈ ਆਰਾਂ ਲਿਖਦਾ ਉਹਦੇ ਕੋਲ ਕੋਈ ਕਹਾਣੀ ਨਹੀਂ ਹੋਊਗੀ ਮੈਂ ਪੁੱਛ ਲੈਣਾ ਜੀ ਆਪਣੇ ਕੋਲ ਤਾਂ ਘਰ ਘਰ ਦੀ ਕਹਾਣੀ ਪਈ ਹੁੰਦੀ ਹੈ ਗੱਲ ਗੱਲ ਫਿਰ ਉਹਦੇ ਨਾਲ ਚਲੋ ਡਾਇਰੈਕਟਰ ਸਾਹਿਬ ਆਓ ਤੁਹਾਨੂੰ ਮਲਾਈਏ ਥਾਣੇ ਦੇ ਕਹਾਣੀਕਾਰ ਨਾਲ ਆ ਜਾਓ ਜੈਨ ਸਰ ਜਾ ਕੇ ਬਾਹਰ ਬੈਠ ਤੇਰੀ ਰਿਪੋਰਟ ਅਸੀਂ ਬਾਅਦ ਚ ਲਿਖਾਂਗੇ ਹਾਂ ਚੱਲ ਅੱਛਾ ਜਨਾਬ ਸੁਣਿਆ ਹਾਂ ਮੁਨਸ਼ੀ ਜਹਨ ਜਨਾਬ ਜਹਨ ਜਹਨ ਜਨਾਬ ਅੱਜ ਕਿਵੇਂ ਦਰਸ਼ਨ ਦਿੱਤੇ ਜੀ ਉਹ ਆਪਾਂ ਬਣਾ ਰਹੇ ਇੱਕ ਫਿਲਮ ਜੀ ਤੇ ਇਹ ਹੈਗਾ ਫਿਲਮ ਦਾ ਡਾਇਰੈਕਟਰ ਜਨਾਬ ਤੇ ਫਿਲਮ ਵਾਸਤੇ ਚਾਹੀਦੀ ਹੈ ਕਹਾਣੀ ਮੁਨਸ਼ੀ ਤੂੰ ਤਾਂ ਹਰ ਰੋਜ਼ ਐਫਆਈਆਰ ਲਿਖਦਾ ਕੋਈ ਵਧੀਆ ਜੀ ਕਹਾਣੀ ਕੱਢ ਜਨਾਬ ਢੇਰ ਲੱਗਿਆ ਪਿਆ ਫੜਾਓ ਮੁੰਡਿਆ ਐਨਆਰਆਈ ਦੀ ਕਹਾਣੀ ਆ ਦੇਖੀ ਹੁਣ ਮੁਨਸ਼ੀ ਦਾ ਕਮਾਲ ਆ ਲਓ ਜਨਾਬ ਐਨਆਰਆਈ ਦੀ ਕਹਾਣੀ ਹੈ ਐਨਆਰਆਈ ਕਹਾਣੀਆਂ ਨਾਲੇ ਪੰਜਾਬੀ ਫਿਲਮਾਂ ਕਹਿੰਦੇ ਬਾਹਰਲੇ ਮੁਲਕਾਂ ਚੱਲਦੀਆਂ ਆ ਐਨਆਰਆਈ ਮੁੰਡਾ ਬਾਹਰੋਂ ਆਇਆ ਇੱਥੇ ਆ ਕੇ ਕੁੜੀ ਨਾਲ ਵਿਆਹ ਕਰਾ ਲਿਆ ਇੱਕ ਮਹੀਨਾ ਇੱਥੇ ਰਿਹਾ ਸ਼ਿਮਲੇ ਦੇ ਪਾਈਨ ਗਰੋਵ ਹੋਟਲ 'ਚ ਹਨੀਮੂਨ ਮਨਾਇਆ ਇੱਥੋਂ ਮੁੜ ਕੇ ਫਿਰ ਕੈਨੇਡਾ ਵਾਪਸ ਚਲਾ ਗਿਆ ਹਜੇ ਤੱਕ ਕਾਗਜ਼ ਨਹੀਂ ਭੇਜੇ 2 ਸਾਲ ਹੋ ਗਏ ਕੁੜੀ ਕਾਗਜ਼ਾਂ ਵਾਸਤੇ ਵਿਲਕੀ ਜਾਂਦੀ ਹੈ ਉਹ ਅੰਬ ਵਰਗੀ ਕੁੜੀ ਸੀ ਗੁਠਲੀ ਬਣਾ ਕੇ ਧਰ ਗਿਆ ਟਾਈਟਲ ਬਹੁਤ ਵਧੀਆ ਜੱਟ ਐਂਡ ਜੂਲੀਅਟ ਵਾਂਗੂ ਅੰਬ ਐਂਡ ਗੁਠਲੀ ਕ੍ਰੈਡਿਟ ਮੁਨਸ਼ੀ ਇਹਨੂੰ ਸਮਝ ਨਹੀਂ ਆਈ ਉਹ ਦੇ ਰਸੂਲਪੁਰ ਵਾਲੀ ਕਹਾਣੀ ਹਾਂ 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 ਹਰ ਰਸੂਲਪੁਰ ਵਾਲੀ ਲਓ ਜੀ ਰਸੂਲਪੁਰ ਵਾਲਾ ਸਾਡੇ ਕੋਲ ਦੇਸੀ ਕੇਸ ਵੀ ਹੈਗਾ ਆ ਰਸੂਲਪੁਰ ਦਾ ਮੁੰਡਾ ਕੁੜੀ ਆਪਸ ਪਿਆਰ ਕਰਦੇ ਸੀ ਵਿਆਹ ਕਰਾਉਣਾ ਚਾਹੁੰਦੇ ਸੀ ਮੁੰਡੇ ਦੇ ਚਾਚੇ ਨੇ ਕੁੜੀ ਦੀ ਚਾਚੀ ਮਾਰਤੀ ਲੈ ਕੁੜੀ ਦੇ ਮਾਮੇ ਦੇ ਮੁੰਡੇ ਨੇ ਜਦੋਂ ਵੀ ਮੁੰਡੇ ਦੇ ਫੁੱਫੜ ਤੇ ਹਮਲਾ ਕੀਤਾ ਉਦੋਂ ਨੂੰ ਇਲੈਕਸ਼ਨ ਅਨਾਉਂਸ ਹੋ ਗਈਆਂ ਮੇਰੀ ਡਿਊਟੀ ਸਾਹਿਬ ਨੇ ਉਧਰ ਲਾਤੀ ਮੈਨੂੰ ਲੱਗਦਾ ਮੁਨਸ਼ੀ ਵੀ ਨਹੀਂ ਫੋਲੋ ਕਰ ਸਕਿਆ ਮੁੰਡਾ ਕੁੜੀ ਨੂੰ ਕੱਢ ਕੇ ਲੈ ਗਿਆ ਕਿੰਨੀ ਵਧੀਆ ਸਟੋਰੀ ਹੈ ਕੈਰੀ ਔਨ ਜੱਟਾ ਵਾਂਗੂ ਕੈਰੀ ਔਨ ਮੁੰਡਾ ਕੈਰੀ ਟੋਟਲੀ ਐਨਜੀ ਉਹ ਜਨਾਬ ਐਫ ਆਈ ਆਰਾਂ ਫਿਲਮਾਂ ਦੀਆਂ ਕਹਾਣੀਆਂ ਨਹੀਂ ਹੁੰਦੀਆਂ ਉਹ ਫਿਲਮ ਲਿਖਣ ਵਾਲਾ ਬੰਦਾ ਹੋਰ ਹੁੰਦਾ ਹੈ
ते उनु कोई अंब लगे होंदे तू साडे सामने साडे मुंशी दी बेइज्जती करी जाना जनाब तुसी मैनू समझण दी कोशिश क्यों नहीं करदे एह कम तुहाडा मुंशी नहीं कर सकदा अच्छा फिल्मां दे विच एक्शन हुंदा है स्क्रीन प्ले हुंदा है इमोशंस हुंदे है फिर ए कौन करूगा ओ केड़ी खुट च रहिंदा दस दे उत्थों कढ लिओने आ हां तुसी मेरे नाल चलो मैं तुहानू स्टोरी राइटर नाल मिलाउणा इस बहाने व्याह विच मेरी भी हाजिरी लग जू नथिया जी जनाब प्रेम जी एक्शन सॉरी आई एम लेट एक घंटा हो गया लकी मैनू वेट कर दी नू किथे रह गए सी दस हुन क्यों बुलाया मैनू कमाल है आप ही टाइम देके आप ही पूछी जानी तबीयत तो ठीक है तेरी कुछ डिस्टर्ब जी लगदी की गल डिस्टर्ब तो हाँ लगी जे कि घरदिया नू पता लग गया कि मैं तेनू मिलन लेक ते आई हाँ उन्होंने तो मैनू फिश वांगू फ्राई कर देना तो मेरा नंबर अपने नाल ही ला लें मैं कल इत्थे रह के की करना अच्छा इना प्यार करदा तू मैनू जीवन साथी बन के देख लै आपे पता लग जू जे ना बना फिर कोई गल नहीं आपा तेरी सहेली नू बना लांगे जान कढ दू थोड़ी दोवां दी इनी तां नौबत ही नहीं आउण देनी मैनू पता लग गया है साड़ी सरकार अपनी सहेली दे व्याह ते जा रही है हाँ जा रही हां फिर बस उत्थे साडे कोल कोल रहना तुहाडी दूरी साडे कोलों सही नहीं जानी ओ माय गॉड तू भी उत्थे आ रहा है जिथे चलेंगी चलूंगा नाल तेरे बस टिकटा दो ले ले एक लो दो एक मैं क्या दो एक, दो एक दो एक दिल राजी मेरा लगते बोल प्यारे
ਵਿਆਹ ਖਤਮ ਢੋਲ ਵੱਜਦਾ ਚਲੋ ਆਪਾਂ ਆਪਣੇ ਘਰੇ ਚਲੋ ਚਲੋ ਜਨਾਬ ਕੀ ਗੱਲ ਹੋ ਗਈ ਜੀ ਉਹ ਬਾਅਦ ਦੱਸਾਂਗੇ ਹਾਂ ਉਹ ਤੁਹਾਡੇ ਜੋ ਫਿਲਮਾਂ ਕੌਣ ਲਿਖਦਾ ਹੋਏ ਕਿਹੜਾ ਹੋਏ ਉਹ ਕੌਣ ਕੀ ਹੁੰਦਾ ਜਨਾਬ ਮੈਂ ਕਾਹਦੇ ਵਾਸਤੇ ਆਇਆ ਤੁਹਾਡੇ ਨਾਲ ਮੈਂ ਦੱਸਦਾ ਉਹ ਖੜਾ ਜਿਹੜਾ ਫਿਲਮਾਂ ਲਿਖਦਾ ਮਿਲ ਲਓ ਆ ਜਾ ਡਾਇਰੈਕਟਰ ਸਾਹਿਬ ਕੌਣ ਸਾਡੇ ਤੋਂ ਫਿਲਮ ਲਿਖਾਉਣੀ ਚਾਹੁੰਦਾ ਲਫਜ਼ਾਂ ਦੇ ਜਾਦੂਗਰ ਬਲਦੇਵ ਜਖਮੀ ਦੀ ਕਿਹਨੂੰ ਪਏਗੀ ਲੋੜ ਥਾਣੇਦਾਰ ਸਾਹਿਬ ਤੁਸੀਂ ਓਏ ਡੀਐਸਪੀ ਸਾਹਿਬ ਨੂੰ ਥਾਣੇਦਾਰ ਹੀ ਆਖੀ ਜਾਂਦਾ ਚੱਲ ਵੀ ਰਾਈਡਰਾ ਥਾਣੇ ਤੈਨੂੰ ਦਿਖਾਈ ਅਸਲੀ ਪੁਲਿਸ ਐ ਕਿਵੇਂ ਤੁਸੀਂ ਲੈ ਜਾਓਗੇ ਮੈਨੂੰ ਥਾਣੇ ਮੈਨੂੰ ਥਾਣੇ ਲਿਜਾਣ ਵਾਸਤੇ ਰੈਸਟੋਰੈਂਟ ਹੈਗੇ ਲਿਆ ਦਿਖਾਓ ਲੈ ਫੜ ਭਾਰੀ ਤਾਂ ਨਹੀਂ ਕੁਛ ਹੋਰ ਵੀ ਚਾਹੀਦਾ ਯਾਰ ਡਾਕਟਰ ਸਾਹਿਬ ਹੋ ਕੀ ਜਾਂਦਾ ਹੈ ਪੁਲਿਸ ਫਿਲਮਾਂ ਬਣਾਉਣ ਤੇ ਉਤਰ ਆਈ ਹੈ ਓਏ ਉਹਦਾ ਪਾਣਾ ਮੰਨ ਲੈ ਇਹ ਤੇ ਤੇਰੀ ਭਲਾਈ ਹੈ ਸੁਖਨਾ ਯਾਰ ਤੂੰ ਦਿਹਾੜਾ ਤਾਂ ਦੇਖ ਅੱਜ ਕੀ ਹੈ ਸਾਡੇ ਤੇ ਤਰਸ ਕਰੋ ਜਨਾਬ ਮਸਾਂ ਮਸਾਂ ਮੇਰੀ ਧੀ ਦਾ ਵਿਆਹ ਹੋਇਆ ਜੀ ਸਾਡੇ ਨਾਲ ਧੱਕਾ ਨਾ ਕਰੋ ਜਨਾਬ ਓਏ ਤੂੰ ਗੱਲ ਫਾਜ਼ਿਲਾ ਸਭ ਠੀਕ ਕਹਿੰਦੇ ਆ ਸਰ ਅੱਜ ਹੀ ਸਾਡੇ ਰਾਈਟਰ ਭਰਾ ਦਾ ਵਿਆਹ ਹੈ ਅੱਜ ਹੀ ਤੁਸੀਂ ਇਹਨੂੰ ਲੈ ਜਾਓਗੇ ਇਹਦਾ ਬਣੂਗਾ ਕੀ ਸੋਚੋ ਸਰ ਦਿਲ ਤੇ ਹੱਥ ਰੱਖ ਕੇ ਸੋਚੋ ਉਸ ਵਿਚਾਰੀ ਦਾ ਬਣੂਗਾ ਕੀ ਰਾਣੋ ਰਾਣੋ ਤੂੰ ਮੇਰੇ ਤੋਂ ਬਗੈਰ ਰਹਿ ਲੇਗੀ ਕੋਈ ਗੱਲ ਨੀ ਜੀ ਤੁਸੀਂ ਲਾ ਆਓ 5-7 ਦਿਨ ਅੰਦਰ ਮੈਂ ਸਾਰ ਲੂੰਗੀ ਓ ਜਖਮੀ ਤੇਰੇ ਨਾਲ ਤਾਂ ਤੇਰੀ ਜਨਾਨੀ ਅਕਲਮੰਦਾ ਓਏ ਉਹਨੂੰ ਇਹ ਤਾਂ ਪਤਾ ਨਾ ਕਿ ਪੁਲਿਸ ਦੀ ਇੱਜ਼ਤ ਕਰੀ ਦੀ ਕਿਵੇਂ ਹੁੰਦੀ ਹੈ ਨਥਿਆ ਹਾਂਜੀ ਇਹਨੂੰ ਆਪਣੇ ਵਾਲੀ ਡੋਲੀ 'ਚ ਬਿਠਾਓ ਚੱਲ ਖੜਾ ਹੋ ਜਖਮੀ ਓਏ ਇੱਥੇ ਦਿਲ ਵਾਲੇ ਦੁਲਹਨੀਆਂ ਨਹੀਂ ਬਣਾ ਰਿਹਾ ਵੱਡਾ ਓ ਲੈ ਚੱਲੋ ਚਲੋ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹਨੇ ਸਾਡੀ ਗੱਲ ਨਾ ਮੰਨਣਾ ਤੇਰੀ ਇਹ ਤਮੰਨਾ ਹੀ ਪੂਰੀ ਕਰ ਦਾਂਗੇ ਹੇ ਜਖਮੀ ਢੋਲ ਵੱਜਦਾ ਢੋਲ ਵੱਜਦਾ ਢੋਲ ਵੱਜਦਾ ਦਿਲਾਂ ਦੇ ਕੋਲ ਕੋਲ ਵੱਜਦਾ ਢੋਲ ਵੱਜਦਾ ਇਹ ਗਾਣਾ ਬੜਾ ਸੋਹਣਾ ਕਿੱਥੋਂ ਸਿੱਖ ਕੇ ਆਈ ਹੈ ਇਸਨੇ ਗਾਣਾ ਨਹੀਂ ਗੁਣਗੁਣਾਇਆ ਐ ਤੇ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਰਹੀ ਹੈਗੀ ਕੀ ਹੋ ਗਿਆ ਕੀ ਕੀਤਾ ਮੇਰੀ ਸਵੀਟੀ ਨੇ ਇਸਨੇ ਮੇਰਾ ਨੱਕ ਤਾਂ ਛੋੜਿਆ ਸੁਣ ਨਾ ਇਸ ਨੂੰ ਸਵੀਟੀ ਸਵੀਟੀ ਨਾ ਆਖਿਆ ਕਰ ਐ ਤੇ ਮੇਰੀ ਸ਼ਹਿਰ ਦੀ ਪੁੜੀ ਹੈਗੀ ਡੈਡ ਕੀ ਹੋ ਗਿਆ ਤੁਹਾਨੂੰ ਕੀ ਕੀਤਾ ਸੂਏ ਨੇ ਕਿਉਂ ਮੇਰੀ ਕੁੜੀ ਦੇ ਮਗਰ ਪਏ ਹੋ ਐ ਉਸ ਨਿਕੰਮੇ ਲੱਕੀ ਦੇ ਨਾਲ ਰਾਨੋ ਦੇ ਵਿਆਹ ਵਿੱਚ ਛਾਲਾ ਮਾਰ ਮਾਰ ਨੱਚਣੀ ਆ ਗਈ ਸੀ ਪੁੱਛ ਇਸ ਨੂੰ 3-4 ਛਾਲਾ ਮਾਰੀਆਂ ਸੂ ਕਿ ਨਹੀਂ ਇਸਨੇ ਸਵੀਟੀ ਤੇਰੇ ਡੈਡ ਕੀ ਕਹਿ ਰਹੇ ਨੇ ਤੂੰ 3-4 ਛਾਲਾ ਮਾਰੀਆਂ ਸੂ ਨਹੀਂ ਮੋਮ ਮੈਂ ਇੱਕੋ ਹੀ ਛਾਲ ਮਾਰੀ ਸੀ ਇੱਕ ਨਹੀਂ ਇਸਨੇ 3-4 ਛਾਲਾ ਮਾਰੀਆਂ ਸੂ ਡੈਡ ਉਹ ਨਾ ਪਰਾ ਹੁਣ 3-4 ਉਹ ਲੈ ਕੇ ਕੀ ਹੋ ਗਿਆ ਤੁਹਾਨੂੰ ਬੱਚੀ ਕੱਤੀ ਝੂਠ ਨਹੀਂ ਬੋਲ ਸਕਦੀ ਡੈਡ ਮੈਂ ਇੱਕੋ ਹੀ ਛਾਲ ਮਾਰੀ ਸੀ ਤੂੰ 4 ਛਾਲਾ ਮਾਰੀਆਂ ਸਨ ਨਹੀਂ ਡੈਡ ਮੈਂ ਇੱਕੋ ਹੀ ਛਾਲ ਮਾਰੀ ਸੀ ਜੀ ਫੋਨ ਬੱਚੀ ਵਾਲੀ ਲੱਚੀ ਨੂੰ ਫੋਨ ਕਰਕੇ ਪੁੱਛੋ ਕਿਤੇ ਉਹਨੂੰ ਭੁਲੇਖਾ ਨਾ ਲੱਗਾ ਹੋਵੇ ਉਹ ਤੂੰ ਚੁੱਪ ਕਰਕੇ ਬੈਠੀ ਰਿਹਾ ਕਰ ਤੇਰੀ ਸਿਰ ਚੜਾਈ ਹੋਈ ਆ ਗਈ ਉਹ ਇਸ ਦੀਆਂ ਛਾਲਾਂ ਕਿਹੜੀ ਫਿਰਦੀ ਹੈ ਜੇ ਐ ਕਦੀ ਇਹ ਭੁਲੇਖਾ ਲੱਗਾ ਹੋ ਸੀ ਚਲੋ ਮੇਰੀ ਬੱਚੀ ਨਾ ਰੋ ਮੈਂ ਕਹਿੰਦਾ ਚੱਲ ਤਾ ਚੱਲ ਚੱਲ ਲਫੰਗਾ ਲੱਕੀ ਇਸ ਨੂੰ ਕਿਵੇਂ ਇੱਥੇ ਆ ਕੇ ਮਿਲ ਸੀ ਹਾਂ ਤੂੰ ਕੌਣ ਆ ਬਈ ਅਸੇਰੇ ਬਣੀ ਇੱਥੇ ਬੈਠਾ ਹੀ ਕਰਦਾ ਸਰ ਜੀ ਮੈਂ ਤਾਂ ਡਾਇਰੈਕਟਰ ਹਾਂ ਜੀ ਫਿਲਮਾਂ ਲਿਖਦਾ ਹਾਂ ਆ ਤੁਹਾਡੇ ਬੰਦਿਆਂ ਨੇ ਮੇਰਾ ਵਿਆਹ ਵੀ ਨਹੀਂ ਹੋਣ ਦਿੱਤਾ ਪਹਿਲਾਂ ਹੀ ਚੱਕ ਲਿਆ ਉਹ ਨਥਿਆ ਇਹਨੂੰ ਕੋਈ ਚੱਕ ਲਿਆ ਕੀ ਕਰਾਉਣਾ ਸੀ ਇੱਥੋਂ ਜਨਾਬ ਆਪਣੀ ਫਿਲਮ ਦੀ ਕਹਾਣੀ ਵੀ ਇਹੀ ਲਿਖੂਗਾ ਜੀ ਡਾਇਰੈਕਟਰ ਸਾਹਿਬ ਨੂੰ ਚਾਹੀਦਾ ਸੀ ਇਹ ਆਪਣੇ ਬੰਦਿਆਂ ਨੂੰ ਸਮਝਾਓ ਜੀ ਮੈਨੂੰ ਤਾਂ ਸੁਹਾਗਰਾਤ ਵਾਲੇ ਕਮਰੇ 'ਚ ਵੀ ਨਹੀਂ ਵੜਨ ਦਿੱਤਾ ਉਤਨ ਓਏ ਜੀ ਸਰ ਯਾਰ ਇੱਕ ਰਾਤ ਤਾਂ ਠਹਿਰ ਜਾਂਦੇ ਜਨਾਬ ਇਹ ਤਾਂ ਆਪਾਂ ਨੂੰ ਦੁਆਵਾਂ ਦੇਊਗਾ ਵੀ ਬਚ ਗਿਆ ਅੱਜ ਕੱਲ੍ਹ ਸੁਹਾਗਰਾਤਾਂ ਬਹੁਤ ਕੰਪਲੀਕੇਟਡ ਹੋ ਰਹੀਆਂ ਜਨਾਬ ਰਾਈਟਰ ਸਾਹਿਬ ਅਸੀਂ ਇੱਕ ਫਿਲਮ ਬਣਾਉਣੀ ਚਾਹੁੰਦੇ ਹਾਂ ਸਾਨੂੰ ਉਹਦੇ ਵਾਸਤੇ ਇੱਕ ਰੋਬਦਾਰ ਜੀ ਕਹਾਣੀ ਚਾਹੀਦੀ ਹੈ ਜਨਾਬ ਕਹਾਣੀ ਲਿਖਣ ਨੂੰ 2-3 ਮਹੀਨੇ ਲੱਗ ਜਾਂਦੇ ਮੈਂ ਥੱਪੜ ਮਾਰੂੰਗਾ 2-3 ਮਹੀਨੇ ਤੂੰ ਹਫ਼ਤੇ 10 ਦਿਨ ਦੀ ਗੱਲ ਕਰ ਛੇਤੀ ਲਿਖਾਉਣੀ ਹੋਰ ਕੀ ਹੈ ਤਾਂ ਮੈਨੂੰ ਠੰਡਾ ਜਿਹਾ ਮਾਹੌਲ ਦਿਓ ਠੰਡਾ ਜਿਹਾ ਪਾਰਕ ਪਲਾਜ਼ਾ ਮੇਰਾ ਕਮਰਾ ਬੁੱਕ ਕਰੋ ਮੈਂ ਆਪਣਾ ਕੰਮ ਸ਼ੁਰੂ ਕਰਾਂ ਪਾਰਕ ਪਲਾਜ਼ਾ ਵਾਲੀ ਬੁੱਧੀ ਹੈ ਪਾਰਕ ਪਲਾਜ਼ਾ ਸਰ ਪਾਰਕ ਪਲਾਜ਼ਾ ਦਾ ਇੱਕ ਰਾਤ ਦਾ 15,000 ਰੁਪਏ ਕਿਰਾਇਆ ਇਹ ਤਾਂ ਬਰਬਾਦ ਕਰ ਦੂਗਾ 5 ਦਿਨਾਂ 'ਚ ਫਿਰ ਤੈਨੂੰ ਇਹ ਆਪਣੇ ਕੋਲ ਇਹੋ ਜਿਹੀ ਕਿਹੜੀ ਠੰਡ ਜਗ੍ਹਾ ਜਿੱਥੇ ਬਿਠਾਈ ਆਪਾਂ ਇਹਨੂੰ ਯਾਰ ਆਪਣੇ ਕੋਲ ਠੰਡਾ ਮਾਹੌਲ ਠੰਡਾ ਮਾਹੌਲ ਕੋਈ ਗੱਲ ਨਹੀਂ ਜਨਾਬ ਤੁਸੀਂ ਮੇਰੇ 'ਤੇ ਛੱਡ ਦਿਓ ਇਹਦੀ ਠੰਡੀ ਜਗ੍ਹਾ ਦਾ ਇੰਤਜ਼ਾਮ ਮੈਂ ਸੋਚ ਲਿਆ ਜੀ ਚ
चल उठो तेरी शिमले च कुर्सी डाइए प्रेम जनाब इन मेरे नाल लेके आओ ठीक है जी चल हुण बाजे लाउ ठीक ना सुणे तैनू पर हुण मर दो यार तैनू मैं दसदा What the hell you are doing? एक ता साला अंग्रेजी बोलता मारो दस बात भी नहीं लैन दिंदा मारो दस बात भी नहीं आउंदा मारो दस बात भी नहीं आउंदा Victor, believe me, I murdered that serpent, but not his brother. तेरी मैं करता प्रोफेसर हराम जा दिया जनाब सस्रीकाल सस्रीकाल ओए मन्ना नहीं प्रोफेसर अजे ओए दी अंग्रेजी मुक्के ता पता लगे जनाब की कहना साला है खैर तुसी दसो किवें आउणे होए ओ जेड़ी आपा फिल्म बना रहे हैं ना आ ओदा ओ किधर गया आ ओदा राइटर है ए कहंदा मैनूं कहानी लिखण वास्ते ठंडे जे माहौल दी लोड़ है ते इस थाने च तेरे सेल तों ठंडी जगह होर कोई नहीं क्यों भी बलदेव जखमी ਵਧੀਆ ਲੱਗਿਆ ਸਾਡਾ ਬਰਫ਼ ਪਲਾਜ਼ਾ ਹਾਂਜੀ ਨਾ ਕਹਿ ਕੇ ਮਰਨਾ ਸ਼ਮਸ਼ੇਰ ਜੀ ਉਧਰ ਪੱਖਾ ਲਾ ਦੇ ਇੱਧਰ ਵੀ ਕੁਰਸੀ ਲਾ ਦੇ ਜੀ ਜਨਾਬ ਲੈ ਵੀ ਕੁਰਸੀ ਤੇ ਬੈਠ ਭਾਵੇਂ ਬਰਫ਼ ਤੇ ਬੈਠ ਹੁਣ ਮੈਨੂੰ ਇਹ ਦੱਸ ਦੇ ਵੀ ਕਹਾਣੀ ਲਿਖਣ ਨੂੰ ਟਾਈਮ ਕਿੰਨਾ ਲੱਗੂ ਇਹ ਜਨਾਬ ਤੁਸੀਂ ਮੇਰੇ ਤੇ ਛੱਡ ਦਿਓ ਮੈਨੂੰ ਲੱਗਦਾ ਬਰਫ਼ ਦੀ ਸਲੀਪ ਪਿਗਣ ਤੋਂ ਪਹਿਲਾਂ ਕਹਾਣੀ ਪੂਰੀ ਕਰ ਦੂੰਗਾ ਹੁਣ ਬਣਾਉਣਾ ਤੇਰੀ ਕਰਨੀ ਚੱਲ ਪ੍ਰੇਮਿਆ लकी स्वीटी लकी स्वीटी की होया रो क्यों रही है लकी मेरे डैड ने मैंने चुबारे च बंद कर देता ओ मच्छी वाली लच्छी ने डैड नु सब कुछ दस देता लकी डैड छड़ पावे सारी दुनिया साडे प्यार दी दुश्मन हो जावे सानू दोहां नु कोई अलग नहीं कर सकता ना मैनू इत्थे कोई आउण रोक सकदा है ना तेनू मच्छी खाणो रोक सकदा लेखा सच्ची लकी मैनू बहुत भूख लगी हुई सी दिलां नू दिलां दी राह हुंदी है मैं जानता सी इसलिए लेके आया लेखा अज तुसी स्वीटी नू चुबारे च बंद किया तो मैनू अपने दिन याद आ गए तुहानू याद है मेरे दारजी ने जब तुहाडे नाल मिलन रोकिया सी तो मैनू भी चुबारे च बंद कर दिता सी तुसी मैनू पाइप राही चढ़ के मिलन आए सी याद है मैनू तू अपने प्यो दे चुबारे विच बैठी रोई जांदी सी पहला मैनू तुसी रोंदी नू चुप कराया फिर मैनू फिश खवाई एक मिंट ਇਹ ਜਿਹੜਾ ਬਲੈਕ ਐਂਡ ਵਾਈਟ ਸੀਨ ਤੂੰ ਮੈਨੂੰ ਸੁਣਾ ਰਹੀ ਹੈਗੀ ਹੈ ਇਹ ਕਲਰ ਵਿੱਚ ਉੱਪਰ ਚੁਬਾਰੇ ਵਿੱਚ ਵੀ ਤੇ ਹੋ ਸਕਦਾ ਕੀ ਮਤਲਬ ਅੰਕਲ ਜੀ ਤੁਹਾਡੇ ਘਰ ਦੇ ਸਾਹਮਣੇ ਲੱਕੀ ਦੇ ਮੋਟਰਸਾਈਕਲ ਦੀ ਚਾਬੀ ਮਿਲੀ ਚਾਬੀ ਕੀ ਪਤਾ ਅੰਕਲ ਉੱਪਰ ਚੁਬਾਰੇ ਕੀ ਹੋਵੇ ਕੀ ਪਤਾ ਨਹੀਂ ਪੁੱਤਰ ਉਹ ਉੱਥੇ ਹੀ ਹੋ ਸੀ ਚਲੋ ਚੱਲ ਕੇ ਵੇਖਦੇ ਹਾਂ ਚਲੋ ਪ੍ਰਭਜੋਤ ਅੰਮ੍ਰਿਤਪਾਲ ਤੁਸੀਂ ਵੀ ਆਓ ਆਪਣੇ ਪੇਰੈਂਟਸ ਨੇ ਆਪਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਲੱਗਦਾ ਘਰੋਂ ਭੱਜਣਾ ਪਊ ਓ ਮਾਈ ਗੋਡ ਆਪਾਂ ਸੱਚੀ ਘਰੋਂ ਭੱਜਾਂਗੇ ਹਾਂ ਸਵੀਟੀ ਆਫ ਕੋਰਸ मैं भजन दे सा तेनू ओ जल्दी खोलो जी कुड़ी भज जाएगी भज के डर जाएगी चल छेती छेती कपड़े पाला मैं बैग च इस तो बिना कोई रास्ता नहीं चल मैं तक कद्दा बैग पैक करी बैठी हूं आ वेख कद तू कहे कद मैं तेरे नाल भजा ताला भी नहीं खुल रहा की करा मैनू लगता है चाबी फस गया की कदे कट्टा फस जांदा है कदे ताले दी चाबी फसा लेने हो चल ਪ੍ਰਭਜੋਤ ਜਲਦੀ ਕਰ ਜਲਦੀ ਹਰਸਿਮਰਨ ਜਲਦੀ ਕਰੋ ਆਪਣੇ ਅੰਕਲ ਦੀ ਹੈਲਪ ਕਰੋ ਜਲਦੀ ਓਏ ਨਾਲਾ ਖਿੱਚਣ ਦੇ ਮੇਰੀ ਸੁਥਣ ਖੋਲ ਛੱਡੀ ਕੇ ਉਹ ਖੁੱਲ ਗਿਆ ਸੁਟੀ ਕਿੱਥੇ ਗਈ ਇੱਥੇ ਤੇ ਆਈ ਨਹੀਂ ਕਿੱਧਰ ਗਈ ਪ੍ਰਭਜੋਤ ਤੂੰ ਬਾਥਰੂਮ ਵਿੱਚ ਵੇਖ ਅੰਮ੍ਰਿਤਪਾਲ ਤੂੰ ਬੈਲਕਨੀ ਵਿੱਚ ਵੇਖ ਕਿੱਥੇ ਰਹੀ ਚਾਬੀ ਹੈ ਨਹੀਂ ਕਿੱਥੇ ਗਈ ਉਧਰ ਵੇਖ ਸੁਟੀ ਜਲਦੀ ਕਰ ਪ੍ਰਭਜੋਤ ਜਲਦੀ ਜਲਦੀ ਸੁਟੀ ਰੁਕ ਜਾ ਸੁਟੀ ਲੈ ਵੇਖ ਲੈ ਸੁਣ ਆਪਣੀਆਂ ਅੱਖਾਂ ਦੇ ਨਾਲ ਕਹਿੰਦੀ ਸੀ ਇੱਕੋ ਛਾਲ ਮਾਰੀ ਸਸੂ ਉਹ ਵੇਖ ਲੱਕੀ ਦੇ ਨਾਲ ਕਿਵੇਂ ਛਾਲਾ ਮਾਰ ਮਾਰ ਭੱਜੀ ਜਾਂਦੀ ਹੈਗੀ ਪਰ ਮੁੰਡਾ ਤੁਹਾਡੇ ਨਾਲੋਂ ਤੇਜ਼ ਲੱਗਦਾ ਓ ਭਾਈ ਡੀਜ਼ਲ ਇੰਜਨ ਤੇ ਇਲੈਕਟ੍ਰਿਕ ਇੰਜਨ ਵਿੱਚ ਕੁਝ ਤੇ ਫਰਕ ਹੁੰਦਾ ਨਾ ਡਿੰਪੀ ਜੀ ਅੰਕਲ ਆਂਟੀ ਤੁਸੀਂ ਕਿਉਂ ਜਾ ਗੱਲਾਂ ਕਰੀ ਜਾਂਦੇ ਹੋ ਕਿਉਂ ਭਾਈ ਕੀ ਗੱਲ ਹੈ ਲੱਕੀ ਆਪਣੀ ਸਵੀਟੀ ਨੂੰ ਪਹੁੰਚਾ ਕੇ ਲੈ ਗਿਆ ਅੰਕਲ ਜੀ ਨਾ 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 ਨਾ
ਮੰਗਾ ਸਾਹਿਬ ਤੁਸੀਂ ਕਦੋਂ ਆਏ? ਬਸ ਥੋੜ੍ਹੀ ਦੇਰ ਪਹਿਲਾਂ, ਰੰਗੀ ਨੂੰ ਕੰਮ ਸੀ ਕੋਈ, ਉੱਪਰ ਗਿਆ। ਬੜੇ ਠਾਠ ਬਾਠ ਹੋ ਗਏ ਤੁਹਾਡੇ। ਆ ਸੋਨੇ ਦੀ ਚੇਨ, ਸੋਨੇ ਦਾ ਕੜਾ, ਰੇਵਨ ਸ਼ੇਵਨ, ਨਵੀਂ ਗੱਡੀ ਵੀ ਕਢਾ ਲਈ ਹੈ। ਬਸ ਐਂ ਆ ਸ਼ਿੰਗਾਰਾ ਸਿੰਘ ਜੀ, ਟਾਈਮ ਬਦਲਦਿਆਂ ਦੇਰ ਨਹੀਂ ਲੱਗਦੀ। ਉਹ ਤਾਂ ਠੀਕ ਹੈ, ਪਰ ਤੁਸੀਂ ਇਕਦਮ ਫਰਸ਼ ਤੋਂ ਅਰਸਤੀ ਚਲੇ ਗਏ। ਇਹੋ ਜੀ ਕਿਹੜੀ ਗਿੱਦੜ ਸਿੰਘੀ ਲੱਗ ਗਈ ਹੱਥ, ਸਾਨੂੰ ਵੀ ਦੱਸ ਦਿਓ ਯਾਰ। ਉਹ ਤੁਸੀਂ ਅੰਬ ਖਾਓ ਸ਼ਿੰਗਾਰਾ ਸਿੰਘ ਜੀ, ਐਵੇਂ ਪੇੜ ਗਣਨ ਦੀ ਲੋੜ ਨਹੀਂ, ਹੋਰ ਕੋਈ ਸੇਵਾ ਤਾਂ ਦੱਸੋ। ਸੇਵਾ ਹੋਈ ਤਾਂ ਜ਼ਰੂਰ ਦੱਸਾਂਗੇ। ਦੱਸੂ ਇਹ ਸੇਵਾ, ਪਰ ਥੋੜਾ ਪਿਆਰ ਨਾਲ ਸ਼ਿੰਗਾਰਾ ਸਿੰਘ ਜੀ, ਜ਼ੋਰ ਜ਼ਬਰਦਸਤੀ ਬਿਲਕੁਲ ਨਹੀਂ। ਜ਼ੋਰ ਜ਼ਬਰਦਸਤੀ ਕਾ ਵੀ ਭਲਾ, ਆ ਚਲੀਏ ਹੁਣ, ਐਵੇਂ ਇਹਨਾਂ ਮਗਜ਼ ਮਾਰਨ ਲੱਗ ਪਿਆ। ਗੱਡੀ ਕਰਦੇ ਕੀ ਫਿਰਦੇ ਯਾਰ, ਮੈਨੂੰ ਤਾਂ ਕੋਈ ਸਮਝ ਨਹੀਂ ਆ ਰਹੀ ਇਹਨਾਂ ਦੀ। ਵੀਰੇ ਹਾਂ, ਤੂੰ ਇੱਥੇ ਖੜਾ ਕੀ ਸੋਚੀ ਜਾਂਦਾ? ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਭੈਣੇ, ਇੰਨੀ ਛੇਤੀ ਬੰਦੇ ਦੇ ਦਿਨ ਨਹੀਂ ਬਦਲ ਸਕਦੇ। ਇਹਨਾਂ ਨੰਗਾ ਕੋਲੇ ਏਡੀ ਮਹਿੰਗੀ ਗੱਡੀ ਕਿੱਥੋਂ ਆ ਗਈ? ਓਹੋ, ਮੋਟਰਸਾਈਕਲ ਵੇਚ ਕੇ ਖਰੀਦ ਲਈ ਹੋਣੀ ਹੈ। ਓਏ ਮੋਟਰਸਾਈਕਲ ਵੇਚ ਕੇ ਫੋਰਚੂਨਰ ਗੱਡੀ ਆਜੂ, ਹੋਰ ਹੀ ਗੱਲਾਂ ਕਰਦੀ ਰਹਿਣੀ ਹੈ। ਅੱਜ ਮਹੀਨੇ ਬਾਅਦ ਸ਼ਕਲ ਦੇਖੀ ਇਹਨਾਂ ਦੀ, ਅੱਗੇ ਤਾਂ ਇਹ ਕਮਰੇ 'ਚੋਂ ਨਿਕਲਦੇ ਨਹੀਂ ਸੀ ਹੁੰਦੇ, ਅਤੇ ਹੁਣ ਹੁਣ ਇਹਨਾਂ ਦਾ ਇੱਥੇ ਜੀ ਨਹੀਂ ਲੱਗਦਾ। ਤੈਨੂੰ ਕੀ ਪਤਾ ਬਿਨ ਤੇਰੇ ਲੱਗਦਾ ਨਾ ਮੇਰਾ ਜੀ, ਤੈਨੂੰ ਕੀ ਪਤਾ ਬਿਨ ਤੇਰੇ ਲੱਗਦਾ ਨਾ ਮੇਰਾ ਜੀ, ਹੋ ਜੋ ਤੇਰੇ ਬਿਨ ਹੋਵੇ ਆਖਰੀ ਉਹ ਦਿਨ ਹੋਵੇ, ਹੋ ਜੋ ਤੇਰੇ ਬਿਨ ਹੋਵੇ ਆਖਰੀ ਉਹ ਦਿਨ ਹੋਵੇ, ਪਲ ਪਲ ਸਾਂ ਮੰਗਦੇ ਦੁਆ। ਤੇਰੀ ਗੱਲ ਹੋਵੇ ਬਸ ਮੇਰੇ ਵੱਲ ਹੋਵੇ, ਹਾਂ ਜੋ ਤੇਰੀ ਗੱਲ ਹੋਵੇ ਬਸ ਮੇਰੇ ਵੱਲ ਹੋਵੇ, ਪਲ ਪਲ ਸਾਂ ਮੰਗਦੇ ਦੁਆ। ਅਰਮਾਨ ਹੋਵੇ ਉਹ ਮੇਰਾ ਜਾਨ ਹੋਵੇ, ਤੇਰਾ ਅਰਮਾਨ ਹੋਵੇ ਉਹ ਮੇਰਾ ਜਾਨ ਹੋਵੇ, ਪਲ ਪਲ ਸਾਂ ਮੰਗਦੇ ਦੁਆ।
ਚੜਿਆ ਕਿੱਥੇ ਮੁੰਡਾ ਮੇਰਾ ਤੂੰ ਦੱਸ ਮੇਰੀ ਲੜਕੀ ਕਿੱਥੇ ਆ ਗਈ ਮੇਰੀ ਲੜਕੀ ਕਿੱਥੇ ਮੈਨੂੰ ਕੀ ਪਤਾ ਹੈ ਤੇਰੀ ਕੁੜੀ ਮੇਰੇ ਮੁੰਡੇ ਨੂੰ ਕੱਢ ਕੇ ਲੈ ਗਈ ਹੈ ਨਹੀਂ ਤੁਹਾਡਾ ਮੁੰਡਾ ਸਾਡੀ ਕੁੜੀ ਨੂੰ ਕੱਢ ਕੇ ਲੈ ਗਿਆ ਓ ਮੈਂ ਕਹਿਣਾ ਸਿੱਧਾ ਸਿੱਧਾ ਦੱਸ ਦਿਓ ਮੇਰਾ ਮੁੰਡਾ ਕਿੱਥੇ ਓ ਤੂੰ ਦੱਸ ਮੇਰੀ ਲੜਕੀ ਕਿੱਥੇ ਆ ਗਈ ਅੱਛੀ ਖਵਾ ਕੇ ਅੱਛੀ ਕੀਤੀ ਸੂ ਹਾਏ ਉਹ ਮਾਰਦੀ ਮੱਛੀ ਦੀ ਹਾਂ ਤੇ ਤੂੰ ਆਪਣਾ ਮੁੰਡਾ ਨਹੀਂ ਸਮਝ ਜਾਂਦਾ ਤੈਨੂੰ ਆਪਣੀ ਕੁੜੀ ਨਹੀਂ ਸਮਝ ਜਾਂਦੀ ਓ ਹੈਲੋ ਕਿਉਂ ਲੜੀਆਂ ਨੇ ਉਹ ਕੌਣ ਕਿਰੂ ਲੈ ਕੇ ਭੱਜ ਗਿਆ ਵੇ ਕਿਹੜਾ ਸੀ ਓਏ ਇਹਨਾਂ ਦੀ ਕੁੜੀ ਮੇਰੇ ਮੁੰਡੇ ਨੇ ਲੈ ਕੇ ਫਰਰ ਹੋ ਗਈ ਹੈ ਉਹ ਨਹੀਂ ਜੀ ਇਹਨਾਂ ਦਾ ਲੜਕਾ ਹਸਨ ਦੀ ਸਵੀਟੀ ਨੂੰ ਚੁਬਾਰੇ ਵਿੱਚ ਉਡਾ ਕੇ ਲੈ ਗਿਆ ਨਾ ਤੁਸੀਂ ਕੱਲੀ ਕੁੜੀ ਨੂੰ ਚੁਬਾਰੇ 'ਚ ਛੱਡੇ ਹੀ ਕਿਉਂ ਹਾਂ ਤੁਹਾਨੂੰ ਕੀ ਹੈ ਸਾਡੀ ਕੁੜੀ ਹੈ ਭਾਵੇਂ ਸਕੂਲ ਤੱਕ ਕਰ ਦਈਏ ਫਿਰ ਭੁਗਤਾ ਭੁਗਤਾ ਹਣਾ ਭੁਗਤਾ ਪ੍ਰੇਮ ਪ੍ਰੇਮ ਨਾਲ ਯਾਰ ਕੁੜੀ ਇਹਨਾਂ ਦੀ ਭੱਜੀ ਹੈ ਆਪਣੀ ਨਹੀਂ ਕੋਈ ਗੱਲ ਨਹੀਂ ਭੁਗਤਾਂਗੇ ਤੇ ਹੁਣ ਐ ਜਿੱਦੂ ਮੈਂ ਅੰਦਰ ਜਾ ਕੇ ਰਿਪੋਰਟ ਲਿਖਵਾਈ ਹੈ ਓ ਚੜਿਆ ਰਿਪੋਰਟ ਤੈਨੂੰ ਲਿਖਵਾਉਣੀ ਆਂਦੀ ਹੈ ਮੈਂ ਵੀ ਰਿਪੋਰਟ ਲਿਖਵਾ ਸਕਦਾ ਮੈਂ ਡੀਐਸਪੀ ਕੋਲ ਜਾਵਾਂਗਾ ਮੈਂ ਐਸਪੀ ਕੋਲ ਜਾਵਾਂਗਾ ਓ ਮੈਂ ਡੀਏਜੀ ਕੋਲ ਜਾਵਾਂਗਾ ਓ ਮੈਂ ਡੀਜੀਪੀ ਕੋਲ ਜਾਵਾਂਗਾ ਓ ਮੈਂ ਸੀਐਮ ਕੋਲ ਜਾ ਕੇ ਸਾਲੇ ਪਹਿਲਾਂ ਤੁਸੀਂ ਆਪਣੇ ਘਰ ਨੂੰ ਜਾਓ ਹੈ ਨਹੀਂ ਠਾਣੇ 'ਚ ਕੋਈ ਛੁੱਟੀ ਹੈ ਮੰਤਰੀ ਸਾਹਿਬ ਨੇ ਜਾ ਭੱਜ ਇੱਥੋਂ ਓ ਸੁਣੇ ਤੁਹਾਨੂੰ ਜਾਓ ਚੱਲੋ ਭੱਜ ਇੱਥੋਂ ਪ੍ਰੇਮ ਪ੍ਰੇਮ ਨਾਲ ਯਾਰ ਕਾਹਨੂੰ ਯਾਰ ਕਾਨੂੰਨ ਦੇ ਸਾਹਮਣੇ ਉੱਚੀ ਬਾਤ ਗੱਲ ਕਰਦੇ ਨੇ ਮੈਥੋਂ ਨਹੀਂ ਇਹ ਜਿਹਾ ਕੁਝ ਦੇਖਿਆ ਜਾਂਦਾ ਚੱਲ ਆ ਜਾ ਹੁਣ ਤੂੰ ਤੂੰ ਬਹੁਤਾ ਤੱਤਾ ਨਾ ਹੋਇਆ ਕਰ ਯਾਰ ਨਹੀਂ ਯਾਰ ਤੈਨੂੰ ਤਾਂ ਉਹ ਸੱਚ ਪ੍ਰੇਮ ਯਾਰ ਰਿਪੋਰਟ ਤਾਂ ਇਹਨਾਂ ਨੇ ਮੁਨਸ਼ੀ ਨੂੰ ਲਿਖਾਉਣੀ ਸੀ ਆਪਾਂ ਉਹੀ ਪੂੰਛ ਨੂੰ ਅੱਗ ਲਾ ਕੇ ਬਹਿ ਗਏ ਆਪਣੀ ਲਾਂਕਾ ਤਾਂ ਨਹੀਂ ਪੁੱਗ ਜੂ ਕਿਤੇ ਕਿਵੇਂ ਮਤਲਬ ਆਪਣੇ ਸਿਰ ਤੇ ਗੱਲ ਤਾਂ ਨਹੀਂ ਆ ਜੂ ਓ ਨਾ ਨਾ ਇਹਨਾਂ ਨੇ ਤਾਂ ਰਿਪੋਰਟ ਹੀ ਲਿਖਾਉਣੀ ਆ ਧੱਕੇ ਧੁੱਕੇ ਜੇ ਖਾ ਕੇ ਫੇਰ ਆ ਜਾਣਗੇ ਵੈਸੇ ਵੀ ਲੜਾਈ ਵਧੀ ਹੋਈ ਆ ਦੁਆਰੇ ਪੱਕਾ ਆਉਣਗੇ ਚੱਲ ਆਪਾਂ ਫਿਰ ਜਿਆਦਾ ਹੀ ਕੁੱਟ ਪੀ ਆਈਏ ਆ ਜਾ ਫਿਰ ਚੱਲੀਏ ਕੀ ਹੋਇਆ ਰਾਈਟਰ ਸਾਹਿਬ ਬੜੇ ਪਰੇਸ਼ਾਨ ਨਜ਼ਰ ਆ ਰਹੇ ਹੋ ਕੀ ਦੱਸਾਂ ਪ੍ਰੋਫੈਸਰ ਤਾਰਾ ਸਿੰਘ ਜੀ ਪੁਲਿਸ ਨੇ ਮੇਰੀ ਡਿਊਟੀ ਫਿਲਮ ਲਿਖਣ 'ਤੇ ਲਾ ਦਿੱਤੀ ਮੈਨੂੰ ਸਮਝ ਨਹੀਂ ਲੱਗ ਰਿਹਾ ਕੀ ਲਿਖਾਂ ਕੀ ਨਾ ਲਿਖਾਂ ਤੁਸੀਂ ਫਿਲਮਾਂ ਬਣਾਉਣ ਵਾਲੇ ਅਸਲ ਜ਼ਿੰਦਗੀ ਤੋਂ ਕੋਹਾਂ ਦੂਰ ਤੁਰੇ ਫਿਰਦੇ ਰਹਿੰਦੇ ਹੋ ਹਰ ਇਨਸਾਨ ਦੀ ਜ਼ਿੰਦਗੀ ਇੱਕ ਖੁੱਲ੍ਹੀ ਕਿਤਾਬ ਹੈ ਉਸਨੂੰ ਪੜ੍ਹਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਤੁਸੀਂ ਆਪਣੀ ਦੁੱਖ ਭਰੀ ਕਹਾਣੀ ਮੈਨੂੰ ਸੁਣਾ ਦਿਓ ਸ਼ਾਇਦ ਉਹਦੇ 'ਚੋਂ ਮੈਨੂੰ ਕੁਛ ਮਿਲ ਜੇ ਯੂ ਨੋ ਵਟ ਹੈਪਨ ਟੂ ਮੀ ਆਈ ਫੀਲ ਹਰਟ ਵੈਨ ਪੁਲਿਸ ਇਜ਼ ਟੋਰਚਿੰਗ ਮੀ ਲਾਈਕ ਦਿਸ ਆਈ ਵਾਸ ਨੈਵਰ ਅਗੇਂਸਟ ਮਾਈ ਡੌਟਰਸ ਆਊਟਕਾਸਟ ਮੈਰਿਜ ਵਾਈ ਪੰਚਾਇਤ ਹੈਜ਼ ਮਰਡਰਡ ਮਾਈ ਡੌਟਰ ਆਈ ਕੈਨ ਨੈਵਰ ਫੋਰਗੈਟ ਦੈਟ ਓਨਰ ਕਿਲਿੰਗ ਪ੍ਰੋਫੈਸਰ ਸਾਹਿਬ ਮੈਂ ਤੁਹਾਡਾ ਦੁੱਖ ਸਮਝਦਾ ਪਰ ਇਹ ਸਭ ਜੋ ਤੁਸੀਂ ਕਹਿ ਰਹੇ ਹੋ ਨਾ ਮੈਨੂੰ ਪੰਜਾਬੀ 'ਚ ਬੋਲ ਕੇ ਲਿਖਾ ਦਿਓ ਕਿਉਂਕਿ ਫਿਲਮ ਪੰਜਾਬੀ 'ਚ ਬਣ ਰਹੀ ਹੈ ਲਿਖ ਫਿਰ ਮੇਰੇ ਖੂਨ ਵਿੱਚ ਕਲਮ ਡੁਬੋ ਕੇ ਮੇਰੇ ਦੁੱਖ ਭਰੀ ਦਾਸਤਾਂ ਲਿਖ ਜਨਾਬ ਫਿਲਮ ਦਾ ਰਾਈਟਰ ਮਿਲਣ ਆਇਆ ਜੀ ਕਹਿੰਦਾ ਉਹਦੀ ਕਹਾਣੀ ਪੂਰੀ ਹੋ ਗਈ ਬੁਲਾਓ ਬੁਲਾਓ ਜਲਦੀ ਅੰਦਰ ਉਹਨੂੰ ਜੀ ਜਨਾਬ ਸਰ ਆਓ ਆਓ ਬੈਠੋ ਥੈਂਕ ਯੂ ਸੁਣਿਆ ਰਾਈਟਰ ਸਾਹਿਬ ਸਾਡੀ ਫਿਲਮ ਦੀ ਕਹਾਣੀ ਪੂਰੀ ਹੋ ਗਈ ਬਸ ਜਨਾਬ ਕਿਸੇ ਦੀ ਹੱਡ ਬੀਤੀ ਪਰਦੇ 'ਤੇ ਪੇਸ਼ ਹੋਣ ਜਾ ਰਹੀ ਹੈ ਫਿਰ ਇਹ ਕਹੋ ਨਾ ਕਿ ਪਰਦੇ 'ਤੇ ਕੋਈ ਵੱਡਾ ਜਲਵਾ ਹੋਣ ਜਾ ਰਿਹਾ ਸਰ ਫਿਲਮਾਂ ਦੇ ਜਲਵੇ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗਦੇ ਨੇ ਫਿਰ ਕੀ ਨਾਂ ਰੱਖਿਆ ਸਾਡੀ ਫਿਲਮ ਦਾ ਮੁਜਰਮ ਤਾਰਾ ਸਿੰਘ ਦੇ ਦੁੱਖਾਂ 'ਤੇ ਬੰਨ ਵਾਲੀ ਫਿਲਮ ਦਾ ਨਾਮ ਹੋਏਗਾ ਇੱਕ ਤਾਰਾ ਬੋਲੇ ਗੁੱਡ ਗੁੱਡ ਵੈਰੀ ਗੁੱਡ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਮੈਂ ਕਿਹਾ ਜੀ ਸੁਣਦੇ ਨੇ ਵਿਆਹ ਤੋਂ ਬਾਅਦ ਤੈਨੂੰ ਹੀ ਸੁਣਿਆ ਹੋਰ ਤਾਂ ਤੂੰ ਕਿਸੇ ਨੂੰ ਬੋਲਣ ਦਿੱਤਾ ਹੀ ਨਹੀਂ ਅੱਛਾ ਮੇਰੀ ਗੱਲ ਸੁਣੋ ਜੀ ਆਪਾਂ ਜਿਹੜੀ ਫਿਲਮ ਬਣਾ ਰਹੇ ਹਾਂ ਉਹਦਾ ਨਾਮ ਕੀ ਰੱਖਿਆ ਤੇਰੇ ਜੰਮਣ ਤੋਂ ਪਹਿਲਾਂ ਤੇਰੀ ਮਾਂ ਤੈਨੂੰ ਕੀ ਕਹਿ ਕੇ ਬੁਲਾਉਂਦੀ ਸੀ ਜੰਮਣ ਤੋਂ ਪਹਿਲਾਂ ਵੀ ਕੋਈ ਕਿਸੇ ਦਾ ਨਾਮ ਰੱਖਦਾ ਹੁੰਦਾ ਬਸ ਫਿਰ ਉਹ ਜਿਹੜਾ ਤਾਂ ਰਾਈਟਰ ਵੀਰ ਬਰਫ਼ ਦੀ ਸਿੱਲੀ ਕੋਲੇ ਬੈਠਾ ਲਿਖ ਰਿਹਾ ਹੈ ਉਹਦੀ ਕਹਾਣੀ ਤਾਂ ਪੂਰੀ ਹੋ ਲੈਣ ਦੇ ਪਹਿਲੀ ਫਿਲਮ ਦੀ ਭਰੂਣ ਹੱਤਿਆ ਕਰਨ ਨੂੰ ਫਿਰਦੀ ਹੈ ਜੀ ਮੇਰੀ ਗੱਲ ਸੁਣੋ ਨਾ ਆਪਣੀ ਫਿਲਮ ਦਾ ਟਾਈਟਲ ਨਾ ਕੋਈ ਵਧੀਆ ਜਿਹਾ ਰੱਖਿਓ ਐਵੇਂ ਨਾ ਹੋਰ ਕਿਤੇ ਮੇਰੀ ਬੇਇੱਜ਼ਤੀ ਹੋ ਜਾਵੇ ਤੁਹਾਡੇ ਟੱਬਰ ਨਾਲੋਂ ਚੰਗੇ ਆ ਨਾਮ ਰੱਖਣਾ ਆਉਂਦਾ ਇੱਧਰ ਦੇਖ ਲਓ ਕਲਾਸ਼ੋ ਤੇ ਕਲੇਸ਼ੋ ਦੇ ਚੱਕਰ 'ਚ ਫਸਾ ਕੇ ਰੱਖਤਾ ਮੈਨੂੰ ਆ ਫੜ ਜੈਨ ਸਰ
ਉਹ ਤਨਵਾ ਸਾਹਿਬ ਥਾਣੇ ਚੱਕ ਕੇ ਲੱਡੂ ਵੰਡੇ ਆਪਣੀ ਫਿਲਮ ਦੀ ਕਹਾਣੀ ਪੂਰੀ ਹੋ ਗਈ ਉਹ ਅੱਛਾ ਜੀ ਕਮਾਲ ਕਰਤੀ ਰਾਈਟਰ ਨੇ ਮੈਨੂੰ ਤਾਂ ਲੱਗਦਾ ਸੀ ਅਜੇ 5-7 ਦਿਨ ਹੋਰ ਲਾਓ ਆ ਲੱਗਦੇ ਹੱਥ ਨੂੰ ਫਿਲਮ ਦਾ ਨਾਮ ਵੀ ਦੱਸ ਦਿਓ ਜੀ ਮੈਂ ਕਲੇਸ਼ ਦਾ ਕਲੇਸ਼ ਮੰਗਾਇਆ ਵਾਂ ਓਏ ਆਪਣੀ ਫਿਲਮ ਦਾ ਨਾਂ ਹੈ ਇੱਕ ਤਾਰਾ ਬੋਲੇ ਵੈਰੀ ਗੁੱਡ ਸਰ ਜੈਨ ਸਰ ਮੈਂ ਆਇਆ ਆਇਆ ਸਰ ਜੀ ਦੱਸੋ ਨਾ ਨਾਮ ਕੀ ਰੱਖਿਆ ਹੈ ਤੇਰਾ ਬਾਪੂ ਬੋਲੇ ਸਰ ਆ ਲਿਆਂਦਾ ਫਿਲਮ ਦਾ ਡਾਇਰੈਕਟਰ ਜੀ ਆਓ ਜੀ ਡਾਇਰੈਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਰ ਆਪਣੀ ਫਿਲਮ ਦੀ ਕਹਾਣੀ ਪੂਰੀ ਹੋ ਗਈ ਹੈ ਤੇ ਹੁਣ ਫਟਾਫਟ ਫਿਲਮ ਬਣਾਉਣੀ ਸ਼ੁਰੂ ਕਰੋ ਉਹ ਸਰ ਇੱਦਾਂ ਥੋੜਾ ਫਿਲਮਾਂ ਬਣਦੀਆਂ ਨੇ ਜਿੱਦਾਂ ਤੁਸੀਂ ਸੋਚਦੇ ਹੋ ਨਾ ਹੋਰ ਕਿਵੇਂ ਫਿਲਮਾਂ ਬਣਦੀਆਂ ਤੂੰ ਕਹਾਣੀ ਮੰਗੀ ਸੀ ਆ ਪਈ ਆ ਕਹਾਣੀ ਅਜੇ ਕਹਾਣੀ ਪੂਰੀ ਹੋਈ ਹੈ ਸ਼ੂਟਿੰਗ ਦਾ ਸਾਰਾ ਸਮਾਨ ਲਿਆਓ ਐਕਟਰ ਇਕੱਠੇ ਕਰੋ ਕੈਮਰਾ ਹਾਇਰ ਕਰੋ ਤਾਂ ਜਾ ਕੇ ਸ਼ੁਰੂ ਹੋਊਗੀ ਫਿਲਮ ਨਾ ਜਿਹੜੀਆਂ ਚੀਜ਼ਾਂ ਤੂੰ ਕਹੀ ਜਾਣਾ ਇਹ ਚਾਹੀਦੀਆਂ ਵੀ ਆ ਕਿ ਐਵੇਂ ਜਬਲੀਆਂ ਮਰੀ ਜਾਣਾ ਇਹ ਸ਼ੂਟਿੰਗ ਦਾ ਸਾਰਾ ਸਮਾਨ ਚਾਹੀਦਾ ਜਨਾਬ ਜੀ ਤੁਸੀਂ ਮੇਰਾ ਯਕੀਨ ਕਿਉਂ ਨਹੀਂ ਕਰਦੇ ਉਹ ਨਹੀਂ ਨਹੀਂ ਕਰਾਂਗੇ ਯਕੀਨ ਤੇਰਾ ਬੰਦਾ ਤਾਂ ਤੂੰ ਠੀਕ ਲੱਗਦਾ ਚੱਲ ਤੂੰ ਲਿਸਟ ਬਣਾ ਕੇ ਦੇ ਮੈਂ ਲਾਉਣਾ ਕਿਸੇ ਡਿਊਟੀ ਟਾਈਮ ਟਾਈਮ ਦੀ ਗੱਲ ਆ ਮਿੱਤਰੋ ਟਾਈਮ ਟਾਈਮ ਦੀ ਗੱਲ ਆ ਟਾਈਮ ਟਾਈਮ ਦੀ ਗੱਲ ਆ ਮਿੱਤਰੋ ਟਾਈਮ ਟਾਈਮ ਦੀ ਟਾਈਮ ਟਾਈਮ ਦੀ ਗੱਲ ਉਹ ਤਨਵਾ ਜੀ ਸਰ ਇਹ ਕੋਈ ਕੰਮ ਕਰਨ ਦਾ ਤਰੀਕਾ ਆ ਗੱਡੀ ਪਹਿਲਾਂ ਸਾਫ਼ ਕਿਉਂ ਨਹੀਂ ਕੀਤੀ ਹੋਏ ਸਰ 2 ਮਿੰਟ ਹੋਰ ਦੇ ਦਿਓ ਜੀ ਮੈਂ ਸ਼ੀਸ਼ੇ ਵਾਂਗੂ ਚਮਕਾ ਦੂੰਗਾ ਜੀ ਨਾ ਪਹਿਲਾਂ ਕਿਉਂ ਨਹੀਂ ਚਮਕੀ ਜਨਾਬ ਪਹਿਲਾਂ ਮੈਂ ਤੁਹਾਡੇ ਬੱਚਿਆਂ ਨੂੰ ਸਕੂਲ ਛੱਡਣ ਚਲਾ ਗਿਆ ਸੀਗਾ ਜੀ ਓਏ ਉਹ ਵੀ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ ਹਾਂਜੀ ਇੱਕ ਫਿਲਮ ਸਾਲਿਆਂ ਤੋਂ ਬਣਦੀ ਨਹੀਂ ਗੱਲਾਂ ਜਿੰਨੀਆਂ ਮਰਜ਼ੀ ਮਰਵਾ ਲਓ ਗੱਲ ਸੁਣ ਲਾ ਮੇਰੀ ਓਏ ਜੀ ਜਨਾਬ ਪਹਿਲਾਂ ਤਾਂ ਤੈਨੂੰ ਮੈਂ ਬਣਾਇਆ DSP ਤਾਂ ਹੌਲਦਾਰ ਹੁਣ ਸਿੱਧਾ ਡਿਸਮਿਸ ਕਰੂੰਗਾ ਜਨਾਬ ਆ ਕੰਮ ਨਾ ਕਰਦੇ ਜੀ ਮੇਰੇ ਬੱਚੇ ਭੁੱਖੇ ਮਰ ਜਾਣਗੇ ਜੀ ਉਹ ਜਨਾਬ ਕੀ ਹੋ ਗਿਆ ਜੀ ਮੈਂ ਥੱਪੜ ਮਾਰ ਕੇ ਮੂੰਹ ਭੰਨ ਦੂੰ ਸਾਲਾ ਕੀ ਹੋ ਗਿਆ ਦਾ ਸਾਹਿਬ ਜੀ ਮੈਂ ਕੀ ਕੀਤਾ ਮੈਂ ਕੀ ਕੀਤਾ ਅਰੂ ਅਫਜੇ ਦਾ ਗਲਾਸ ਭਰ ਕੇ ਤੇਰੇ ਮੂੰਹ ਤੇ ਮਾਰਾਂ ਤੈਨੂੰ ਪਤਾ ਲੱਗ ਜੇ ਕਿ ਭੈੜਾ ਸੁਪਨਾ ਹੁੰਦਾ ਕੀ ਹੈ ਜਾ ਮੇਰੇ ਲਈ ਜ਼ਿਆਦਾ ਕੱਪ ਲੱਗਿਆ ਰੂਹ ਅਫਜਾ ਪੀਣ ਤੋਂ ਪਹਿਲਾਂ ਸੌ ਆਪ ਕੇ ਗੁੱਸਾ ਮੇਰੇ ਤੇ ਕੱਢੀ ਜਾਂਦੇ ਨੇ ਚੰਗਾ ਜਨਾਬ ਲਿਆ ਜੀ ਜਾ ਜਾ ਓ ਚੱਡਾ ਪਿੱਛੇ ਹੋ ਜਾ ਤੂੰ ਪਿੱਛੇ ਹਟ ਮੈਂ ਕਹਿੰਦਾ ਪਹਿਲੇ ਮੈਂ ਜਾਵਾਂਗਾ ਮੈਂ ਜਾਵਾਂਗਾ ਪਹਿਲੇ ਹਟੋ ਪਿੱਛੇ ਤੇਰਾ ਕੀ ਆਖੇਗਾ ਮੈਂ ਕਹਿੰਦਾ ਹਾਂ ਗੱਲ ਮਤ ਮੇਰੀ ਗੱਲ ਸੁਣ ਜੀ ਮੈਂ ਬਕਵਾਸ ਬੰਦ ਕਰੋ ਹਾਂ ਦੱਸੋ ਕੀ ਗੱਲ ਹੈ DSP ਸਾਹਿਬ ਜੀ ਇਹਨਾਂ ਦਾ ਲੜਕਾ ਜੀ ਅਸਾਂ ਦੀ ਸਵੀਟੀ ਨੂੰ ਬਜਾ ਕੇ ਲੈ ਗਿਆ ਓ ਜੋ ਇਹ ਕਹਿ ਰਹੇ ਨੇ ਜਨਾਬ ਉਹਨੂੰ ਉਲਟਾ ਕਰ ਲਓ ਓਏ ਉਲਟਾ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਕਰ ਲੂੰਗਾ ਵਿੱਚੋਂ ਦੱਸੋ ਗੱਲ ਕੀ ਹੈ ਓ ਸਾਹਿਬ ਜੀ ਗੱਲ ਕੋਈ ਖਾਸ ਨਹੀਂ ਜੀ ਇਹ ਬੰਦੇ ਪਹਿਲਾਂ ਵੀ ਆਏ ਸੀ ਇਹਨਾਂ ਦੇ ਮੁੰਡਾ ਕੁੜੀ ਬਸ ਘਰੋਂ ਭੱਜੇ ਨੇ ਜੀ ਅੱਛਾ ਇਹ ਦੱਸੋ ਇਹ ਮੁੰਡਾ ਕੁੜੀ ਬਾਲਗ ਨੇ ਹਾਂ ਜੀ ਫਿਰ ਤੁਸੀਂ ਕਿਉਂ ਰੌਲਾ ਪਾਈ ਜਾਂਦੇ ਹੋ ਘਰੇ ਜਾ ਕੇ ਸੌਂ ਜਾਓ ਆਪੀ ਘੁੰਮ ਫਿਰ ਕੇ ਮੁੜੇ ਆਉਣਗੇ ਜੇ ਮੇਰੇ ਘਰੇ ਇਹੋ ਜਿਹੀ ਕੁੜੀ ਪੈਦਾ ਹੋਈ ਹੁੰਦੀ ਨਾ ਮੈਂ ਉਹਦਾ ਗਲਾ ਦਬਾ ਕੇ ਉਹਨੂੰ ਉੱਥੇ ਹੀ ਮਾਰ ਦੇਣਾ ਸੀ ਐ ਵੇਖ ਲਓ ਸਾਹਿਬ ਜੀ ਤੁਸਾਂ ਦੇ ਸਾਹਮਣੇ ਮੇਰੀ ਧੀ ਦਾ ਮਰਡਰ ਪਲਾਨ ਹੋ ਰਿਹਾ ਹੈ ਚੁੱਪ ਹੋਏ ਓਏ ਬਕਵਾਸ ਬੰਦ ਕਰੋ ਤੁਸੀਂ ਇਦਾਂ ਕਰੋ ਆਪੋ ਆਪਣੇ ਮੁੰਡਾ ਕੁੜੀ ਦੇ ਨਾ ਫੋਟੋਆਂ ਸਾਨੂੰ ਦੇ ਜਾਓ ਤੇ ਤਿੱਤਰ ਹੋ ਜਾਓ ਅਸੀਂ ਪਹਿਲਾਂ ਹੀ ਬਹੁਤ ਦੁਖੀ ਆ ਜਦੋਂ ਕੋਈ ਇਹਨਾਂ ਦੀ ਇਨਫੋਰਮੇਸ਼ਨ ਮਿਲੀ ਆ ਲਓ ਜੀ ਤੁਹਾਨੂੰ ਦੱਸ ਦਾਂਗੇ ਆ ਲਓ ਜੀ ਧੰਨਵਾਦ ਦਫਾ ਹੋ ਜਾਓ ਤੂੰ ਦਫਾ ਹੋ ਪਹਿਲੇ ਚੱਲ ਦੇ ਦਤਨਾ ਕੱਲਾ ਮਤ ਬਸ 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 ਜਸਪਾਲ ਤੂੰ ਆ ਸਮਾਨ ਕੋਲ ਖੜ ਮੈਂ ਜਰਾ ਸਾਹਿਬ ਨੂੰ ਦੱਸ ਕੇ ਆਉਣਾ ਠੀਕ ਹੈ ਧਿਆਨ ਰੱਖੀ ਤੂੰ ਪਰਵਾਹ ਨਾ ਕਰ ਮੈਂ ਦੇਖਦਾ ਓ ਜਨਾਬ ਆ ਤੁਸੀਂ ਗਰਮ ਗਰਮ ਚਾਹ ਪੀ ਕੇ ਠੰਡੇ ਹੋ ਕਰਾਂ ਅੱਜ ਤੁਹਾਡਾ ਮੂਡ ਬਹੁਤ ਖਰਾਬ ਹੈ ਜੀ ਜੈ ਹਿੰਦ ਜਨਾਬ ਓ ਤੇਰਾ ਕੌਣ ਭੱਜ ਗਿਆ ਹੁਣ ਮੇਰਾ ਤਾਂ ਕੋਈ ਨਹੀਂ ਭੱਜਿਆ ਜੇ ਤਾਂ ਮੈਂ ਹੀ ਭੱਜਿਆ ਫਿਰਦਾ ਹਾਂ ਦੱਸ ਓ ਆਪਣਾ ਡਾਇਰੈਕਟਰ ਨੇ ਜਿਹੜਾ ਸਮਾਨ ਕਿਹਾ ਸੀ ਸ਼ੂਟਿੰਗ ਦਾ ਉਹਦਾ ਟਰੱਕ ਭਰ ਕੇ ਲੈ ਕਿੱਥੇ ਢੇਰੀ ਕਰਾਂ ਜੀ ਫਿਰ ਤੇ ਢੇਰੀ ਕਰਨ ਨੂੰ ਸਾਲਿਆ ਨਾਸਿਕ ਤੋਂ ਗੰਡਿਆਂ ਦਾ ਟਰੱਕ ਲੈਂਦਾ ਓ ਡਾਇਰੈਕਟਰ ਨੂੰ ਬੁਲਾ ਉਹਨੂੰ ਪਤਾ ਕਿੱਥੇ ਧਰਨਾ ਹੈ ਸਿਆਪਾ ਬਿਹਤਰ ਜਨਾਬ ਇਹ ਵਾਲਾ ਵੀ ਨਹੀਂ ਜਨਾਬ ਡਾਇਰੈਕਟਰ ਸਾਹਿਬ ਆਉਣ ਵਾਲੇ ਨੇ ਸਮਾਨ ਕੋਲੇ ਚੱਲੀਏ ਜੀ ਚਲੋ ਜੀ ਆਓ ਜੀ ਫੋਨ ਆ ਗਿਆ ਹੈਲੋ ਹਾਂ ਦੱਸ ਕਿਉਂ ਫੋਨ ਕੀਤਾ ਧਨਵਾ ਸਾਹਿਬ ਅੱਜ ਘਰ ਆਂਦੇ ਹੋਏ ਨਾ ਅੰਬ ਦਾ ਚਾਰ ਲੈਂਦੇ ਆਇਓ ਕੀ ਗੱਲ ਅੰਬ ਦਾ ਚਾਰ ਕੀ ਕਰਨਾ ਹੈ ਓਏ ਬਸ ਜੀ ਜਿਆ ਕਰਦਾ ਸੀ ਖਾਣ ਨੂੰ ਉਹ ਨਿੰਬੂ ਤਾਂ ਕੱਟ ਕੇ ਖਾ ਲਾ ਸਮਝਿਆ ਕਰੋ ਨਾ ਅੰਬ ਦਾ ਅਚਾਰ ਹੀ ਚਾਹੀਦਾ ਬਿਕਾਜ਼ ਆਈ ਐਮ ਪ੍ਰੈਗਨੈਂਟ ਉਹ ਉੱਚੀ ਬੋਲ ਸੁਣਿਆ ਨਹੀਂ ਇਸ ਲਈ ਕਿ ਮੇਰੇ ਪੈਰ ਭਾਰੀ ਹੋ ਗਏ ਨੇ ਆਈ ਹੁਣ ਸਮਝ ਉਹ ਜੇ ਪੈਰ ਭਾਰੀ ਹੋ ਗਏ ਚੱਕ ਕੇ ਸਿਰ ਤੇ ਰੱਖ ਲਾ ਮੈਂ ਦੱਸ ਕੀ ਕਰਾਂ ਬਾਅਦ ਗੱਲ ਕਰਦੇ ਆ ਚੱਲ ਬਾਹਰ ਦੇ ਆਓ ਜੀ
ਮੇਰਾ ਹੋਵੇ ਤਾਂ ਛੇਤੀ ਕਰੋ ਛੇਤੀ ਇਹ ਖਾਸਾ ਹੁੰਦਾ ਜਗਾੜ ਜਾ ਹਾਂ ਤੇ ਘੜ ਜੇ ਬਾਜੋ ਸਾਹਿਬ ਖੜੇ ਨੇ ਸਾਡੇ ਜਨਾਬ ਹਾਂ ਆ ਗਿਆ ਜੀ ਪੰਜਾਬੀ ਫਿਲਮਾਂ ਦਾ ਸੁਭਾਸ਼ ਕੇ ਕਰੋ ਗੱਲ ਇਹਦੇ ਨਾਲ ਆ ਗਿਆ ਵੀ ਤੇਰਾ ਸ਼ੂਟਿੰਗ ਦਾ ਸਮਾਨ ਜਾ ਲਾ ਹੁਣ ਛੇਤੀ ਛੇਤੀ ਫਿਲਮ ਸ਼ੁਰੂ ਕਰ ਦੇ ਐਂ ਕਿਵੇਂ ਸ਼ੁਰੂ ਹੋ ਜੂ ਫਿਲਮ ਕਿਉਂ ਪਹਿਲਾਂ ਸਿੰਗਰ ਤਾਂ ਲੈ ਕੇ ਆਓ ਕਮਾਲ ਹੈ ਯਾਰ ਫਿਲਮਾਂ ਵਾਸਤੇ ਐਕਟਰ ਚਾਹੀਦੇ ਹੁੰਦੇ ਨੇ ਤੇ ਸਿੰਗਰਾਂ ਤੋਂ ਤੂੰ ਟਿੰਨੀਆਂ ਲੈਣੀਆਂ ਨੇ ਇਹ ਜਨਾਬ ਪੰਜਾਬੀ ਫਿਲਮ ਹੈ ਹਾਂ ਇਹ 'ਚ ਐਕਟਰ ਹੋਣ ਨਾ ਹੋਣ ਸਿੰਗਰ ਬਿਨਾਂ ਨਹੀਂ ਬਣਦੀ ਯਾਰ ਪਹਿਲਾਂ ਤੈਨੂੰ ਕਹਾਣੀ ਚਾਹੀਦੀ ਸੀ ਫਿਰ ਤਾਂ ਡਾਇਰੈਕਟਰ ਮੰਗ ਲਿਆ ਉਹ ਤੋਂ ਬਾਅਦ ਤੇਰੇ ਸਮਾਨ ਦਾ ਰੌਲਾ ਪੈ ਗਿਆ ਤੇ ਹੁਣ ਤੂੰ ਕਹਿੰਦਾ ਮੈਨੂੰ ਸਿੰਗਰ ਚਾਹੀਦੇ ਨੇ ਥੋੜੇ ਚਿਰ ਨੂੰ ਕਹੇਗਾ ਨੱਚਣ ਵਾਲੀਆਂ ਕੁੜੀਆਂ ਦਾ ਪ੍ਰਬੰਧ ਵੀ ਅਸੀਂ ਕਰੀਏ ਅਸੀਂ ਤਾਂ ਇਸੇ ਕੰਮ 'ਤੇ ਰਹਿ ਗਏ ਫਿਰ ਹੈ ਹਾਂ ਜੋੜੇ ਤੁਹਾਡੇ ਮੋਰੇ ਹੱਥ ਮੇਰੀ ਆਖਰੀ ਡਿਮਾਂਡ ਕਰੋ ਪੂਰੀ ਤੁਹਾਡੀ ਫਿਲਮ ਬਣਾਵਾਂ ਆਪਣਾ ਖਹਿਣਾ ਛਡਾਵਾਂ ਉਹ ਚੱਲ ਫਿਰ ਇਹ ਦੱਸ ਦੇ ਹੁਣ ਵੀ ਇਹ ਸਿੰਗਰ ਮਿਲੂ ਕਿੱਥੇ ਉਹ ਮੈਂ ਦੱਸਦਾ ਲਿਆ ਕੀ ਆ ਤੇਰੇ ਕੋਲੇ ਆ ਉਹਦਾ ਕਾਰਡ ਹੈ ਛੇਤੀ ਜਾਓ ਉਹਨੇ ਬਾਹਰ ਜਾਣਾ ਬਾਹਰ ਤਾਂ ਨਹੀਂ ਹੁਣੇ ਜਾਂਦਾ ਅੰਦਰ ਜ਼ਰੂਰ ਹੋ ਜੂ ਪ੍ਰੇਮਿਆ ਜਨਾਬ ਤੂੰ ਇਹਦਾ ਖਿਆਲ ਰੱਖ ਮੈਂ ਲਿਆਉਣਾ ਸਿੰਗਰ ਨੂੰ ਚੱਕ ਕੇ ਠੀਕ ਹੈ ਜੀ ਨੱਥਿਆ ਜੀ ਚੱਲ ਮੇਰੇ ਨਾਲ ਓਏ ਬੌਂ 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 ਚੱਲਿਆ ਮਰੀਕੇ ਉਹ ਵਰਤੇ ਕਈ ਨੇ ਤਰੀਕੇ ਉਹ ਯਾਰਾਂ ਦਾ ਲੱਗ ਗਿਆ ਪੀਜ਼ਾ ਬਈ ਉੱਥੇ ਖਾ ਗਏ ਪੀਜ਼ਾ ਬੌਂ ਬੌਂ ਓਏ ਨੱਚਣ ਟੱਪਣਾ ਬੰਦ ਕਰ ਸਾਹਮਣੇ ਡੀਐਸਪੀ ਸਾਹਿਬ ਖੜੇ ਨੇ ਇਹ ਨੇ ਜੀ ਬਾਬੂ ਤਨੀ ਸਿੰਘ ਮਿਸਟਰ ਬੌਂ ਬੌਂ ਤੇਰਾ ਫਿਊਚਰ ਦਾ ਕੀ ਪਲਾਨ ਹੈ ਕੁਝ ਨਹੀਂ ਇੱਕ ਐਲਬਮ ਮੇਰੀ ਹਿੱਟ ਹੋ ਚੁੱਕੀ ਆ ਤੇ ਇੱਕ ਦੀ ਤਿਆਰੀ ਚੱਲ ਰਹੀ ਆ ਤੇ ਯੂਟਿਊਬ ਤੇ ਲੱਖਾਂ ਲੋਕ ਮੈਨੂੰ ਫੋਲੋ ਕਰ ਰਹੇ ਆ ਭਾਂ ਭਾਂ ਮੈਂ ਇਹ ਨਹੀਂ ਪੁੱਛਿਆ ਮੈਂ ਪੁੱਛਿਆ ਤੇਰਾ ਅੱਜ ਸ਼ਾਮ ਦਾ ਕੀ ਪਲਾਨ ਹੈ ਕੁਝ ਨਹੀਂ ਇੱਥੋਂ ਪਾਸਪੋਰਟ ਕੈਰੀ ਕਰਨਾ ਵਾਸ਼ਿੰਗਟਨ ਚਲੇ ਜਾਣਾ ਤੇ ਉੱਥੇ ਓਬਾਮਾ ਬਰੋ ਮੈਨੂੰ ਲੈਣ ਆਏਗਾ ਜੇ ਓਬਾਮਾ ਤੋਂ ਪਹਿਲਾਂ ਤੈਨੂੰ ਅਸੀਂ ਥਾਣੇ ਲੈ ਚੱਲੀਏ ਫੇਰ ਕੀ ਖਿਆਲ ਹੈ ਲਾਈਕ ਮੈਂ ਕੁਝ ਸਮਝਿਆ ਨਹੀਂ ਇਹ ਸਾਰਾ ਕੁਝ ਤੈਨੂੰ ਸਾਡਾ ਡਾਇਰੈਕਟਰ ਮਿਲ ਕੇ ਸਮਝਾਊਗਾ ਆਈ ਗਾਟ ਇਟ ਯਾਨੀ ਕਿ ਤੁਹਾਡਾ ਡਾਇਰੈਕਟਰ ਮੈਨੂੰ ਮਿਲਣਾ ਮੰਗਦਾ ਮੈਂ ਇੱਕ ਵਾਰੀ ਓਬਾਮਾ ਬਰੋ ਨੂੰ ਮਿਲਿਆ ਵਾਂ ਫਿਰ ਤੁਹਾਡੇ ਡਾਇਰੈਕਟਰ ਨੂੰ ਵੀ ਮਿਲ ਲਾਂਗੇ ਉੱਥੋਂ ਦੀ ਪੁਲਿਸ ਮੇਰੀ ਬੜੀ ਫੈਨ ਆ ਨਾ ਗੱਲ ਸੁਣ ਲੈ ਸਾਡੇ ਡਾਇਰੈਕਟਰ ਨੂੰ ਮਿਲਣ ਤੋਂ ਪਹਿਲਾਂ ਤੂੰ ਓਬਾਮੇ ਬਰੋ ਨੂੰ ਨਹੀਂ ਮਿਲ ਸਕਦਾ ਹੁਣ ਚੱਲ ਸ਼ਾਬਾਸ਼ ਮੇਰੇ ਸ਼ੋਅ ਕੈਨਸਲ ਹੋ ਜਾਣਗੇ ਪ੍ਰਮੋਟਰ ਮੇਰੇ ਜੁੱਤੀਆਂ ਮਾਰੇਗਾ ਉਹ ਤੇਰੀ ਕਿਸਮਤ 'ਚ ਜੁੱਤੀਆਂ ਹੀ ਲਿਖੀਆਂ ਭਾਵੇਂ ਇੱਥੇ ਖਾ ਲਾ ਭਾਵੇਂ ਉੱਥੇ ਖਾ ਲਈ ਲਖਾ ਸਿੰਘ ਜੀ ਤੁਸੀਂ ਮੇਰੇ ਵੱਲ ਕੀ ਵੇਖੀ ਜਾਂਦੇ ਹੋ ਇਹਨਾਂ ਨੂੰ ਕੁਝ ਸਮਝਾਉਂਦੇ ਕਿਉਂ ਨਹੀਂ ਬਾਂ ਬਾਂ ਓ ਜਿਵੇਂ ਕਹਿੰਦੇ ਹੋ ਕਰੀ ਚੱਲ ਨਹੀਂ ਤਾਂ ਜਿਹੜੇ ਤੇਰੇ ਸਿਰ ਤੇ ਐਂਟੀਨੇ 'ਚ ਲੱਗਿਆ ਨਾ ਇਹ ਪਾ ਦੇਣਗੇ ਗੱਲ ਸੁਣੋ ਏ ਮੈਂ ਚਾਹੁੰਦਾ ਸੀ ਮੈਂ ਨਾ ਬੋਲਾਂ ਸਾਹਿਬ ਆਪੀ ਸਾਂਭ ਲੈਣਗੇ ਘੰਟਾ ਹੋ ਗਿਆ ਉਹਨਾਂ ਦਾ ਦਿਮਾਗ ਖਾਈ ਜਾਂਦੇ ਨੂੰ ਚਪੇੜ ਮਾਰੂ ਮੈਂ ਸੋਲਾ ਕਿਸੇ ਮੋਰਨੀ ਦਾ ਬੱਚਾ ਜਾ ਚੱਡਣੇ ਓ ਮੇਰਾ ਵੀਜ਼ਾ ਐਕਸਪਾਇਰ ਹੋ ਜਾਏਗਾ ਓਏ ਇਦੋਂ ਪਹਿਲਾਂ ਤੇਰੀ ਐਕਸਪਾਇਰੀ ਡੇਟ ਆ ਜੇ ਨਾ ਚੁੱਪ ਕਰਕੇ ਠਾਣੇ ਤੁਰ ਪੈ ਚੱਲ ਚੱਲ ਠਾਣੇ ਚੱਲ ਚੱਲ ਲੱਖਾ ਜੀ ਤੁਰਦਾ ਬਣ ਕਿਹੜਾ ਬਿਲੀਅਨ ਬਿਲੀਅਨ ਤੇਰਾ ਮੇਰਾ ਨੁਕਸਾਨ ਹੋ ਜਾਏਗਾ ਸਾਡਾ ਮੁਸ਼ਕਿਲ ਕਰ ਦੂਗਾ ਚੱਲ 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 ਜਾਏਗਾ ਹੁਣੇ ਆਫਿਸ ਪਹੁੰਚੇ ਦੀ ਟੈਂਕਰੀਆਂ ਦਾ ਪੰਜਾਬੀ ਫਿਲਮ ਦਾ ਆਪਣੀ ਦਾ ਕੰਮ ਸ਼ੁਰੂ ਹੋ ਜਾਊਗਾ ਜਲਦੀ ਜੀ ਉਹ ਡਾਇਰੈਕਟਰ ਜੀ ਨੂੰ ਇੱਕ ਸਿੰਗਰ ਚਾਹੀਦਾ ਸੀ ਉਹ ਚੱਕ ਲੈਂਦਾ ਸਰ ਠੀਕ ਹੈ ਸਰ ਬਹੁ ਬਹੁ ਮੇਰਾ ਮਤਲਬ ਜੈਨ ਸਰ ਜਨਾਬ ਤੁਸੀਂ ਸਮਝਦੇ ਕਿਉਂ ਨਹੀਂ ਮੈਨੂੰ ਐਕਟਿੰਗ ਦਾ ਊੜਾ ਆੜਾ ਵੀ ਨਹੀਂ ਆਉਂਦਾ ਯਕੀਨ ਕਰੋ ਨਾ ਬਹੁ 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 ਉਹ ਗੱਲ ਸੁਣੋ ਬਹੁ ਬਹੁ ਮੈਂ ਤਾਂ ਯਕੀਨ ਕਰ ਲੂੰਗਾ ਆ ਡਾਇਰੈਕਟਰ ਕਹਿੰਦਾ ਪੰਜਾਬੀ ਸਿੰਗਰ ਬਿਨਾਂ ਫਿਲਮ ਹੀ ਨਹੀਂ ਬਣ ਸਕਦੀ ਮੈਂ ਦੱਸ ਕੀ ਕਰਾਂ ਇਹਦੇ ਨਾਲ ਗੱਲ ਕਰ ਕਰ ਜਾ ਕਰ ਓਏ ਉਹ ਬਹੁ ਬਹੁ ਸਿੰਘ ਜੀ ਬਹੁ ਬਹੁ ਮੈਂ ਹੀ ਭੇਜਿਆ ਸੀ ਤੁਹਾਡੇ ਕੋਲ ਇਹਨਾਂ ਨੂੰ ਉਹ ਯਾਰ ਮੇਰੀ ਪ੍ਰੋਬਲਮ ਸਮਝਣ ਦੀ ਕੋਸ਼ਿਸ਼ ਕਰ ਉਹ ਨਾ ਕਰੀ ਇਹਨਾਂ ਨੂੰ ਪਲੀਜ਼ ਯਾਰ ਤੁਸੀਂ ਆਪਣੀਆਂ ਪ੍ਰੋਬਲਮ ਦੱਸੀ ਜਾ ਰਹੇ ਹੋ ਮੇਰੀਆਂ ਪ੍ਰੋਬਲਮ ਸਮਝਦੇ ਨਹੀਂ ਹੈਗੇ ਬਹੁ ਬਹੁ ਉਹ ਮੇਰੀ ਗੱਲ ਸੁਣੀ ਯਾਰ ਆ ਜਿੰਨੇ ਸਿੰਗਰ ਐਕਟਰ ਬਣੀ ਫਿਰਦੇ ਨੇ ਇਹਨਾਂ ਸਾਰਿਆਂ ਨੂੰ ਐਕਟਿੰਗ ਆਉਂਦੀ ਹੈ ਉਹ ਡਾਇਰੈਕਟਰ ਸਾਹਿਬ ਜੇ ਨਹੀਂ ਮੰਨਦਾ ਫਿਰ ਅਸੀਂ ਮਨਾਈਏ ਇਹਨੂੰ ਟੰਗੀਏ ਪੁੱਠਾ ਇਹਦੀ ਕਰਾਈਏ ਬੰਦ ਬਉ ਬਉ ਉਹ ਜਨਾਬ ਉਹ ਇਹ ਤੋਂ ਬਿਨਾਂ ਵੀ ਕੁਝ ਸੋਚ ਲਿਆ ਕਰੋ ਟੰਗੀਏ ਪੁੱਠਾ ਚਾੜੀਏ ਪਟੇ ਪਾਈਏ ਲੰਮੇ ਜਨਾਬ ਆ ਲਿਆਂਦੇ ਜੀ ਕੌਣ ਚੱਲ ਤੁਰ ਓਏ ਚੱਲ ਗੁੱਡੀ ਇਧਰ ਆਓ ਜਨਾਬ ਆ ਲੱਭ ਲਿਆਂਦੇ ਜੀ ਉਹ ਕੌਣ ਨੇ ਇਹ ਉਹੀ ਮੁੰਡਾ ਕੁੜੀ ਨੇ ਜਿਹੜੇ ਘਰੋਂ ਭੱਜੇ ਸੀ ਜੀ ਜਿਨ੍ਹਾਂ ਦੇ ਘਰ ਦੇ ਆਪਾਂ ਨੂੰ ਫੋਟੋਆਂ ਦੇ ਗਏ ਸੀ ਲੱਭ ਗਏ ਬਿਊਟੀਫੁਲ ਮਾਈਂਡ ਬਲੋਇੰਗ ਇਹੀ ਨੇ ਮੇਰੀ ਫਿਲਮ ਦੇ ਹੀਰੋ ਹੀਰੋਇਨ ਜਨਾਬ ਸਾਈਨ ਕਰੋ ਜਲਦੀ ਸਾਈਨ ਕਰੋ ਇਹਨਾਂ ਨੂੰ ਥੈਂਕ ਯੂ ਆ ਪਿੱਛੇ ਡੋ ਉਹ ਗੱਲ ਸੁਣੋ ਆ ਥੋੜਾ ਚਿਰ ਪਹਿਲਾਂ ਕਹਿੰਦਾ ਸੀ ਸਿੰਗਰ ਚਾਹੀਦਾ ਆ ਹੁਣ ਪੁੱਠੀਆਂ ਸਿੱਧੀਆਂ ਉਂਗਲਾਂ ਕਰਕੇ ਇਧਰ ਨੂੰ ਹੋ ਗਿਆ ਇਹ ਚੱਕਰ ਕੀ ਹੈ ਬਸ ਮੈਨੂੰ ਜੋ ਚਾਹੀਦਾ ਸੀ ਮਿਲ ਗਿਆ ਹੁਣ ਡਿਸਟਰਬ ਨਾ ਕਰੋ ਮੈਨੂੰ ਜਨਾਬ ਪਰ ਹਟੋ ਇਹਦੀ ਗੱਲ ਤੇ ਨਾ ਜਾਇਓ ਜਨਾਬ ਇਹਨਾਂ ਦੇ ਘਰ ਦੇ ਤਾਂ ਥਾਣੇ 'ਚ ਰਿਪੋਰਟ ਲਿਖਾ ਕੇ ਗਏ ਹੋਏ ਨੇ ਨਾਲੇ ਤਾਂ ਐਵੇਂ ਹੀ ਜਨਾਬ ਨੱਥਾ ਸਹੀ ਕਹਿ ਰਿਹਾ ਜੇ ਇਹਨਾਂ ਦੇ ਘਰ ਦੇ ਮੀਡੀਆ ਕੋਲ ਪਹੁੰਚ ਗਏ ਨਾ ਸੰਸਨੀ 'ਚ ਪਹਿਲੀ ਖਬਰ ਤੁਹਾਡੀ ਲੱਗ ਜੂ ਠੀਕ ਹੈ ਜੇ ਇਦਾਂ ਦੀ ਗੱਲ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਦੇ ਘਰਦਿਆਂ ਨੂੰ ਇਨਫੋਰਮ ਕਰੋ ਜਨਾਬ ਜਦੋਂ ਅਖਬਾਰ ਚੱਕਦਾ ਹੈ ਡਰਦਾ ਹੈ ਕਿਤੇ ਤੇਰੇ ਮੁੰਡੇ ਦੀ ਕੋਈ ਕਰਤੂਤ ਨਾ ਛਪੀ ਹੋਵੇ ਨਾ ਕੀ ਖਾ ਕੇ ਪੈਦਾ ਕੀਤਾ ਸੀ ਤੂੰ ਪੁੱਤ ਨੂੰ
ਸੱਸ ਦੀਆਂ ਬਣਾਈਆਂ ਹੋਈਆਂ ਪਿੰਨੀਆਂ ਖਾਧੀਆਂ ਸੀ। ਉਸੇ ਨੂੰ ਫੋਨ ਕਰਕੇ ਪੁੱਛ ਲਓ ਕੀ ਪਾਇਆ ਸੀ ਉਹਨਾਂ 'ਚ। ਆ ਤੈਨੂੰ ਤਾਂ ਮੇਰੀ ਮਾਂ ਨੂੰ ਭੰਡਣ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ, ਬਸ ਹੋਰ ਕੁਝ ਨਹੀਂ। ਕਿਉਂ ਲੱਗ ਗਈਆਂ ਨਾ ਮਿਰਚਾਂ ਆਪਣੀ ਮਾਂ ਦੇ ਨਾਂ 'ਤੇ ਮੇਰੇ ਪੁੱਤ ਨੂੰ ਜਿਹੜਾ ਫਜ਼ੂਲ 'ਚ ਸਾਰਾ ਦਿਨ ਬਦਨਾਮ ਕਰਦੇ ਰਹਿੰਦੇ ਹੋ। ਉਹ ਫਜ਼ੂਲ 'ਚ ਉਹ ਕਿਸੇ ਸ਼ਰੀਫ ਪਿਓ ਦੀ ਕੁੜੀ ਨੂੰ ਉਠਾ ਕੇ ਲੈ ਗਿਆ, ਇਹ ਸ਼ਰੀਫ ਬੰਦੇ ਦੇ ਕੰਮ ਨੇ? ਨਵੀਂ ਪਨੀਰੀ ਦਾ ਤੁਹਾਨੂੰ ਕੁਝ ਨਹੀਂ ਪਤਾ, ਅੱਜ ਕੱਲ ਦੀਆਂ ਕੁੜੀਆਂ ਨਾ ਮੁੰਡਿਆਂ ਤੋਂ 10 ਕਦਮ ਅੱਗੇ ਨੇ। ਉਹ ਚੰਗਾ ਚੰਗਾ, ਆ ਜਿਹੜਾ ਤੇਰੇ ਪਿਓ ਨੇ ਫੋਨ ਲਵਾ ਕੇ ਦਿੱਤਾ ਸੀ ਨਾ, ਬਜ ਰਿਹਾ, ਚੱਕ ਲੈ ਇਹਨੂੰ। ਚੱਕਦੀਆਂ ਚੱਕਦੀਆਂ, ਕੀ ਮਾੜਾ ਕਰਤਾ ਉਹਨਾਂ ਨੇ ਫੋਨ ਲਵਾ ਕੇ। ਹੈਲੋ, ਉਹ ਮੈਂ ਥਾਣੇ 'ਚੋਂ ਹੌਲਦਾਰ ਨੱਥਾ ਸਿੰਘ ਅਰਜ ਕਰ ਰਿਹਾ, ਉਹ ਤੁਹਾਡਾ ਮੁੰਡਾ ਲੱਭ ਗਿਆ। ਮੈਂ ਕਿਹਾ ਜੀ ਸੁਣਦੇ ਹੋ, ਆਪਣਾ ਲੱਕੀ ਲੱਭ ਗਿਆ, ਥਾਣੇ 'ਚੋਂ ਫੋਨ ਹੈ। ਹਾਲੇ ਤੱਕ ਕੋਈ ਖਬਰ ਨਹੀਂ ਆਈ, ਪਤਾ ਨਹੀਂ ਆ ਲੜਕੀ ਕਿਸ ਤੇ ਗਈ ਹੈਗੀ। ਬਿਲਕੁਲ ਮੇਰੇ ਤੇ ਗਈ ਹੈ, ਮੈਂ ਵੀ ਤੁਹਾਡੀ ਲਿਆਂਦੀ ਮੱਛੀ ਖਾ ਕੇ ਤੁਹਾਡੇ ਨਾਲ ਭੱਜੀ ਸੀ। ਉਹ ਮੱਛੀ ਖਾਂਦੀ ਖਾਂਦੀ ਭੱਜ ਜਾਂਦੀ, ਪਰ ਇਹ ਪੰਡਤਾਂ ਦੇ ਮੁੰਡੇ ਨਾਲ ਕਿਉਂ ਭੱਜੀ? ਕੀ ਪਤਾ ਹੁਣ ਤੱਕ ਪੰਡਤਾਂ ਦਾ ਮੁੰਡਾ ਵੀ ਮੱਛੀ ਖਾਣ ਲੱਗ ਪਿਆ ਹੋਵੇ। ਬਕਵਾਸ ਨਾ ਕਰਿਆ ਕਰ, ਮੈਂ ਕੁਝ ਹੋਰ ਪਿਆ ਕਹਿਣਾ ਤੇ ਇਹ ਕੁਝ ਹੋਰ ਹੀ ਸਮਝੀ ਜਾਂਦੀ ਹੈਗੀ। ਉਹ ਦਾਰ ਜੀ ਵੱਜਦਾ ਪਿਆ, ਚੁੱਕ ਲੈ ਉਹਨੂੰ, ਡਰਾਈਡਰ ਹੁੰਦੀ ਪਈ ਹੈ, ਚੁੱਕ ਲੈਣਾ। ਹੈਲੋ, ਮੈਂ ਪ੍ਰੇਮ ਸਿੰਘ ਸਿਪਾਹੀ ਬੋਲਦਾ ਥਾਣੇ ਚੋਂ, ਤੁਹਾਡੀ ਕੁੜੀ ਲੱਭ ਗਈ ਹੈ, ਆ ਕੇ ਲੈ ਜਾਓ। ਸਵੀਟੀ ਦੀ ਮੋਮ, ਸਵੀਟੀ ਲੱਭ ਗਈ ਹੈ। ਹੈਂ, ਅੱਛਾ, ਮੈਨੂੰ ਪਤਾ ਸੀ ਉਹ ਗੁੰਮ ਫਿਰ ਕੇ ਵਾਪਸ ਆ ਜਾਏਗੀ, ਮੇਰੇ ਵਾਂਗ। ਤੇਰੇ ਵਾਂਗੂ। ਸਰ ਜੀ, ਇੱਕ ਰਿਕੁਐਸਟ ਹੈ ਜੀ, ਸਾਨੂੰ ਅੰਦਰ ਹੀ ਰਹਿਣ ਦਿਓ, ਅਸੀਂ ਬਾਹਰ ਨਹੀਂ ਜਾਣਾ ਚਾਹੁੰਦੇ। ਉਹ ਲੋਕ ਥਾਣੇ ਆ ਕੇ ਇੱਥੋਂ ਬਾਹਰ ਨਿਕਲਣ ਨੂੰ ਤਰਸਦੇ ਰਹਿੰਦੇ ਨੇ ਤੇ ਤੁਸੀਂ ਕਹਿੰਦੇ ਸਾਨੂੰ ਅੰਦਰ ਹੀ ਰੱਖੋ। ਉਹ ਕਿਉਂ ਆਪਣੇ ਮਾਂ ਬਾਪ ਨੂੰ ਤੰਗ ਕਰਦੇ ਹੋ? ਅਸੀਂ ਕੀ ਕਰਾਉਣਾ ਸਾਡੇ ਕੋਲ ਇੱਥੇ? ਉਹ ਖੁਸ਼ੀ ਖੁਸ਼ੀ ਆਪਣੇ ਘਰ ਜਾਓ। ਪਰ ਸਰ, ਸਾਡੇ ਘਰ ਵਾਲੇ ਸਾਡੇ ਪਿਆਰ ਦੇ ਦੁਸ਼ਮਣ ਨੇ, ਉਹ ਸਾਨੂੰ ਇਕੱਠੇ ਨਹੀਂ ਦੇਖਣਾ ਚਾਹੁੰਦੇ। ਪਰ ਅਸੀਂ ਤੁਹਾਨੂੰ ਕਿਵੇਂ ਇਕੱਠਾ ਕਰ ਸਕਦੇ ਹਾਂ? ਸਰ, ਆਈਡੀਆ, ਤੁਸੀਂ ਸਾਨੂੰ ਆਪਣੀ ਫਿਲਮ 'ਚ ਲੈ ਲਓ। ਹਾਂ, ਤੇ ਹੋਰ ਤੋਂ ਹੋਰ ਤੁਹਾਡੇ ਡਾਇਰੈਕਟਰ ਸਾਹਿਬ ਨੂੰ ਵੀ ਅਸੀਂ ਪਸੰਦ ਆ। ਪੁਲਿਸ ਤੁਹਾਡੇ ਮਾਂ ਬਾਪ ਦੇ ਖਿਲਾਫ ਨਹੀਂ ਜਾ ਸਕਦੀ। ਸਰ, ਫਿਰ ਤੁਸੀਂ ਸਾਡਾ ਵਿਆਹ ਕਰਾ ਦਿਓ। ਤੂੰ ਕੌਣ ਹੋਣੀ ਹੈ ਮੇਰੇ ਮੁੰਡੇ ਨਾਲ ਵਿਆਹ ਕਰਾਉਣ ਵਾਲੀ? ਡੈਡ ਤੁਹਾਡੀ ਹੋਣ ਵਾਲੀ ਨੂੰ? ਨਹੀਂ, ਸਵੀਟੀ ਪੁੱਤਰ ਨਹੀਂ, ਤੂੰ ਇਹਨਾਂ ਦੀ ਨੂੰਹ ਹੋਰ ਕਿਸੇ ਨਹੀਂ ਬਣੇਗੀ। ਉਧਾਰ ਦੇ ਪੱਲਾ, ਉਹ ਮੇਰਾ ਮੁੰਡਾ ਵੀ ਤੇਰਾ ਜਵਾਈ ਨਹੀਂ ਬਣੇਗਾ। ਉਹ ਤੁਸੀਂ ਆਪਣਾ ਫੈਸਲਾ ਜਲਦੀ ਕਰ ਲਓ, ਨਹੀਂ ਤਾਂ ਪੁਲਿਸ ਨੂੰ ਆਪਣੀ ਕਾਰਵਾਈ ਪਾਉਣੀ ਪਊਗੀ। ਉਹ ਜਦੋਂ ਦਾ ਮੇਰੇ ਘਰ ਮੁੰਡਾ ਪੈਦਾ ਹੋਇਆ ਨਾ, ਦੁਖੀ ਕਰ ਮਾਰਿਆ ਮੈਨੂੰ। ਆ ਵੇਖ ਲੈ ਸਵੀਟੀ ਪੁੱਤਰ, ਉਹ ਜਿਸ ਨੇ ਆਪਣੇ ਪਿਓ ਨੂੰ ਸੁੱਖ ਨਹੀਂ ਦਿੱਤਾ, ਉਹ ਤੈਨੂੰ ਕੀ ਸੁੱਖ ਦੇ ਸੀ? ਡੈਡ, ਮੈਂ ਲੱਕੀ ਤੋਂ ਬਿਨਾਂ ਨਹੀਂ ਰਹਿ ਸਕਦੀ। ਜੇ ਤੂੰ ਮੇਰੇ ਮੁੰਡੇ ਕੋਲ ਆਈ ਤਾਂ ਮੈਂ ਤੇਰੇ ਟੁਕੜੇ ਕਰ ਕਰਕੇ ਕਾਵਾਂ ਨੂੰ ਪਾ ਦੇਵਾਂਗਾ। ਤੂੰ ਮੇਰੀ ਧੀ ਨੂੰ ਹੱਥ ਤੇ ਲਾ ਕੇ ਵੇਖ, ਮੈਂ ਤੇਰੇ ਟੋਟੇ ਟੋਟੇ ਕਰਕੇ ਸਤਲੁਜ ਦੀਆਂ ਮੱਛੀਆਂ ਨੂੰ ਖਵਾ ਦੇਸਾਂ। ਓ ਚੁੱਪ ਜਨਾਬ, ਵੱਡੇ ਸਾਹਿਬ ਨਾਲ ਗੱਲ ਕਰੋ ਜੀ, ਆਪਣੇ ਡਾਇਰੈਕਟਰ ਨੂੰ ਵੀ ਇਹੀ ਮੁੰਡਾ ਕੁੜੀ ਚਾਹੀਦੇ ਨੇ ਜੀ। ਸਰ, ਵੈਸੇ ਤਾਂ ਇਹ ਮੁੰਡਾ ਕੁੜੀ ਦੋਵੇਂ ਅਡਲਟ ਨੇ, ਆਪਾਂ ਕਸਟਡੀ 'ਚ ਇਹਨਾਂ ਨੂੰ ਰੱਖ ਨਹੀਂ ਸਕਦੇ, ਪਰ ਆਪਾਂ ਨੂੰ ਵੀ ਤਾਂ ਫਿਲਮ ਵਾਸਤੇ ਚਾਹੀਦੇ ਨੇ। ਆਪਾਂ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਖੁਸ਼ੀ ਖੁਸ਼ੀ ਲੈਣ ਨਹੀਂ ਆਉਂਦਾ, ਇਹਨਾਂ ਨੂੰ ਇੱਥੇ ਆਪਣੀ ਕਸਟਡੀ 'ਚ ਅੱਗੇ ਫਿਲਮ 'ਚ। ਉਹ ਖੁਸ਼ੀ ਖੁਸ਼ੀ ਮੈਂ ਲੈਣ ਆਵਾਂਗਾ ਇਹ ਮਸਲੀ ਦੀ ਕੁੜੀ ਨੂੰ, ਔਰ ਮੈਂ ਖੁਸ਼ੀ ਖੁਸ਼ੀ ਲੈਣ ਆਵਾਂਗਾ ਇਸ ਮੂੰਗੀ ਮਸਰੀ ਦੀ ਔਲਾਦ ਨੂੰ। ਓਏ, ਸਾਹਿਬ ਨੇ ਫੈਸਲਾ ਕਰਤਾ, ਚਲੋ ਦਫਾ ਹੋ ਜਾ ਹੁਣੇ ਤੋਂ, ਚਲੋ। ਮੂੰਗੀ ਮਸਰੀ, ਪਤਾ ਨਹੀਂ ਲੱਗਿਆ ਭਾਈ ਸਾਹਿਬ ਕੀ ਕਰਨੇ, ਜੱਗਾ ਜੇ ਇਥੋਂ। ਉਹ ਪ੍ਰੇਮ, ਪ੍ਰੇਮ ਨਾਲ ਯਾਰ ਤਾਨੂੰ ਯਾਰ ਘਰ ਦਾ ਥਾਣਾ ਸਮਝ ਰੱਖਿਆ, ਜੱਗਾ ਜੇ ਇਥੋਂ। ਫੈਸਲਾ ਕਰ ਜਾ ਮੇਰੇ ਨਾਲ, ਠਹਿਰ ਮੈਂ ਕੱਢ ਕੇ ਉਹਨਾਂ ਨੂੰ ਬਾਹਰ, ਚਲੋ ਜੱਗਾ ਜੋ। ਲੈ ਵੀ ਧਨੋਆ, ਖੜੇ ਨੇ ਤੇਰੇ ਹੀਰੋ ਹੀਰੋਇਨ, ਕਰ ਲੈ ਸਾਈਨ ਇਹਨਾਂ ਨੂੰ। ਨਥਿਆ, ਹਾਂਜੀ, ਲੈ ਫਿਰ ਸਾਈਨਿੰਗ ਮੋਡ ਦੇਈਏ ਇਹਨਾਂ ਨੂੰ, ਗਰਮਾ ਗਰਮ ਦੋ ਕੱਪ ਚਾਹ ਦੇ ਲੈ ਕੇ ਇਹਨਾਂ ਦਾ ਮੂੰਹ ਤਾਂ ਤਕਰਾਈਏ। ਜੀ ਜਨਾਬ, ਹੁਣੇ ਲੈ ਆਇਆ ਜੀ। ਜਾ, ਥੈਂਕ ਯੂ ਸਰ, ਬਹੁਤ ਬਹੁਤ ਮੁਬਾਰਕਾਂ ਬਾਈ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੁਣੋ, ਸਤਿ ਸ਼੍ਰੀ ਅਕਾਲ। ਓਹੋ, ਉਹ ਯਾਰ ਆਪਣੇ ਸੰਗੀਤ ਤਾਂ ਬੌਂ ਬੌਂ ਹੀ ਫਸ ਗਈ, ਇਹ ਤਾਂ ਨਿਕਲਣ ਦਾ ਨਾਮ ਹੀ ਲੈ ਰਹੀ, ਹੁਣ ਕੀ ਕਰੀਏ ਦਾ? ਉਹ ਜਿਹੜੀ ਤੂੰ ਕੱਲ ਫੜੀ ਸੀ, ਉਹ ਚੁਲਿਆ ਪਹਿਲੇ ਤੋੜ ਦੀ। ਉਹ ਕਿਹੜੀ ਚੋਂ, ਬਹਾਦਰਗੜ੍ਹ ਵਾਲੀ ਚੋਂ ਜਾਂ ਖਨੌਰੀ ਵਾਲੀ ਚੋਂ? ਉਹ ਆ ਜਿਹੜੀ ਮੁਲਤਾਨੀ ਪੱਤੀ ਵਾਲੀ ਮੈਂ ਫੜ ਕੇ ਲਿਆਂਦੀ ਆ ਕੱਲ, ਇਹ ਕਦੋਂ ਕੰਮ ਆਊ? ਉਹੀ ਕੱਢੂ ਇਹਦੀ ਬੌਂ ਬੌਂ। ਆ ਚੱਕ ਓਏ, ਇਹਦੇ ਲਵਾ ਦੋ ਪੈਗੇ ਨੂੰ। ਲੈ ਮੈਂ ਕਿੱਦਾਂ ਕਹਿ ਦੇ ਡਿਗਰੀ ਡੁਗਰੀ ਤਾਂ ਚੈੱਕ ਕਰ ਲਓ, ਕਿਤੇ ਮੇਰੇ ਗਾਲ ਹੀ ਨਾ ਫਾੜ ਲੈ। ਉਹ ਪਹਿਲਾਂ ਤੂੰ ਇਹਦੇ ਦੋ ਸਮੈਸਟਰ ਦਾ ਕਲੀਅਰ ਕਰ, ਫਿਰ ਤੈਨੂੰ ਦਿੰਦੇ ਆ ਡਿਗਰੀ। ਜਿੱਦਾਂ ਕਿ ਮੈਂ ਤੁਹਾਡੀ ਗੱਲ ਫੋਲੋ ਨਹੀਂ ਕਰ ਰਿਹਾ, ਮਿੰਟੂ ਸ਼ਦਤ ਸਮਝ ਨਹੀਂ ਰਿਹਾ। ਕੋਈ ਗੱਲ ਨਹੀਂ, ਜਦੋਂ ਸਵੇਰੇ ਉੱਠ ਕੇ ਤੂੰ ਲੱਛੀ ਮੰਗੀ ਨਾ, ਸਭ ਸਮਝ ਲਏਗਾ। ਬੌਂ ਬੌਂ। ਚੀਅਰ, ਨੋ ਚੀਅਰ, ਇਟਸ ਚੀਅਰ। ਲੈ ਵੀ ਤਣੀ ਸਿੰਘ, ਹਾਂ ਲਾ ਜ਼ੋਰ, ਹਾਂ ਨਿਕਲੂਗੀ ਤੇਰੀ ਬੌਂ ਬੌਂ।
ਬੋਂ ਆ ਗਈ ਆਉਂਦੇ ਬੋਂ ਬੋਂ ਨਿਕਲਾਈ ਬੋਂ ਬੋਂ ਠੀਕ ਹੈ ਬੋਂ ਆ ਗਈ ਹਾਂ ਵੈਰੀ ਗੁੱਡ ਬੋਂ ਬੋਂ ਆ ਗਈ ਆ ਗਈ ਬੋਂ 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 ਇੱਥੇ ਤੁਸੀਂ ਬੌਂ ਬੌਂ ਕਰੀ ਜਾਂਦੇ ਹੋ ਤੇ ਸ਼ਹਿਰ 'ਚ ਕੁੱਤੇ ਭੌਂਕੀ ਜਾਂਦੇ ਨੇ ਜੇ ਯਕੀਨ ਨਹੀਂ ਆਉਂਦਾ ਸੁਣ ਲਓ ਬਾਈ ਦਾਵੇ ਹੋ ਕੀ ਰਹੇ ਜਨਾਬ ਆਪਣੇ ਵਾਲੀ ਫੀਚਰ ਫਿਲਮ ਦਾ ਸੰਗੀਤ ਤਿਆਰ ਕਰ ਰਹੇ ਹਾਂ ਜੀ ਅੱਛਾ ਤੁਹਾਡੇ 'ਚੋਂ ਕਿਸੇ ਨੇ ਆਪਣੀ ਫਿਲਮ ਦੀ ਸਟੋਰੀ ਸੁਣੀ ਹੈ ਓਏ ਆਪਣੀ ਫਿਲਮ ਸੀਰੀਅਸ ਹੈ ਓਨਰ ਕਿਲਿੰਗ ਤੇ ਹੁਣ ਬੈਠ ਕਿਉਂ ਗਏ ਜਨਾਬ ਸਾਨੂੰ ਵੀ ਫਿਲਮ ਦੀ ਕਹਾਣੀ ਸੁਣਾਓ ਜੀ ਓਏ ਇੱਕ ਤਾਰਾ ਬੋਲੇ ਫਿਲਮ ਦੀ ਕਹਾਣੀ ਮੈਂ ਨਹੀਂ ਡਾਇਰੈਕਟਰ ਆਪ ਸੁਣਾਊਗਾ ਸਾਰੀ ਦੁਨੀਆ ਨੂੰ ਸਬਕ ਸਿਖਾਊਗਾ ਔਰ ਉਹਨਾਂ ਲੋਕਾਂ ਨੂੰ ਨੀਂਦ ਤੋਂ ਜਗਾਊਗਾ ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ ਇੱਕ ਪਿੰਡ ਦੀ ਕਹਾਣੀ ਸੁਣੋ ਤਾਰੇ ਦੀ ਜ਼ੁਬਾਨੀ ਇੱਕ ਸੀ ਧੀ ਰਾਣੀ ਇੱਕ ਸੀਗਾ ਦਹਾਣੀ ਦੋਨੋਂ ਹੋਏ ਸੀ ਜਵਾਨ ਫਿਰ ਜਾਗੇ ਅਰਮਾਨ ਚੋਰੀ ਹੋਈਆਂ ਮੁਲਾਕਾਤਾਂ ਫਿਰ ਚੰਨ ਥੱਲੇ ਰਾਤਾਂ ਤੱਕ ਟੁੱਟਣ ਪੁੱਛਦਾ ਹੈ ਇੱਕ ਤਾਰਾ ਪੁੱਛਦਾ ਹੈ ਇੱਕ ਤਾਰਾ ਪੁੱਛਦਾ ਹੈ ਇੱਕ ਤਾਰਾ ਪੁੱਛਦਾ ਹੈ ਇੱਕ ਤਾਰਾ ਇਸੀ ਪਿੰਡ ਦੀ ਕਹਾਣੀ ਰੁਲ ਗਈ ਮਰ ਜਾਣੀ ਇਸੀ ਪਿੰਡ ਦੀ ਕਹਾਣੀ ਟੁੱਟ ਗਏ ਸਾਰੇ ਹੁਣ ਅੱਖਾਂ ਵਿੱਚ ਪਾਣੀ ਖੁਆਬ ਟੁੱਟ ਗਏ ਸਾਰੇ ਹੁਣ ਅੱਖਾਂ ਵਿੱਚ ਪਾਣੀ ਨੱਥਿਆ ਜੀ ਆ ਜੋਗੀ ਨੂੰ ਕਿਉਂ ਫੜੀ ਫਿਰਦੇ ਹੋ ਜਨਾਬ ਇਹ ਜੋਗੀ ਘੱਟ ਭੋਗੀ ਜ਼ਿਆਦੇ ਆ ਜੀ ਭੋਗੀ
मैं समझा नहीं जनाब इन्हें एक सोहनी सुनखी जनानी की मजबूरी का नजायज फायदा उठाया जी अच्छा क्यों जनाब वो जनानी ने कुट कुट जफिया पाई ने जी ਨੱਥਿਆ ਫਿਰ ਇਹਦੇ ਜਿਹਦਾ ਕੀ ਕਸੂਰ ਹੈ ਸਾਡੇ ਜੇ ਕੀ ਨੱਥਾ ਦੇ ਕਾ ਦੇ ਕੇਸ ਜਾਣਦੇ ਕਰਦੇ ਰਫਾ ਦਫਾ ਉਹ ਜਾਣਦੇ ਹੋ ਦਾਰਾ ਜਨਾਬ ਡੀਐਸਪੀ ਨੇ ਨਾਲੇ ਰਫਾ ਦਫਾ ਕਿਵੇਂ ਹੋ ਜੂ ਕੇਸ ਪਹਿਲਾਂ ਵਿਚਲੀ ਗੱਲ ਦੱਸ ਜਨਾਬ ਨੂੰ ਨੱਥਿਆ ਹਾਂਜੀ ਜੇ ਵਿਚਲੀ ਗੱਲ ਦਾ ਤੈਨੂੰ ਪਤਾ ਹੈ ਫਿਰ ਤੂੰ ਹੀ ਦੱਸ ਦੇ ਜਨਾਬ ਇਹ ਜਨਾਨੀ ਦੇ ਘਰੇ ਲੈਣ ਗਿਆ ਜੀ ਆਟਾ ਜਦੋਂ ਉਹ ਵਿਚਾਰੀ ਆਟਾ ਪਾਉਣ ਆਈ ਇਹਨੇ ਵਿਹੜੇ 'ਚ ਸੱਪ ਛੱਡਤਾ ਜੀ ਉਹਨੂੰ ਕਹਿੰਦਾ ਪਹਿਲਾਂ ਮੈਨੂੰ ਕੁੱਟ ਕੁੱਟ ਪਾ ਜੱਫੀਆਂ ਫੇਰ ਸੱਪ ਫੜੂ ਦੱਸੋ ਜੀ ਵਿਚਾਰੀ ਮਰਦੀ ਕੀ ਨਾ ਕਰਦੀ ਹੈ ਇਹਦਾ ਮਤਲਬ ਇਹਨੇ ਤੇ ਇਹਦੇ ਸੱਪ ਨੇ ਮਿਲ ਕੇ ਕੀਤੀ ਆ ਸਾਜ਼ਿਸ਼ ਜੀ ਐਦਾਂ ਕਰੋ ਜੀ ਸਰ ਇਹਦੇ ਸੱਪ ਤੇ ਲਾਓ ਦਫਾ 120B ਤੇ ਇਹਦੇ ਤੇ ਪਾਓ ਜਿਨਸੀ ਛੇੜਛਾੜ ਦਾ ਕੇਸ ਇਹਨੂੰ ਕਰੋ ਹਵਾਲਾ ਚ ਬੰਦ ਤੇ ਇਹਦੇ ਸੱਪ ਨੂੰ ਪਾਓ ਕੁਝ ਚ ਇਹਨਾਂ ਦੋਨਾਂ ਦਾ ਲੈਣੇ ਆ ਪੁਲਿਸ ਰਿਮਾਂਡ ਚਲ ਓਏ ਹੁਣ ਚੱਲ ਚੱਲ ਪਰ ਜਨਾਬ ਇੱਕ ਗੱਲ ਸਮਝ ਨਹੀਂ ਲੱਗੀ ਜੀ ਹੁਣ ਕਿਹੜੀ ਰਹਿ ਗਈ ਆ ਨਾਗ ਦੇਵਤਾ ਤੋਂ ਪੁੱਛ ਗਿੱਛ ਕਿਵੇਂ ਕਰਾਂਗੇ ਜੀ ਉਵੇਂ ਜਿਵੇਂ ਜੋਗੀ ਕਰਦਾ ਹੁੰਦਾ ਜਿਵੇਂ ਓਏ ਜਨਾਬ ਤੁਸੀਂ ਕਾਗਜ਼ੀ ਕਾਰਵਾਈ ਪੂਰੀ ਕਰੋ ਬਾਕੀ ਇੰਤਜ਼ਾਮ ਮੈਂ ਆਪ ਹੀ ਕਰ ਲੂੰਗਾ ਕਿੱਥੋਂ ਪੁਲਿਸ ਦੇ ਵਿੱਚ ਆਰਕੈਸਟਰਾ ਭਰਤੀ ਕੀਤਾ ਹੈ ਹੌਲਦਾਰ ਇੱਕ ਨਵਾਂ ਨਾਗ ਦਾ ਬੱਚਾ ਫੜ ਕੇ ਲਿਆਂਦਾ ਦੇਖ ਲੈ ਉਹ ਲੈ ਜਾ ਇਹਨੂੰ ਆ ਵੀ ਚਿੱਟੇ ਵਾਲੀ ਹੈ ਹੈਲੋ ਸੇਖੋ ਸਾਹਿਬ ਕਮਿਸ਼ਨਰ ਅਟਵਾਲ ਬੋਲ ਰਿਹਾ ਜੀ ਸਰ ਅੱਜ ਸ਼ਾਮ ਨੂੰ ਮੈਂ ਤੁਹਾਨੂੰ ਮਿਲਣ ਆ ਰਿਹਾ ਸਰ ਆਉਣ ਦੀ ਕੋਈ ਖਾਸ ਵਜ੍ਹਾ ਨਹੀਂ ਵਜ੍ਹਾ ਤਾਂ ਕੋਈ ਖਾਸ ਨਹੀਂ ਸਿਕਿਉਰਿਟੀ ਚੈੱਕ ਕਰਦਾ ਜਾਵਾਂ ਸਰ ਸਿਕਿਉਰਿਟੀ ਚੈੱਕ ਕਰਨ ਦੀ ਕੀ ਲੋੜ ਆ ਪੈਸਾ ਟਰੰਕ 'ਚ ਬੰਨਦਾ ਉੱਤੋਂ ਹਰ ਟਾਈਮ ਪੁਲਿਸ ਦਾ ਪਹਿਰਾ ਉੱਥੇ ਉਹੀ ਤਾਂ ਚੈੱਕ ਕਰਨਾ ਸੀ ਓਕੇ ਸਰ ਜੈ ਹਿੰਦ ਸਰ ਓ ਮਾਈ ਗੋਡ ਮੈਂ ਹੁਣੇ ਆਇਆ ਜੀ ਸੱਚੇ ਪਾਤਸ਼ਾਹ ਸੌਰੀ ਸੇਖੋ ਸਾਹਿਬ ਤੁਹਾਨੂੰ ਤਕਲੀਫ ਹੋਈ ਦਰਅਸਲ ਮੈਂ ਤੁਹਾਡੀ ਡਿਵੀਜ਼ਨ ਅੱਗੋਂ ਲੰਘ ਰਿਹਾ ਸੀ ਸੋਚਿਆ ਖਜ਼ਾਨੇ ਦੀ ਰਕਮ ਦੀ ਸਿਕਿਉਰਿਟੀ ਚੈੱਕ ਕਰਦਾ ਜਾਵਾਂ ਨੋ ਪ੍ਰੋਬਲਮ ਸਰ ਯੂ ਆਰ ਵੈਲਕਮ ਤਨੋ ਸਾਹਿਬ ਹਾਂ ਸਰ ਆਓ ਸਰ ਆਓ ਜੀ ਪਲੀਜ਼ ਆਓ ਸਰ ਆਓ ਜੀ ਵੈਲਕਮ ਲੁੱਕ ਐਟ ਦਿਸ ਸਰ ਇਹ ਕੀ ਆ ਹਵਾਲੇ ਦੇ ਟਰੰਕ ਦੀ ਸਿਕਿਉਰਿਟੀ ਆ ਸਰ ਵਾਟ ਡੂ ਯੂ ਮੀਨ ਸਰ ਤੁਹਾਨੂੰ ਪਤਾ ਹੈ ਨਾ ਇੱਕ ਵਾਰੀ ਚਾਰਲਸ ਸੋਬਰਾਜ ਤਿਹਾੜ ਜੇਲ੍ਹ ਦੇ ਵਿੱਚ ਨਸ਼ੀਲੀ ਮਠਿਆਈ ਖਾ ਕੇ ਸਿਕਿਉਰਿਟੀ ਗਾਰਡਸ ਨੂੰ ਬੇਹੋਸ਼ ਕਰਕੇ ਫਰਾਰ ਹੋ ਗਏ ਸਰ ਸੋ ਅਸੀਂ ਨਹੀਂ ਚਾਹੁੰਦੇ ਸੀ ਕੋਈ ਥਾਣੇ ਦੇ ਵਿੱਚ ਇੱਦਾਂ ਨਸ਼ੀਲੇ ਲੱਡੂ ਵਗੈਰਾ ਵੰਡ ਕੇ ਸਿਕਿਉਰਿਟੀ ਨੂੰ ਸਾਰਿਆਂ ਨੂੰ ਬੇਹੋਸ਼ ਕਰਕੇ ਕੋਈ ਟਰੰਕ ਲੈ ਕੇ ਨਾ ਚਲਾ ਜਾਵੇ ਤੇ ਅਸੀਂ ਇਸ ਖਜ਼ਾਨੇ ਵਾਲੇ ਟਰੰਕ ਦੀ ਸਪੈਸ਼ਲ ਸਿਕਿਉਰਿਟੀ ਤੈਨਾਤ ਕੀਤੀ ਹੈ ਸਰ ਤੇ ਤੁਹਾਨੂੰ ਤਾਂ ਪਤਾ ਸਰ ਸੱਪ ਤਾਂ ਲੱਡੂ ਖਾ ਨਹੀਂ ਸਕਦਾ ਜੇ ਸੱਪ ਨੇ ਲੱਡੂ ਖਾ ਲਿਆ ਇਹਨੂੰ ਸ਼ੂਗਰ ਹੋ ਜੂ ਸਰ ਜੇ ਸ਼ੂਗਰ ਹੋ ਗਈ ਇਹਦੇ ਮਿੱਠਾ ਵੱਜੂ ਸਰੀਰ 'ਚ ਤੇ ਮਿੱਠਾ ਸੱਪ ਕੀੜੀਆਂ ਤਾਂ ਭੱਜ ਕੇ ਪੈਣਗੀਆਂ ਸਰ ਕੀੜੀ ਐਸੀ ਕਮੀਨੀ ਹੈ ਕਿ ਹਾਥੀ ਨੂੰ ਵੀ ਕੀੜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਰ ਆਓ ਸਰ ਆਓ ਸਰ ਆਓ ਪਲੀਜ਼ ਆਓ ਓਕੇ ਸੇਖੋ ਸਾਹਿਬ ਯੂ ਵੈਲਕਮ ਸਰ ਆਓ ਸਰ ਆਓ ਸਰ ਓ ਜੋਗੀ ਕਿੱਥੇ ਮਰ ਗਿਆ ਵਾ ਸੱਪ ਨਾਲ ਖੇਡ ਲੜ ਜਾ ਫੜ ਉਹਨੂੰ ਏ ਐ ਨਹੀਂ ਫੜਿਆ ਜਾਣਾ ਸਾਹਿਬ ਜੀ ਓਏ ਹੋਰ ਕਿਵੇਂ ਫੜਿਆ ਜਾਊ ਇਹਦੇ ਲਈ ਸਾਨੂੰ ਮੰਤਰ ਪੜਨਾ ਪੈਣਾ ਤੇ ਫਿਰ ਕੀਲ ਕੇ ਪਟਾਰੀ ਤੇ ਪਾਉਣਾ ਪੈਣਾ ਓ ਜਿਹੜਾ ਮੰਤਰ ਪੜਨਾ ਅੰਦਰ ਜਾ ਕੇ ਪੜ ਲਈ ਉਹ ਜੀਭਾਂ ਕੱਢੀ ਜਾਂਦਾ ਆ ਨਾਗ ਦਾ ਬੱਚਾ ਤੈਨੂੰ ਖਾਂਦੇ ਨਹੀਂ ਪੀਂਦੇ ਨਹੀਂ ਵੜਦੇ ਨਹੀਂ ਟੋਕਦੇ ਨਹੀਂ ਪੋਂਦੇ ਨਹੀਂ ਰਹਿੰਦੇ ਨਹੀਂ ਆ ਤੇਰਾ ਕਰਦੇ ਬਾਕਾ ਤੇਰਾ ਲਾਉਣਿਆ ਠਾਕਾ ਆ ਡਾਗ ਜਿੱਡਾ ਹੋ ਕੇ ਆ ਜਾ ਸੋਟੇ ਜਿੱਡਾ ਹੋ ਕੇ ਆ ਜਾ ਬੈਠਾ ਕੁੰਡਲੀ ਮਾਰ ਆ ਤੈਨੂੰ ਪੰਜਾਂ ਪੀਰਾਂ ਦੀ ਮਾਰ ਨਿਕਲ ਬਾ ਕੱਟ ਖਾਵੇ ਮਿੱਠਾ ਖਾਵੇ ਗੁੱਗਾ ਜਹਰ ਪੀ ਓਏ ਫੜ ਲੈ ਫੁੱਫੜ ਨੂੰ ਹੋਰ ਐਡੀਟਰ ਸਾਹਿਬ ਆਓ ਆਓ ਡਾਇਰੈਕਟਰ ਸਾਹਿਬ ਕੀ ਹਾਲ ਹੈ ਆਪਣੀ ਫਿਲਮ ਦਾ ਸਰ ਬਹੁਤ ਵਧੀਆ ਗੁੱਡ ਨਿਊਜ਼ ਇਹ ਹੈ ਵੀ ਫਿਲਮ ਕੰਪਲੀਟ ਹੋ ਗਈ ਗੁੱਡ ਹਾਰਡ ਡਿਸਕ ਆਪਣੀ ਤਿਆਰ ਪਈ ਹੈ ਹੋਰ ਜੇ ਕੋਈ ਹੁਕਮ ਹੈ ਤਾਂ ਦੱਸੋ ਹੋਰ ਹੁਕਮ ਕੀ ਆ ਹਾਰਡ ਡਿਸਕ ਦੇ ਯਾਰ ਮੈਂ ਉਹਨਾਂ ਦੇ ਮੱਥੇ ਮਾਰ ਕੇ ਆਵਾਂ ਸਰ ਹਾਰਡ ਡਿਸਕ ਤਾਂ ਮੈਂ ਦੇ ਹੀ ਦੇਣੀ ਹੈ ਹਾਂ ਪਰ ਪੁਲਿਸ ਵਾਲਿਆਂ ਤੋਂ ਮੇਰੀ ਪੇਮੈਂਟ ਤਾਂ ਕਰਵਾ ਦਿਓ ਉਹ ਪੇਮੈਂਟ ਤੂੰ ਮੇਰੇ ਤੋਂ ਲੈ ਲਈ ਯਾਰ ਮੈਨੂੰ ਆਪਣਾ ਖਿਹੜਾ ਤਾਂ ਛਡਾ ਲੈਣ ਦੇ ਆ ਲਓ ਸਰ ਤੁਸੀਂ ਛਡਾਓ ਆਪਣਾ ਖਿਹੜਾ ਮੇਰੀ ਖੈਰ ਹੈ ਓ ਥੈਂਕ ਯੂ ਵੈਰੀ ਮੱਚ ਥੈਂਕ ਯੂ ਸਰ ਸੋ ਨਾਈਸ ਆਫ ਯੂ ਨੋ ਪ੍ਰੋਬਲਮ ਸਰ ਥੈਂਕ ਯੂ ਓਏ ਗੱਲ ਸੁਣੋ ਮੈਂ ਮਸਾਂ ਤੁਹਾਡਾ ਸਾਰਾ ਕੰਮ ਖਤਮ ਕਰਕੇ ਦੇ ਕੇ ਆਇਆ ਉਹ ਤੁਸੀਂ ਫੇਰ ਆ ਗਏ ਉਹ ਕੀ ਦੇ ਕੇ ਆਇਆ ਡੱਬਾ ਜਾ ਹੈ ਕੀ ਇਹ ਇਹਨੂੰ ਹਾਰਡ ਡਿਸਕ ਕਹਿੰਦੇ ਆ ਇਹੀ ਹੈ ਤੁਹਾਡੀ ਫਿਲਮ ਓ ਯਾਰ ਇਹਦਾ ਕਰਨਾ ਕੀ ਹੈ ਇਹ ਵੀ ਤਾਂ ਦੱਸ ਕਰਨਾ ਕੀ ਹੈ ਇਹਨੂੰ ਸੈਂਸਰ ਕਰਾਓ
प्रिंट कढ़ाओ किसी डिस्ट्रीब्यूटर नूं मिलो जाके सिनेमा चलाओ नहीं सारे काम तू नहीं करेगा हुण मैं डायरेक्टर हाँ रिलीज डिस्ट्रीब्यूटर करेगा मैं नहीं करता जेड़ा डिस्ट्रीब्यूटर यार सानू नहीं पता एक कुत्तखाना तेरे पैरों शुरू है तू ही खत्म कर इनू हुण हाँ गल सुनो बहुत धक्का सह लिया हुण नहीं सुना मैं ज्यादा रौला पाओगे ना प्रेस वाले नूं बुला लूं मैं फिल्म बनानी सी बनाती मेरा काम खत्म जाओ इन सिनेमे च रिलीज करो जाके एक मिनट गल कर कर गुस्सा ना कर ओ डिस्ट्रीब्यूटर दा एड्रेस दस दे हाँ। सारे एड्रेस तई दसे ने असी जाके मिल लांगे मेहनत वाली गल है समझ गया हां ऐ प्यार नाल गल करो जे काम करवाना मैं एक डिस्ट्रीब्यूटर नु जानदा ओनु जाके मिलो धक्का ना करियो जिवें मेरे नाल कीता सी ते राइटर नाल कीता सीगा जे धक्का करोगे ना ओने तुहाडी फिल्म भी रिलीज कर देनी है ते फुट्टी कॉडी भी तुहाडे पल्ले नहीं पाउणी ओ असी पुलिस वाले हाँ लोड पैण ते गधे नु भी बापू बना लैने तू एड्रेस दस के रहा इन्ने प्यार ना मिलांगे डिस्ट्रीब्यूटर जी नू गल गल हो उठूगा हाँ लिखो हाँ लिखो चन चपेड़ा वाला मंडी रोड जलंधर मंडी रोड जलंधर इहनू जाके मिलो यही इस धर्म संकट चो तुहानू बाहर कढ सकदा अच्छा, जाओ अच्छा, वधो पुलिस की गल साहब जी मैथों की गलती हो गई है बंदा गलतियां दा पुतला हुंदा चान सिंह जी पर असी तुहानू बंदा मानदे नहीं की ओ तुसी तां फरिश्ते हो भगवान साडे रब दा रूप ए तां ठीक है ए गल दसो वी गल की है देखो छे दसो मैनू बड़ी घबराहट हो रही है एक मिनट बोल लिया कोमल फुल इधर फड़ा आ गुलदस्ता स्वीकार करो ये की कर दियो पुलिस वालों तुहाडे लई मिठाई मिठाई आ मिठाई गुलाब जामुन बर्फी ए सब कुछ मेरे वास्ते हां जी चलो ठीक है पर मैनू दस्ता दियो भी गल की है चपेड़ा वाला सर जी पुलिस वालों असी एक फिल्म तैयार की है बड़ी मुश्किल नाल एक तारा बोले ये तारा हुण थोड़ी उंगल नाल ही थिएटरां च बोलना चाहिदा बस मिन्नतां बेनतियां जिहे लैके आए हैं जी बैठो 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 साहब बैठो साहब अच्छा 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 तुसी उस फिल्म की गल कर दे हो जिहड़ी पुलिस वाले ने बनाई भाई तुहाडी फिल्म दे तां मंडी रोड ते बड़े ही चर्चे ने ओ पता है साडे साहब ने फिल्म ते पैसे भी बड़े खर्चे ने ओ मैं भी सोचा ए पुलिस वाले सवेरे सवेरे आ फुल आ डब्बे ए शगन देण वाले वांगू किवें चक्की फिरदे ने खिड़े मत्थे कबूल कर लो चंगे रहोगे नहीं तो फिर तुहाडियां ए मिन्नतां ए तरलियां नू चित्रां च बदलण लग्गिया बहुत ही देर नहीं लगनी तुसी यही कहना चाहुंदे हो ना बहुत समझदार हो बहुत समझदार दिल दीआं गल्लां बोलो देखो साहब फिल्म बनाई है तुसी रिलीज मैनू करनी पैनी है हाँ जी पर मैं चाहना शुक्रवार शनिचरवार ऐतवार तिने दिन सारे शो फुल होने चाहिए ने कर सकोगे तीन दिन की गल कर दे चन्न सिंह जी सारे दिन सारे शो थोनू फुल मिलने भाई हो कि चेक करन थे सारे कागज पूरे है जी आरसीबी है गया लाइसेंस भी है ते पोल्यूशन सर्टिफिकेट भी है जी घर दे मेंबर किन्ने ने 6 जने है जी 6 नथिया जनाब कल दे 12 तो 3 वाले शो दिया 6 टिकटा कट इनानू ठीक है जी बहुत अच्छे लिया भी कट के ना कागज कागज तो फड़ा दित्ते तुहानू जी ओ तेरी फोटो वाले नहीं गांधी दी फोटो वाले कट 600 लिया 600 का दे जी मेरे कागज तो पूरे ने जनाब तेरे वालों कागज पूरे ने साडे वालों कागज अधूरे ने बिल्कुल हुण इक तारा बोले फिल्म दियां 6 टिकटा ले ला 600 रुपए दियां जां फिर 1000 रुपए दा चलान कटा शाबाश जल्दी फैसला कर ऑन रोड बुकिंग चल रही है आ लाइन देख ला गड्डी लगी हुई है ले फड़ के रख शाबाश हेलो जी देखो देखो फिल्म देखो गड्डी दे कागज दे दो जनाब ए ले फड़ कागज चल दा मन करा चलो चलो हैप्पी फिल्म बैठ 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 यार इना धक्का नहीं देखा मैं किते ओ तू चल जाम लाता ओ तू शुक्र कर साडी पुलिस पंजाबी सभ्याचार दी सेवा कर रही है चल 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 सरपंच साहब असी एक फिल्म बनाई है ते सानू उस फिल्म लई थोड़े सहयोग दी लोड़ है ते आ कुछ टिकटां वेचण दी जिम्मेवारी थोड़ी है बस एको साहब इन्ना ही काम सी ए तां कुछ भी नहीं असी तां ट्रालियां भर भर वेखण भी आवांगे तुसी कोई होर सेवा तां दसो बस सरपंच साहब बड़ी मेहरबानी सिखो साहब हाथ जोड़ के बेनती है ओ डीएसपी साहब नूं साडे पिंड दा भेजणा लगदा धनोआ साहब पिंड वाले ने बहुते पसंद नहीं सर पसंद दी गल नहीं ओ तां हर काम डंडे दे जोड़ नाल कराउंदे ने कल साडे पिंड दे मोड़ ते नाका ला के ਉੱਥੇ ਲੋਕਾਂ ਤੋਂ ਆਰਸੀਆਂ ਤੇ ਲਾਇਸੈਂਸ ਫੜੀ ਜਾਂਦੇ ਸੀ ਤੇ ਧੱਕੇ ਨਾਲ ਉਹਨਾਂ ਨੂੰ ਫਿਲਮ ਦੀਆਂ ਟਿਕਟਾਂ ਵੇਚੀ ਜਾਂਦੇ ਸੀ ਅੱਜ ਪਤਾ ਨਹੀਂ ਕਿੱਥੇ ਛਾਉਣੀ ਪਾਈ ਬੈਠੇ ਹੋਣੇ ਆ
आ लो जी राशन कार्ड ते आ लो 500 रुपया राशन कार्ड दे हिसाब नाल तेरे 5 मेंबर ने हां जी हां जी आ चक 5 टिकटा ते आ चक चीनी 5 टिकटा नोट ता मैं 500 दा दित्ता सी फिर तेनु टिकटा भी दे दियां फिल्म दियां 5 आ ता कमाल होगी 20 रुपए दे चीनी 500 दी टिकटा लेनी पैगियां टिकटा केड़ा तेरे चिड़िया घर दी देतियां फिल्म भी ता दिखावांगे जे किसे दा देखणु जीना करदा होवे फिर ओ गल सुन ओए साडा केड़ा फिल्म बनाउणु जी करदा सी हां जे असी गल पे ढोल बजाई जाने आ ते तू छोटी ढोल की नहीं बजा सकदा दफा हो जा तू भाग जा तू साला चाइना मेड जा जमी तक्का आ गया तू आ भी छोटे हेलो जी मेरे घर दे 3 मेंबर दो टिकटा दे दो हैं मेंबर 3 ते टिकटा दो ए केड़ा साहब होया भाई फिल्म ता मैं ते मेरी घर वाली ने देखनी है जी बेबे ता मेरी मंजे तो नहीं उठ सकदी ओ गल सुन ले फिल्म दी 3 टिकटा ले ला आधी टिकट पार के गेट कीपर नु दे दी सिनेमे दे नु ते घरे आके बुड़ी नु फिल्म दी स्टोरी सुना दी सानू घाटा ना पा ले कट 100 रुपया होर हां हां शाबाश आ दे 3 टिकटा बड़ा साहब किताब दीजिया आओ माई आ माई अगे बड़ी धक्के छ जा यार आओ माई जी किनिया दी टिकटा 10 साहब जी 10 बन गई गल फिर की कहंदी है पुलिस वाला दी फिल्म एक तारा बोले देखो जी इना ने नट पज करके 3 दिन ता सारे शो हाउसफुल कर ले ने हुन खेता चो जट वेले ने ते जवाका दे पेपर मुक गए ने जे लोकां नु फिल्म पसंद आ गई ता लंबी जाऊ सोच नहीं बदली लोक नहीं बदले बदल गया जग सारा प्यार भरे दिल कद तक टूटन पुछदा है इक तारा पुछदा है इक तारा पुछदा है इक तारा पुछदा है इक तारा ऐसी पिंड दी कहानी रुल गई मर जानी ऐसी पिंड दी कहानी रुल गई मर जानी ख्वाब टूट गए सारे हुण अखां विच पानी ख्वाब टूट गए सारे हुण अखां विच पानी साहब मैं चंद चपेड़ा वाला बोल रहे हैं ओ महाराज जश्न मनाओ भंगड़े पाओ तुम्हारी फिल्म हिट हो गई है लड्डू वंडो अच्छा जी तुहानू भी मुबारकां जी तुहानू भी मुबारकां ओ नथिया ओ प्रेमिया ओ पाओ भंगड़े जश्न मनाओ अपनी फिल्म हिट हो गई ओए अच्छी सूरत भी क्या बुरी शह जिसने डाली बुरी नजर डाली अच्छी सूरत भी क्या बुरी शह जिसने
एसएसपी साहब डीएसपी नू लेके हुणे मेरे गेस्ट रूम दे विच पहुंचो, मैं थोड़े नाल एक खास मीटिंग करनी है। ओके सर। गुड मॉर्निंग सर। रात फिर फिल्म हिट होने की पार्टी चल रही सी। हाँ जी। अच्छा, ये तो हो गई खुशखबरी थोड़े वालों। हाँ जी सर। दूजी खुशखबरी हुण तुहानू मैं सुणाउणा। जी सर। अज सवेरे खजाने वाला 12 करोड़ रुपया मैं खजाने च जमा करवाता। जी। की गल, कोई इलेक्ट्रिक शॉक लगा? नहीं सर, ये किवें हो गया? नहीं सी होना चाहिए? होना तो चाहिए सी सर, पर तुहाडे कोल खजाने का पैसा। तनोआ साहब, आपे तो तुसी मैनू खजाने वाला ट्रंक विखाया सी जिहदे उत्ते सप दी सिक्योरिटी तैनात सी। जनाब, वो ट्रंक तो खाली सी, पैसा तो असल जनाब खजाने वाला पैसा तो थाने पहुंचने तो पहले ही चोरी। हाँ, की? तुसी हाँ। दसो जी। चोरी हो गया सी ते तुसी मैनू दस्या तक नहीं? सर, दसण बारे सोच रहे सी, इन द मीन टाइम तुहाडा फोन आ गया कि खजाने च पैसा जमा ना करायो, कोई स्कैम हो गया। उस तो बाद सर असी इस गुआची रकम नू इकट्ठी करन वास्ते आ फिल्म दा पंगा, मेरा मतलब फिल्म बनाउण च रुझ गए सर। फिल्म बनाउण च रुझ गए ते पैसा लभण दी कोई कोशिश नहीं कीती? जनाब, बहुत नाकाबंदी कीती, कुछ हथ पले नहीं पिया। एसएसपी साहब, मैनू एक गल दसो सर, जे थोड़ी ये फिल्म हिट ना हुंदी तां ये खजाने दा 12 करोड़ कित्थों जमा करवाउंदे? सर, मैं अपने पिंड वाली सारी जमीन वेच के पैसा खजाने जमा करा देना सीगा, पर मैं थोड़ी ते अपने डिपार्टमेंट की इज्जत ते आंच नहीं सी आउण देनी। आई एप्रीशिएट द स्पिरिट। वैसे मैं डिवीजन दी यूनिटी तो काफ़ी खुश हाँ, एड्डी वड्डी रकम दा जे कि मीडिया नू पता चल जाता तो पता नहीं की हुंदा। चलो, तुसी तां खजाने दा पैसा नहीं लभ सके, पर खजाने दे पैसे ने सानू लभ लिया। ओ किवें सर? एक तारा बोले दा आखिरी शो वेख के मैं घर नू परत रहा सी, सोचिया क्यों ना तुहानू फोन करके वधाई देवां, क्योंकि फिल्म की कहानी ने मैनू बहुत इंप्रैस किया।
मैं वार बार थोड़े फोन लगाए पर हर बार थोड़े नंबर नो रिप्लाई आए। ड्राइवर गड्डी थाने वाले मुड़ो। मुंशी सर इस सेखों तो नवा फोन कर दो नहीं चुकते। सर वो तो पार्टी दे गए ने सर। पार्टी जी 12 करोड़ दी सिक्योरिटी। मुंशी जी सर कितने चल रही है पार्टी? सर उस जगह तो इतों बहुत दूर है जी। ਭਾਵੇਂ ਪਤਾਲ ਚ ਕਿਉਂ ਨਾ ਹੋਣ ਮੈਂ ਉਹਨਾਂ ਨੂੰ ਹੁਣੇ ਇਸੀ ਵਕਤ ਮਿਲਣਾ। ਜੀ ਸਰ। ਇਹਨਾਂ ਨੂੰ ਪਤਾ ਕਿੱਥੇ ਆ? ਯੈਸ ਸਰ। ਚਲੋ ਮੇਰੇ ਨਾਲ। Arrest them all! ਇਹ ਹੈ ਉਹ ਖਜ਼ਾਨੇ ਦੀ ਰਕਮ ਤੇ ਇਹ ਖੜੇ ਨੇ ਉਹ ਸਾਰੇ ਮੁਜਰਮ ਜਿਨ੍ਹਾਂ ਨੇ ਪੈਸਾ ਚੁਰਾਇਆ ਜਾਂ ਚੁਰਾਉਣ ਦੀ ਕੋਸ਼ਿਸ਼ ਕੀਤੀ। ਮੈਂ ਦੋਸ਼ੀਆਂ ਵਿੱਚ ਖੜੇ ਫਿਲਮ ਦੇ ਹੀਰੋ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕਦਾ ਜਿਹਨੇ ਇਸ ਰਕਮ ਨੂੰ ਦੁਬਾਰਾ ਚੋਰੀ ਹੋਣ ਤੋਂ ਬਚਾਇਆ। SSP ਸਾਹਿਬ ਖਜ਼ਾਨੇ ਦੇ ਪੈਸੇ ਦੀ ਖਾਤਰ ਤੁਸੀਂ ਫਿਲਮ ਬਣਾਈ ਉਹ ਤਾਂ ਆਪਾਂ ਨੂੰ ਮਿਲ ਗਿਆ ਹੁਣ ਫਿਲਮ ਦੇ ਪ੍ਰੋਫਿਟ ਦਾ ਕੀ ਕਰਨਾ? ਸਰ ਮੈਨੂੰ ਲੱਗਦਾ ਵੀ ਇਹ ਫੈਸਲਾ ਤੁਸੀਂ ਕਰੋ। ਹਾਂਜੀ ਸਰ ਇਹ ਫੈਸਲਾ ਤੁਸੀਂ ਕਰੋ। ਜੇ ਮੈਨੂੰ ਪੁੱਛਦੇ ਹੋ ਤਾਂ ਸਭ ਤੋਂ ਵਧੀਆ ਫਿਲਮ ਦੀ ਮੈਨੂੰ ਕਹਾਣੀ ਲੱਗੀ ਆ ਤੇ ਇਹ ਅਧਿਕਾਰ ਮੈਂ ਤਾਰਾ ਸਿੰਘ ਹੁਣਾਂ ਨੂੰ ਦੇਣਾ ਚਾਹੁੰਦਾ। ਕੀ ਕਹਿਣਾ ਚਾਹੋਗੇ ਪ੍ਰੋਫੈਸਰ ਸਾਹਿਬ? ਕਮਿਸ਼ਨਰ ਸਾਹਿਬ ਮੇਰੀ ਵੱਡੀ ਬੇਟੀ ਦਾ ਸੁਹਾਗ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋ ਗਿਆ ਤੇ ਉਹ ਵਿਧਵਾ ਹੋ ਕੇ ਘਰ ਬੈਠ ਗਈ ਛੋਟੀ ਆਨਰ ਕਿਲਿੰਗ ਦਾ ਸ਼ਿਕਾਰ ਹੋ ਗਈ। ਕੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਮੇਰੀ ਛੋਟੀ ਬੇਟੀ ਦੀ ਕਹਾਣੀ 'ਤੇ ਬਣੀ ਇਸ ਫਿਲਮ ਦੀ ਸਾਰੀ ਕਮਾਈ ਉਹਨਾਂ ਬੇਟੀਆਂ ਦੀ ਝੋਲੀ ਵਿੱਚ ਪਾ ਦਿੱਤੀ ਜਾਵੇ ਜਿਹੜੀਆਂ ਮੇਰੀ ਵੱਡੀ ਬੇਟੀ ਦੀ ਤਰ੍ਹਾਂ ਬੇਦਬਾ ਹੋ ਕੇ ਕਰੀ ਬੈਠੀਆਂ ਨੇ? ਜ਼ੀ ਪੰਜਾਬ ਹਰਿਆਣਾ ਹਿਮਾਚਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ। ਅੱਜ ਦੇ ਜ਼ੀ ਸਟੂਡੀਓ ਦੀ ਖਾਸ ਖਬਰ ਫਿਲਮੀ ਤਾਰਾ ਬੋਲੇ ਦੇ ਪ੍ਰੋਫਿਟ ਨੂੰ ਕਾਰਗਿਲ ਵਾਰ ਵਿਡੋ ਵਿੱਚ ਵੰਡ ਕੇ ਪੰਜਾਬ ਪੁਲਿਸ ਕਾਫੀ ਵਾਹ ਵਾਹ ਖੱਟ ਰਹੀ ਹੈ। ਥਾਣੇ ਵਿੱਚ ਹੋਈ ਇਸ ਬੱਲੇ ਬੱਲੇ ਨੂੰ ਹਰ ਪਾਸਿਓਂ ਭਰਮਾ ਹੁੰਗਾਰਾ ਮਿਲ ਰਿਹਾ। ਫਿਲਮ ਦੇ ਹੀਰੋ ਲੱਕੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਕਮਿਸ਼ਨਰ ਸਾਹਿਬ ਨੇ ਉਸਨੂੰ ਪੁਲਿਸ ਡਿਪਾਰਟਮੈਂਟ ਵਿੱਚ ਬਤੌਰ ਇੰਸਪੈਕਟਰ ਨੌਕਰੀ ਦੇ ਦਿੱਤੀ ਹੈ। ਤੇ ਮੈਂ ਇਸ ਨੌਕਰੀ ਨੂੰ ਖਿੜੇ ਮੱਥੇ ਕਬੂਲ ਕਰਦਾ ਕਿਉਂਕਿ ਪੁਲਿਸ ਦੇ ਨਾਲ ਬਾਲੀਵੁੱਡ 'ਚ ਕੰਮ ਕਰਕੇ ਬਹੁਤ ਮਜ਼ਾ ਆਇਆ। ਹੁਣ ਤਾਂ ਮੁੰਬਈ ਜਾਣ ਦੀ ਵੀ ਲੋੜ ਨਹੀਂ, ਹੁਣ ਮੈਂ ਪੁਲਿਸ 'ਚ ਰਹਿ ਕੇ ਆਪਣੇ ਪੰਜਾਬ ਦੇ ਯੂਥ ਨੂੰ ਬਚਾਵਾਂਗਾ ਜਿਹੜਾ ਨਸ਼ਿਆਂ ਦੀ ਦਲਦਲ 'ਚ ਗਰਕ ਹੁੰਦਾ ਜਾ ਰਿਹਾ। ਬਾਈ ਦ ਵੇ ਅੱਜ ਪੁਲਿਸ ਚੌਕੀ 'ਚ ਮੇਰਾ ਪਹਿਲਾ ਦਿਨ ਹੈ ਤੇ ਉੱਥੇ ਮੇਰੇ ਨਾਲ ਹੋਏਗਾ ਮੇਰਾ ਪਿਆਰ ਤੇ ਸਾਡੇ ਦੋਹਾਂ ਦੇ ਪਰਿਵਾਰ। ਜੋ ਤੇਰੇ ਬਿਨ ਹੋਵੇ ਆਖਰੀ ਉਹ ਦਿਨ ਹੋਵੇ, ਜੋ ਤੇਰੇ ਬਿਨ ਹੋਵੇ ਆਖਰੀ ਉਹ ਦਿਨ ਹੋਵੇ, ਪਲ ਪਲ ਸਾ ਮੰਗਦੇ ਦੁਆ ਜੋ ਤੇਰੇ ਬਿਨ। ਪੁਲਿਸ ਵਾਲਿਆਂ ਦਾ ਰੋਬ ਬੜੇ ਠਾਠ ਦੀ ਆ ਜੋਬ, ਉਹ ਪੁਲਿਸ ਵਾਲਿਆਂ ਦਾ ਰੋਬ ਬੜੀ ਠਾਠ ਦੀ ਆ ਜੋਬ, ਵਰਦੀ ਪਾ ਕੇ ਸਟਾਰ ਲਾ ਕੇ, ਵਰਦੀ ਪਾ ਕੇ ਸਟਾਰ ਲਾ ਕੇ ਸੀਨਾ ਤਾਣ ਕੇ ਚੱਲੇ ਪੁਲਿਸ ਦੀ ਬੱਲੇ ਬੱਲੇ ਪੁਲਿਸ ਪਾਉਣੀ ਬੁੱਢ ਨੂੰ ਚੱਲੇ, ਪੁਲਿਸ ਦੀ ਬੱਲੇ ਬੱਲੇ ਪੁਲਿਸ ਪਾਉਣੀ ਬੁੱਢ ਨੂੰ ਚੱਲੇ, ਬੱਲੇ ਬੱਲੇ ਪੁਲਿਸ ਪਾਲੀ ਬੁੱਢ ਨੂੰ ਚੱਲੇ।
ਸੁਦੀ ਬੱਲੇ ਬੱਲੇ ਪੁਲਿਸ ਪੌਣੀ ਪੁੜਨੀ ਚੱਲੇ ਉਸ ਦੀ ਬੱਲੇ ਬੱਲੇ ਪੁਲਿਸ